ਇਸਲਾਮ ਕੁਛ ਨਹੀਂ ਅਹਮਦੁੱਲਾ। ਹੋਗਾ, ਉਹ ਬਲਕਿ ਕੁਛ ਅਰਸਾ ਪਹਿਲੇ ਇੱਕ ਡਿਬੇਟ ਸੀ ਕੋਈ ਅਹਿਮਦ ਅਤੇ ਮੁਹੰਮਦ ਸੱਲ ਸਲਮ ਦੇ ਨਾਮ ਦੀ, ਅਤੇ ਇਹਨਾਂ ਦੀ ਨਸਬਤ ਦੇ ਨਾਲ ਨਾਲ ਉਹ ਇੱਕ ਭਾਈ ਦੋਸਤ ਸੀ ਉਹ। ਅੰਬਰ ਨਜ਼ੀਰ, ਤੂੰ ਗੁਜਰਾਤ ਦਾ ਰਹਿਣ ਵਾਲਾ ਤੇ ਮੈਂ ਮਮ ਚੱਲ ਯਾਰ ਤੂੰ ਗੁਜਰਾਤ ਆਇਆ, ਗੱਲ ਹੋ ਰਹੀ ਡਾਨ ਏ ਜਿੱਥੇ ਦਾ ਤੂੰ ਜਮਾਲ ਆਇਆ, ਗੱਲ ਹੋ ਰਹੀ ਏ। ਇੱਕ ਮਿੰਟ ਸਬਰ ਵੀ ਕਰ ਲਿਆ ਕਰ, ਤੂੰ ਬਹੁਤ ਕਾਲ ਹੁੰਦੀ ਹੈ ਨਾ ਵੇ, ਹੁਣ ਗੁੱਜਰ ਸਾਹਿਬ ਇਹਨਾਂ ਬਹੁਤ ਕਾਲ ਆਪਣਾ ਹੁੰਦੀ ਹੈ ਡਰੈਸ ਤੇ ਇਹਨਾਂ ਨੂੰ। ਦੇ ਲੈਣ ਦੇ ਲਈ ਉਹਨੂੰ ਆਪਣਾ ਡਰੈਸ ਤੇ ਦੇ ਲੈਂਦੇ, ਮੈਂ ਤੇ ਆਪਣਾ ਵੀ ਡਰੈਸ ਓਏ ਆ ਪਿਛਲੇ ਦਿਨ ਵੀ ਸਿਰ ਖਪਾ ਅੰਦਰ ਹੈ, ਸਿਰ ਖਪਾ ਲੈਣੇ ਪਹਿਲਾਂ ਗੁੱਜਰ ਸਾਹਿਬ ਨਾਲ ਗੱਲ ਕਰੋ, ਆਪੇ ਨਾਲ ਸਿਰ ਖਪਾ ਲੈਣੇ ਨਾ, ਬਹੁਤ ਅਨੁਕਾਲ ਹੁੰਦੀ। ਮੈਂ ਥੱਲੇ ਉਤਰ ਲੱਗਾ ਗੱਲ ਕਰਕੇ, ਕਿਉਂਕਿ ਮੈਂ ਆਪਣੀ ਪਹੁੰਚ ਗਿਆ ਮੰਜ਼ਿਲ ਦੇ ਉੱਤੇ। ਆਪਣਾ ਮੁਬਾਰਕ ਹੋਵੇ ਤੁਹਾਨੂੰ, ਮੀਰ ਲਤੀਫ ਸਾਹਿਬ ਦਾ ਵਕੀਲ ਪੱਪੂ ਮਲਕ ਬਣ ਗਿਆ। ਉਹ ਕਹਿੰਦਾ ਜੀ ਪੈਸੇ ਵੀ ਨਾ ਮੰਗੋ ਤੇ ਉਹਨਾਂ ਨਾਲ ਗੱਲ ਵੀ ਕੋਈ ਨਾ ਕਰੋ, ਉਹ ਬਜ਼ੁਰਗ ਨੇ, ਉਹਨਾਂ ਨੂੰ ਰਹਿਣ ਦਿਓ, ਉਹਨਾਂ ਨੂੰ ਛੱਡ ਦਿਓ, ਤੁਸੀਂ ਕਿਉਂ ਉਹਨਾਂ ਕੋਲ ਪੈਸੇ ਮੰਗਦੇ ਪਏ ਹੋ। ਤੇ ਮੁਬਾਰਕ ਹੋਵੇ ਇਹ ਵਕੀਲ ਸਾਹਿਬ ਜਿਹੜੇ ਨੇ ਤੁਹਾਡੇ, ਇਹਨਾਂ ਨੇ ਐਲਾਨ ਕਰਤਾ ਉੱਥੇ। ਮੈਂ ਪੱਪੂ ਮਲਕ ਨਾਲ ਗੱਲ ਆਖੀ ਤੂੰ? ਹਾਂਜੀ ਪੁੱਛ ਲਵੋ ਭਾਵੇਂ। ਪੱਪੂ ਮਲਕ ਨਹੀਂ, ਇੰਜ ਨਹੀਂ, ਪੱਪੂ ਕੈਸ ਕਰ। ਹਾਂਜੀ ਸ਼ੇਖ ਬੈਠੇ ਨੇ, ਆਪਣਾ ਇਬਰਾਹਿਮ ਭਾਈ, ਇਹਨਾਂ ਨੂੰ ਪੁੱਛ ਲਵੋ। ਜਮਾਤ ਨਾਲ ਨੀ ਹੈਗਾ ਤੇਰਾ ਰੋਲਾ ਉਹਨਾਂ ਨਾਲ, ਠੀਕ ਹੈ? ਜਮਾਤ ਨੂੰ ਗਾਲਾ ਨਾ ਕੱਢ, ਠੀਕ ਹੈ? ਤੈਨੂੰ ਯਾਰ ਤੇਰੀ ਰਿਕਾਰਡਿੰਗ ਪੇ ਚਲਦੀ ਉੱਥੇ, ਠੀਕ ਹੈ? ਤੇ ਤੂੰ ਗਾਲਾ ਕੱਢਣਾ ਪਿਆ ਜਮਾਤ ਨੂੰ, ਤੇ ਤੈਨੂੰ ਪੇ ਬੜੇ ਇੱਜ਼ਤ ਨਾਲ ਤੇ ਬੜੇ ਇਤਰਾਮ ਨਾਲ ਸਮਝਾਉਂਦੇ ਆ, ਤੇਰਾ ਇਖਤਲਾਫ ਹੈ ਵੇ ਮੰਨਣੇ ਆ, ਤੇਰਾ ਇਖਤਲਾਫ ਜਮਾਤ ਨਾਲ ਨਹੀਂ ਹੈਗਾ, ਮੇਰੀ ਗੱਲ ਸੁਣ। ਉਹ ਸਾਨੂੰ ਬਗੈਰਤ ਆਂਦੇ ਨੇ, ਅਸੀਂ ਜਵਾਬ ਚ ਉਹਨਾਂ ਨੂੰ ਬਗੈਰਤ ਨਾ ਆਖੀ ਹੈ। ਓ ਯਾਰ ਜਿਹੜੇ ਤੈਨੂੰ ਕਹਿੰਦੇ ਨੇ ਨਾ, ਤੂੰ ਉਹਨਾਂ ਨੂੰ ਕਹਿ ਜਮਾਤ ਦੇ ਖਿਲਾਫ ਗੱਲ ਨਾ ਕਰ, ਸਮਝ ਗਏ? ਤੇ ਮੈਨੂੰ ਗਾਲ ਕੱਢਣ ਦੀ ਆਦਤ ਨਹੀਂ ਹੈਗੀ, ਤੇ ਮੈਂ ਸਿਰਫ ਤੈਨੂੰ ਇਹ ਸਮਝਾਉਣਾ ਚਾਹੁੰਦਾ, ਮੈਂ ਤੇਰੀ ਰਿਕਾਰਡਿੰਗ ਸੁਣ ਕੇ ਜਮਾਤ ਨੂੰ ਗਾਲਾਂ ਨਾ ਕੱਢ। ਤੂੰ ਮੈਨੂੰ ਜੇ ਸਮਝਾਉਣ ਜੋਗਾ ਹੈ ਨਾ, ਤੇ ਤੂੰ ਹਿੰਮਤ ਕਰ ਤੇ ਤੂੰ 600 ਯੂਰੋ ਤੇ 1 ਲੱਖ ਯੂਰੋ ਉਹਨਾਂ ਦੇ ਮੱਥੇ ਮਾਰ ਜਿੰਨਾ ਯਾਰ। ਤੂੰ ਜੋ ਤੂੰ ਜੋ ਤੂੰ ਜੁਆਰੀਆਂ ਮੈਂ, ਤੂੰ ਇਸਲਾਮ ਦੇ ਨਾਂ ਤੇ ਧੰਦਾ ਕਰਨਾ ਹੈ ਯਾਰ, ਤੂੰ ਮੈਨੂੰ ਕਿਹੜਾ ਮੁਸਲਮਾਨ ਹੈ? ਇਹ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਪਹਿਲਾਂ ਫਿਰ ਜੁਆਰੀਆ ਸੀ ਜਮੈਤ ਯਾਰ। ਵਾਲੀ ਤੇਰੀ ਸ਼ਕਲ ਤੇ ਮੋਦੀ ਨਾਲ ਮਿਲਦੀ ਹੈ, ਤੂੰ ਤੇ ਮੋਦੀ ਦਾ ਪੁੱਤਰ ਹੈ। 10,000 ਰੁਪਇਆ ਤੈਨੂੰ ਲੇਖ ਪਤਾ, ਤੇਰੀ ਸ਼ਕਲ ਮੋਦੀ ਨਾਲ ਮਿਲਦੀ ਹੈ। 500 ਰੁਪਇਆ ਤੂੰ ਵੀ ਆਪਣੀ ਸ਼ਕਲ ਵਹਾਰ, ਤੇਰੀ ਸ਼ਕਲ ਵੇਖ ਕੇ ਅਸੀਂ ਫੈਸਲਾ ਕਰ ਲੈਂਦੇ ਨਹੀਂ ਕਿ 500 ਕਿਹਨਾਂ ਮਿਲਦੀ ਹੈ। 500 ਫਤਿਹ ਮਸੀਹ ਨੂੰ ਕਿਹਾ ਸੀ ਉਹਨੇ, ਉਹ ਜਵਾਰੀਆ ਸੀ ਫਿਰ। ਬਹਰਾਲ ਤੈਨੂੰ ਤੈਨੂੰ ਸਮਝਾਉਂਦੇ ਆ ਪਿਆ ਜਮਾਤ ਨੂੰ ਗਾਲਾਂ ਨਾ ਕੱਢ, ਇੰਜ ਇੰਜ ਸ਼ਕਲ ਕਰਾਂ ਸਾਹਮਣੇ ਵਾਲਾ ਜਿਸ ਤਰ੍ਹਾਂ ਮੈਂ ਕੀਤੀ ਹੈ। ਉਹ ਯਾਰ ਮੈਂ ਤੇਰੀ ਸ਼ਕਲ ਨਹੀਂ ਵੇਖਣਾ ਚਾਹੁੰਦਾ, ਤੂੰ ਤੇ ਇੰਨੇ ਸਾਹਮਣੇ ਬੈਠਾ ਹੈ, ਸੂਰ ਹੈ ਇੱਧਰ ਸਾਹਮਣੇ, ਆ ਸਾਹਮਣੇ ਆ ਤਾਂ ਵੇਖਾਂ। ਮੈਂ ਸੂਰ ਥੋੜੀ ਆ, ਤੂੰ ਤੂੰ ਸੂਰ ਦਾ ਪੁੱਤਰ ਹੈ, ਸੂਰ ਦਾ ਪੁੱਤਰ ਹੈ, ਸਫਾ ਕਰੋ ਰਾਣਾ। ਸੂਰ ਦਾ ਬੇਟਾ ਤੂੰ, ਤੂੰ ਗੁਜਰਾਤ ਗੁਜਰਾਤ ਕਰਨਾ ਹੈ, ਗੁਜਰਾਤ ਗੁਜਰਾਤ ਕਰਨਾ। ਓਏ ਮੈਂ ਗੁਜਰਾਤ ਦਾ ਮੈਂ ਬੋਲਣ ਦੇ ਨਾ, ਗੁਜਰਾਤ ਦਾ ਡਰੈਸ ਦੇਣ ਲੱਗਦਾ ਵਾ, ਤੈਨੂੰ ਡਰੈਸ ਤੇ ਦੇਣ ਦਿਓ ਕਮ ਸੇ ਕਮ। ਇਹ ਨਹੀਂ ਦਿੰਦੇ ਡਰੈਸ ਆਪਣਾ, ਇਹ ਸ਼ਕਲ ਨਹੀਂ ਸਾਹਮਣੇ ਕਰਦੇ ਨੇ, ਡਰੈਸ ਕੇ ਦੇਣਾ ਹੈ। ਜਾ ਮੇਰੀ ਫੋਟੋ ਤੂੰ ਐਡੀ ਵੱਡੀ ਰੱਖੀ ਹੈ ਤੇ ਜੂਆ ਤੂੰ ਖੇਡਣਾ ਇਸਲਾਮ ਦੇ ਨਾਂ ਤੇ, ਸੂਟ ਨਹੀਂ ਕਿਉਂ ਨਹੀਂ ਕੌਂਸਲ ਸਾਡੇ ਚ। ਓ ਯਾਰ ਤੂੰ ਮੇਰੀ ਗੱਲ ਸੁਣ, ਇਸਲਾਮ ਦੇ ਨਾਂ ਤੇ ਜੂਆ ਖੇਡਣਾ, ਓ ਸ਼ੇਖ ਸ਼ਰਮ ਕਰ, ਓ ਸ਼ੇਖ ਕਰ, ਕਸੀਨੋ ਤੋਂ ਜੇ ਅਗਰ ਇਸਲਾਮ ਨੂੰ ਕਿਉਂ ਬਦਨਾਮ। ਗੁੱਜਰ ਸਾਹਿਬ ਨੂੰ ਗੱਲ ਕਰਨ ਦੋ, ਨੇ ਇਹਨਾਂ ਦਾ ਬੰਦਾ ਹੈ, ਜ਼ਰਾ ਆਪ ਤਰੀਕੇ ਨਾਲ ਗੱਲ। ਗੁੱਜਰ ਸਾਹਿਬ ਬੋਲੋ ਜ਼ਰਾ ਆਪਣੇ ਬੰਦੇ ਨਾਲ। ਦੇਖ ਮੇਰੇ ਵੱਲ ਵੇਖ, 11 ਪਿੰਡ ਨਹੀਂ ਸਾਡੇ ਯੂਨੀਅਨ ਕੌਂਸਲ ਚ, ਜਾ ਜਾ ਕੇ ਪਤਾ ਕਰ ਲੈ, 11 ਦੇ 11 ਪਿੰਡ ਮੈਨੂੰ ਜਾਣਦੇ ਨਹੀਂ। ਐਡਾ ਵੱਡਾ ਪਾਪੜ ਹੁੰਦਾ ਨਾ ਤੇ ਇਟਲੀ ਬੌਂਡ ਨਾ ਮਰਵਾਉਂਦਾ ਬਿੱਟੇ ਮੋਈ, ਤੇਰੀ ਪਦਾਇਸ਼ ਤੇ ਲਾਣਾ ਤੇ ਤੇਰੀ ਪਦਾਇਸ਼। ਵੈਸੇ ਲੈ ਆਂਦੀ ਜਮਾਤ ਦੇ, ਵੇਖੋ ਨਾ ਕਿੰਨੀ ਅਜੀਬ ਤਬਲੀਗ ਕਰ ਰਹੇ ਨੇ, ਬੜਾ ਪਈ ਆ ਵੇ ਇਹਨੂੰ। ਗੁੱਜਰ ਸਾਹਿਬ ਐਦੀ ਮੈਂ ਰਿਕਾਰਡਿੰਗ ਸਾਰੇ ਮੈਂ ਕਹਿੰਦਾ ਕੋਣ ਮਿਲਦਾ ਆਮਰ ਬਾਈ,
ਅਮਰ ਭਾਈ ਇੱਕ ਮਿੰਟ, ਪਿਛਲੇ ਦਿਨ ਕਹਿੰਦਾ ਕੌਣ ਮਿਰਜ਼ਾ ਦੀ ਸਾਰੀ ਰਿਕਾਰਡਿੰਗ ਮੈਂ ਹੁਣੇ ਕੱਢ ਲੈਣਾ ਵਾ ਤੇ ਯਕੀਨ ਮੰਨ ਲਓ ਇੰਨੀਆਂ ਗੱਲਾਂ ਤਾਂ ਪਾਉਂਦਾ ਪਿਆ ਸੀ ਨਾ ਤੇ ਇੱਥੇ ਆ ਕੇ ਹੁਣ ਡਿਫੈਂਡ ਕਰਨਾ ਪਿਆ। ਡੰਕੀਆਂ ਲਾ ਕੇ ਜਰਮਨੀ ਆ ਕੇ ਨਾ ਜ਼ੀਲਾ ਹੱਥ ਜੋੜ ਕੇ ਮੰਗੇ ਨੇ ਤੇ ਪੁੱਤਰ ਮੈਂ ਵਰਕ ਵੀਜ਼ੇ ਤੇ ਆਇਆ ਹਾਂ ਜਾਂ ਨਾ ਤੇ ਮੈਂ ਹੁਣ ਕੱਢ ਦੇਣਾ ਤੈਨੂੰ ਬਕਸੇ ਚੋਂ ਲੈਟਰ ਮੈਂ ਰੱਖਿਆ ਹੀ। ਮੈਨੂੰ ਪਾਕਿਸਤਾਨ ਵਰਕ ਵੀਜ਼ਾ ਗਿਆ ਸੀ ਤੇ ਮੈਂ ਉੱਥੋਂ ਜਹਾਜ਼ ਤੇ ਬਹਿ ਕੇ ਆਇਆ ਕਤਰ ਏਅਰਲਾਈਨ ਤੇ ਤੇ ਜਵਾਰੀ ਮੈਨੂੰ ਆਖਣਾ ਤੇ ਪਹਿਲਾਂ ਮਿਰਜ਼ਾ ਸਾਹਿਬ ਨੂੰ ਆਖ 500 ਰੁਪਇਆ ਗੁਜਰ ਸਾਹਿਬ ਫਤਿਹ ਮਸੀਹ ਨੂੰ ਮਿਰਜ਼ਾ ਸਾਹਿਬ ਨੇ ਆਖਿਆ ਸੀ, 1500-1500 ਰੁਪਇਆ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੂੰ ਆਖਿਆ ਸੀ ਪੇਸ਼ਗੋਈਆਂ ਦੀ ਪੜਤਾਲ ਵਾਸਤੇ, 10,000 ਰੁਪਇਆ ਲੇਖ ਰਾਮ ਨੂੰ ਆਖਿਆ ਸੀ। ਮਿਰਜ਼ਾ ਸਾਹਿਬ ਮੇਰੇ ਨਾਲ ਫਿਰ ਵੱਡੇ ਜਵਾਰੀ ਨੇ ਨਾ ਜੇ ਇਹ ਜੂਆ ਹੋਏ ਤੇ ਜੀ ਜੀ ਉਹਨਾਂ ਦੀ ਦਾੜੀ ਵੀ ਤੁਹਾਡੇ ਤੋਂ ਵੱਡੀ ਸੀ, ਉਹਨਾਂ ਦੀ ਦਾੜੀ ਵੀ ਮੇਰੇ ਨਾਲ ਲੰਮੀ ਸੀ ਜੀ ਬਿਲਕੁਲ। ਟਿਕਟਾਕ ਬੰਦ ਕਰਾਓ, ਇਹਨਾਂ ਨੂੰ ਆਖੋ ਤੁਸੀਂ ਇੰਨੇ ਜੋਗੇ ਨਹੀਂ ਤੇ ਤੁਸੀਂ ਕਾਹਨੂੰ ਪੰਗੇ ਲੈਂਦੇ ਹੋ ਜਾ ਕੇ ਘਰ ਬਵੋ। ਇੱਕ ਐਮਦੀ ਨਹੀਂ, ਇੱਕ ਪੂਰੀ ਬਰਾਦਰੀ ਹੈ, ਉਹ ਮਲਕ ਬਰਾਦਰੀ, ਉਹਨਾਂ ਨੇ ਨਾ ਵਟਸਐਪ ਉੱਤੇ ਕਿਹਾ ਸੀ ਕਿ ਆਮਰਦੀਰ ਉਹ ਬੰਦਾ ਵੇ, ਜਦੋਂ ਗੱਲ ਹੋ ਰਹੀ ਸੀ ਇੱਕ ਬੰਦੇ ਨੇ ਕਿਹਾ ਕਿ ਇਹ ਬੰਦਾ ਬੇਵਕੂਫੀ ਕੀਤੀ, ਪਤਾ ਨਹੀਂ ਕੋਈ ਲਫ਼ਜ਼ ਸਖ਼ਤ ਗਿਆ ਮੇਰੇ ਬਾਰੇ, ਤਾਂ ਉਹਨੇ ਕਿਹਾ ਆਮਰ ਜੀ ਨੇ ਗੱਲ ਕਹੀ ਸੀ ਕਿ ਖਬਰਦਾਰ ਤੂੰ ਇਹ ਗੱਲ ਨਾ ਕਰੀ, ਇਹ ਮੇਰਾ ਗੁਜਰ ਭਰਾ ਹੈ ਅਤੇ ਉਹ ਇਹ ਮੈਂ ਤੇਰੇ ਕੋਲ ਨਹੀਂ ਸੁਣ ਸਕਦਾ। ਉਹਨੇ ਕਿਹਾ ਉਹ ਆਪਣਾ ਮਜ਼ਹਬੀ ਇਖਤਲਾਫ ਆਪਣੀ ਥਾਂ ਉੱਤੇ, ਲੇਕਿਨ ਉਹਨੇ ਇੱਕ ਇਨਸਾਨੀ ਦੇ ਨਾਤੇ ਨਾਲ ਮਨਾ ਕੀਤਾ ਤਾਂ ਉਸ ਬੰਦੇ ਨੇ ਫਿਰ ਇਹ ਵੀ ਨਾਲ ਇਕਰਾਰ ਕੀਤਾ ਕਿ ਮੈਂ ਗਲਤੀ ਕੀਤੀ ਹੈ। ਉਹਨੇ ਵੀ ਕਿਹਾ ਫਿਰ ਨਾਲ ਮੇਰੇ ਕੋਲ ਗਲਤੀ ਹੋ ਗਈ, ਮਾਫ਼ੀ ਚਾਹੁੰਦਾ ਵਾਂ ਜਾਂ ਮਾਫ਼ੀ ਕੀਤਾ ਲਾਹੌਰ ਤੋਂ ਰੱਖਿਆ। ਤੁਹਾਡੀ ਜੰਗ ਲੱਗੀ ਏ, ਮੈਂ ਤੁਹਾਡੇ ਨਾਲ ਗਲਤੀ ਚ ਇੱਥੇ ਤੁਹਾਡੇ ਕੋਲ ਆ ਗਿਆ ਤੇ ਇਸ ਮੌਕੇ ਤੇ ਮੈਨੂੰ ਆਉਣਾ ਨੀ ਚਾਹੀਦਾ ਸੀ। ਵੈਸੇ ਇੱਥੇ ਕੋਈ ਜੰਗ ਨੀ ਹੈ, ਠੰਡੇ ਠੰਡੇ ਠਾਰਾਂ ਫ੍ਰਿਜ ਚ ਲੱਗੇ, ਤੁਸੀਂ ਗੱਲ ਕਰੋ। ਉਹ ਕੋਈ ਗੱਲ ਉਹ ਗੱਲਾਂ ਪੁੱਠੀ ਕਰ, ਹੁਣ ਮਤਲਬ ਜਿਹੜੇ ਲਫ਼ਜ਼ ਜਿਹੜੀ ਮੁਕਾਲਮਾ ਮੈਂ ਸੁਣਦਾ ਪਿਆ ਨਾ, ਇੰਤਹਾਈ ਅਫਸੋਸ ਹੈ। ਮੈਂ ਇਹਦੇ ਬਾਰੇ ਆਪਣਾ ਜਹਾਦ ਕਰ ਰਿਹਾ ਵਾਂ ਕਿ ਕਹਿ ਰਿਹਾ ਕਿ ਜਿਹੜੇ ਬੰਦੇ ਐਮਦੀ ਇਸ ਕਿਸਮ ਦੀ ਜ਼ਬਾਨ ਬੋਲਦੇ ਨੇ ਉਹ ਪਾਕਿਸਤਾਨ ਨੂੰ ਜਾ ਕੇ ਆਪਣਾ ਚੈਨਲ ਚਲਾਉਣ ਤੋਂ ਉੱਥੋਂ ਜਾ ਕੇ ਕਰਨ। ਮੈਂ ਸਾਫ਼ ਇਹਨਾਂ ਨੂੰ ਕਹਿ ਰਿਹਾ, ਆਪਣਾ ਵਿਸ਼ਾਲ ਢਿੱਲੋਂ ਸਾਹਿਬ ਨੇ, ਉਹਨਾਂ ਨੂੰ ਤੁਸੀਂ ਜਾਣਦੇ ਹੋ, ਉਹਨਾਂ ਦੀ ਬੋਰਡ ਤੋਂ ਸਵੇਰੇ ਵੀ ਮੈਂ ਐਲਾਨ ਕੀਤਾ ਸੀ, ਉੱਥੇ ਕਾਫ਼ੀ ਸਾਰੇ ਸਾਡੇ ਉਹ ਬੰਦੇ ਬੈਠੇ ਜਿਹੜੇ ਇਹ ਗੱਲਾਂ ਕਰਦੇ ਨੇ। ਮੈਂ ਉਹਨਾਂ ਨੂੰ ਕਿਹਾ ਸੀ ਕਿ ਅਗਰ ਤੁਸੀਂ ਬੋਰਡਾਂ ਚਲਾਉਣੀਆਂ ਨੇ ਪਾਕਿਸਤਾਨ ਤੋਂ ਚਲਾਓ, ਉੱਥੋਂ ਜਾ ਕਰੋ, ਪਿਸ਼ਾਵਰ ਤੋਂ ਚਲਾਓ ਜਾ ਕੇ। ਇੱਥੇ ਫਿਰ ਤੁਸੀਂ ਆਪਣੀ ਕਮਜ਼ੋਰੀ ਦਿਖਾ ਦਿਓ, ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਕੰਮ ਤੁਸੀਂ ਮਿਰਜ਼ਾ ਸਾਹਿਬ ਨੂੰ ਗਾਲ ਤੇ ਨਹੀਂ ਕੱਢੀ, ਮੈਨੂੰ ਕਹਿੰਦੇ ਨੇ ਜੂਆ ਹੈ ਤੇ ਇਹੋ ਹੀ ਜੂਆ ਫਿਰ ਮਿਰਜ਼ਾ ਸਾਹਿਬ ਵੀ ਖੇਡਿਆ। ਮੈਨੂੰ ਦੱਸੋ ਜੇ ਜੂਆ ਤੇ ਹੈ ਹੀ ਨਹੀਂ ਨਾ, ਮੈਂ ਤੈਨੂੰ ਜੂਆ ਮੰਨਦਾ ਹੀ ਨਹੀਂ ਹੈ। ਸ਼ਰੀਅਤ ਨੂੰ ਸਾਬਤ ਕਰਨ ਵਾਸਤੇ ਗੁਜਰ ਸਾਹਿਬ, ਹੱਕ ਨੂੰ ਆਸ਼ਕਾਰ ਕਰਨ ਵਾਸਤੇ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਅਨਹੁ ਨੇ ਅਬੂ ਜਹਿਲ ਹੋਰਾਂ ਨਾਲ 100-100 ਊਠ ਦੀ ਸ਼ਰਤ ਲਾਈ ਸੀ। ਪਤਾ ਜੇ ਸੂਰਾ ਰੋਮ ਦੀਆਂ ਪਹਿਲਾਂ ਐਤਾਂ ਦੀ ਜਾ ਕੇ ਤਸਵੀਰ ਪੜ੍ਹ ਲਓ। ਠੀਕ ਹੈ ਠੀਕ ਹੈ, ਗੱਲਾਂ ਸਾਰੀ ਗੱਲਾਂ ਠੀਕ ਨੇ। ਇਹ ਦੀਨ ਦੀ ਹੱਕਾਨੀਅਤ ਵਾਸਤੇ ਅਸੀਂ ਕੋਈ ਆਪਣੀ ਜ਼ਾਤ ਵਾਸਤੇ ਕੋਈ ਜੁਗਾ ਸੀ ਆਪਣੀ ਜੇਬ ਚ ਪਾਉਣ ਵਾਸਤੇ ਲਾਨਤ ਪਾਉਂਦੇ? ਮੈਂ 1 ਰੁਪਈਏ ਤੇ ਮੈਂ ਟੱਚ ਨਹੀਂ ਕੀਤਾ, ਅੱਗੇ 300 ਯੂਰੋ ਨਜ਼ੀਰ ਕੋਲ ਲਿਆ, ਟੱਚ ਨਹੀਂ ਕੀਤਾ, ਆਖਿਆ ਆਰਾਮ ਹੈ ਮੇਰੇ ਤੇ, ਇਹ 1 ਲੱਖ ਰੁਪਈਆ ਆਰਾਮ ਹੈ ਮੇਰੇ ਤੇ। ਲੇਕਿਨ ਝੂਠੇ ਨੂੰ ਝੂਠੇ ਦੇ ਘਰ ਤੱਕ ਪਹੁੰਚਾ ਕੇ ਆਉਣਾ ਦੀਨ ਦੀ ਸਰਬੁਲੰਦੀ ਦੀ ਖਾਤਰ, ਜ਼ਿੱਦ ਲਾਣੀ, ਮੁਬਾਲਾ ਕਰਨਾ, ਸ਼ਰਤ ਲਾਣੀ, ਉਹਨੂੰ ਸਾਬਤ ਕਰਨਾ, ਇਹ ਤਾਂ ਸੱਚਾਈ ਦਾ ਮਤਲਬ ਇੱਕ ਮਿਆਰ ਹੈ। ਇਹ ਸੱਚਾਈ ਦਾ ਇੱਕ ਮਿਆਰ ਹੈ ਨਾ, ਲੇਕਿਨ ਸਾਰਾ ਮਿਆਰ ਤਾਂ ਨਹੀਂ ਹੈ ਨਾ। ਤੁਹਾਡਾ ਕੀ ਖਿਆਲ ਹੈ? ਜੇ ਉਹਨਾਂ ਨੂੰ ਚੇਤਾ ਆਇਆ ਸ਼ਰਤਾਂ ਨੇ,
ਇਹਨਾਂ ਨੂੰ ਸਾਲ ਪਹਿਲਾਂ ਨਹੀਂ ਚੇਤਾ ਹੋਇਆ ਬੂਹਾ ਖੜਕਾ ਕੇ ਸਾਨੂੰ ਆਉਂਦਾ ਸੀ ਲੱਖ ਰੁਪਈਆ ਮੇਰਾ ਕੱਢੋ, ਕਿਸੇ ਨੂੰ ਆਖਿਆ ਜਾ ਕੇ ਵੀ ਇਹ ਸ਼ਰਤ ਆਰਾਮ ਹੁੰਦੀ ਹੈ, ਹੁਣ ਇਹਨਾਂ ਨੂੰ ਮੁਫਤੀਆਂ ਨੂੰ ਯਾਦ ਆਇਆ ਸ਼ਰਤ ਤੇ ਆਰਾਮ ਹੈ। ਚਲੋ ਮੇਰਾ ਦੱਸ ਕੇ ਵਿਸ਼ਾ ਤਾਂ ਤੁਹਾਨੂੰ ਇਹ ਵੇ ਕਿ ਅਗਰ ਇਹ ਕੰਮ ਹੋ ਹੀ ਗਿਆ ਨਾ ਤਾਂ ਇਹਨੂੰ ਮਿਆਨਾ ਰਵੀ ਨਾਲ ਬੜੇ ਇਤਦਾਲ ਨਾਲ ਜਿਹਦੇ 'ਚ ਉਸਨੇ ਜ਼ਨ ਵੀ ਰੱਖਿਆ ਜਾਂਦਾ ਹੈ ਤੁਸੀਂ ਇਹਨੂੰ ਇਹਦੀ ਅਦਾਇਗੀ ਕਰੋ ਤਾਂ ਕਿ ਤੁਸੀਂ ਆਪਣੀ ਥਾਂ 'ਤੇ ਆਪਣਾ ਜਿਹੜਾ ਵਜੂਦ ਉਹਨੂੰ ਸਾਫ਼ ਰੱਖ ਸਕੋ। ਅਗਰ ਤੁਸੀਂ ਸਟੋਰੀ ਬੰਦ ਹੋ ਜਾਏਗੀ, ਤੁਸੀਂ ਅਦਾਇਗੀ ਕਰਵਾ ਦਿਓ 600 ਯੂਰੋ ਇੱਕ ਤੇ 1,00,000 ਰੁਪਇਆ ਇੱਕ ਇਹਦੀ ਅਦਾਇਗੀ ਕਰਵਾ ਦਿਓ ਤੇ ਇੱਥੇ ਬੰਦ ਹੋ ਜਾਏ। ਅਮਰਜੀਤ ਸਾਹਿਬ ਮੈਂ ਤੁਹਾਡੇ ਦੇ ਪਹਿਲੇ ਸੁਣਦਾ ਪਿਆ ਗੱਲ ਜੀ ਤੁਸੀਂ ਕਹਿਣਾ ਚੱਲ ਤੂੰ ਪੈਸੇ ਦੇ ਦੇ, ਮੈਂ ਸੁਣਦਾ ਸੀ ਮੈਂ ਕਿ ਮੈਨੂੰ ਸ਼ਾਇਦ ਕਹਿ ਦੇਵੇ ਤੇ ਮੈਂ ਸਾਫ਼ ਤੌਰ ਕਹਿ ਦੇਣਾ ਮੈਂ ਉਹਨਾਂ ਦੇ ਸਖ਼ਤ ਮੁਖਾਲਫ ਹਾਂ, ਇਹ ਕੰਮ ਹੋਣਾ ਹੀ ਨਹੀਂ ਚਾਹੀਦਾ ਸੀ। ਅਗਰ ਉਹ ਕੀਤਾ ਤਾਂ ਬਿਲਕੁਲ ਨਿਬੜੋ ਤੁਸੀਂ, ਲੇਕਿਨ ਮੈਨੂੰ ਨਿਬੜੋ ਇਹਨੂੰ ਸਿਰਫ ਮਿਆਨਾ ਰਵੀ ਨਾਲ ਨਾ, ਯਾਨੀ ਜਿਹੜਾ ਕਿਹਾ ਜਾਂਦਾ ਕਿ ਤੁਸੀਂ ਕਿਸ ਅਮਨ ਦੇ ਨਾਲ ਜਿਹੜਾ ਤੁਹਾਡਾ ਹੱਕ ਬਣਦਾ ਉਹਦਾ ਮੁਤਾਲਬਾ ਕਰੋ, ਜਿਹੜਾ ਤੁਹਾਡਾ ਹੱਕ ਬਣਦਾ ਉਹ ਜਿਹੜਾ ਸੱਚਾ ਹੈਗਾ ਉਹ ਸਾਹਮਣੇ ਆ ਜਾਏਗਾ। ਅਗਰ ਤੁਸੀਂ ਜਿੱਤ ਗਏ ਤਾਂ ਉਹਨਾਂ ਨੂੰ ਅਦਾਇਗੀ ਤੁਹਾਨੂੰ ਕਰਨੀ ਚਾਹੀਦੀ। ਗੁਜਰ ਸਾਹਿਬ ਅਸਾਂ ਇੱਕ ਸਾਲਸ ਸੁਣਿਆ ਅਲੀ ਤਸਵੀਰ ਵੱਡੀ ਆਪਣੀ ਘਰ ਆਪਣੀ ਤਸਵੀਰ ਵੱਡੀ ਗੁਜਰ ਸਾਹਿਬ ਅਸਾਂ ਇੱਕ ਸਾਲਸ ਸੁਣਿਆ ਉਹ ਸਾਲਸ ਨੇ 31 ਅਗਸਤ ਨੂੰ ਪਿਛਲੇ ਇਤਵਾਰ ਨੂੰ ਫੈਸਲਾ ਕੀਤਾ, ਉਹ ਫੈਸਲਾ ਉਹਨੇ ਕੀਤਾ ਕਿ ਇਮਰਾਨ ਕੱਲ ਨੂੰ 1,00,000 ਰੁਪਇਆ ਪੇ ਕਰੇ ਜ਼ਿਆਰ ਸੋਲ ਨੂੰ। ਅੱਜ ਕੀ ਵਾਰ ਹੈ, ਅੱਜ ਜੁਮਾ ਗੁਜ਼ਰ ਗਿਆ, ਸਾਡੀ ਮਿਆਨਾ ਰਵੀ ਹੋਰ ਕਿੰਨੀ ਕੁ ਚਾਹੁੰਦੇ ਹੋ, ਮਤਲਬ ਅਸੀਂ ਕਿੰਨਾ ਕੁ ਸਬਰ ਕਰੀਏ ਤੇ ਕਿੰਝ ਚੁੱਪ ਕਰਕੇ ਬੈਠੇ ਰਵੀਏ। ਆਹੋ ਪਰ ਤੁਸੀਂ ਜਿਹੜਾ ਤਰੀਕੇ ਕਰੋ ਤੇ ਕੈਮਰਾ ਹੋ ਨਾ, ਬੇਸ਼ੱਕ ਦੇਰ ਹੋ ਜਾਵੇ ਲੇਕਿਨ ਅੰਧੇਰ ਨਾ ਆਵੇ, ਮਤਲਬ ਮੇਰਾ ਕਹਿਣ ਦਾ ਅੰਧੇਰ ਤੋਂ ਮਰਾਦ ਕਿ ਜਿਹੜਾ ਸਖ਼ਤ ਕਲਾਮੀ ਹੈ ਉਹ ਬੰਦ ਹੋਣੀ ਚਾਹੀਦੀ। ਅਸੀਂ ਨਹੀਂ ਕਰਨਾ ਚਾਹੁੰਦੇ ਸਖ਼ਤ ਕਲਾਮੀ ਸਰ, ਉਹ ਆਪ ਆ ਕੇ ਸਾਨੂੰ ਗਾਲਾਂ ਕੱਢਣ ਲੱਗ ਪਏ ਨੇ। ਚੰਗੇਜ਼ ਖਾਨ ਕਹਿੰਦਾ ਇਹ ਬਗੈਰਤੀ ਹੈ, ਬਗੈਰਤੀ ਸ਼ੁਰੂ ਕੀਤੀ ਤੁਸਾਂ ਬਗੈਰਤੀ, ਤੇ ਉਹ ਟੋਨੀ ਵੀ ਇਹ ਸ਼ੁਰੂ ਕਰਨ ਲੱਗ ਪਿਆ। ਮੈਂ ਕਿਹਾ ਪਰ ਬਗੈਰਤ ਤੁਸੀਂ ਹੋ ਵੱਡੇ, ਜਿਨ੍ਹਾਂ ਦੇ ਵਿਹੜੇ ਆ ਕੇ ਅਗਲੇ ਤਹਿਮਤ ਚੁੱਕ ਕੇ ਨੱਚਣ ਲੱਗੇ ਨੇ, ਤੁਸੀਂ ਆਉਂਦੇ ਹੋ ਬਈ ਪੈਸੇ ਬਚ ਜਾਣ ਤੇ ਇਹਨਾਂ ਨੱਚਣ ਦੇ ਵਿਹੜੇ। ਤੁਸੀਂ ਇਹਨੂੰ ਮਜ਼ਹਬੀ ਕਾਊਂਟ ਨਾ ਕਰੋ ਕਿਉਂਕਿ ਇਹ ਇੱਕ ਇਲਾਕਾਈ ਤੇ ਕੌਮੀ ਇੱਕ ਵਿਰਸਾ ਲੋਕਾਂ ਕੋਲੇ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਨਹੀਂ ਮਜ਼ਹਬ ਦੀ ਤੇ ਇੱਥੇ ਗੱਲ ਹੀ ਨਹੀਂ ਪਈ ਹੁੰਦੀ, ਇੱਥੇ ਤੇ ਗੱਲ ਜਿਹੜੀ ਜ਼ਿੱਦ ਲੱਗੀ ਹੈ ਉਹਦੀ ਤੇ ਗੱਲ ਹੁੰਦੀ ਹੈ ਨਾ, ਮਜ਼ਹਬ ਦੀ ਇਹਦੇ 'ਚ ਕੀ ਤਕਰੀਰ? ਨਹੀਂ ਸਾਡੀ ਕਮਜ਼ੋਰੀ ਇਹ ਵੇ ਕਿ ਫੋਰਨ ਜਿਹੜੇ ਮੁਸਲਮਾਨ ਹੈ ਨਾ ਉਹਨਾਂ ਨੇ ਹਮੇਸ਼ਾ ਆਪਸ 'ਚ ਜ਼ੁਲਮ ਕੀਤਾ ਇੱਕ ਦੂਸਰੇ 'ਤੇ, ਉਹ ਫੋਰਨ ਟੁੱਟ ਜਾਂਦੇ ਨੇ ਇੱਕ ਦੂਸਰੇ ਉੱਤੇ ਚੱਲ ਜਾਂਦੇ ਨੇ ਫਿਰਕਾ ਬੰਦੀ ਉੱਤੇ, ਉਹ ਦੂਜੇ ਇੱਕ ਦੂਜੇ ਬਜ਼ੁਰਗਾਂ ਦੀ ਤੋਹੀਨ ਕਰਦੇ ਨੇ। ਤੁਸੀਂ ਇਹਨੂੰ ਛੱਡ ਦਿਓ, ਤੁਹਾਨੂੰ ਇਹ ਤੁਸੀਂ ਇਸ ਗੱਲ ਦੀ ਯਕੀਨ ਰੱਖਦੇ ਹੋ ਕਿ ਇੱਕ ਇਲਾਕਾਈ ਔਰ ਇੱਕ ਕੌਮੀ ਇੱਕ ਕਲਚਰ? ਨਹੀਂ ਦੇਖੋ ਇਹ ਜੋ ਵੀ ਹੈ, ਲੇਕਿਨ ਇਹਦੇ 'ਚ ਅਸੀਂ ਕਿਸੇ ਦੀ ਤੁਹਾਨੂੰ ਇਸ ਪਾਸੇ ਖਿਆਲ ਆ ਸਕਦਾ ਜਾਂ ਮੁਸ਼ਕਲ ਹੈ? ਮੈਨੂੰ ਇਹਦਾ ਜਵਾਬ ਦਿਓ। ਅਸੀਂ ਸਰ ਕਿਦੇ ਦੀ ਤੇ ਗੱਲ ਇੱਥੇ ਕਰਦੇ ਹੀ ਨਹੀਂ ਪਏ, ਇੱਥੇ ਤੇ ਗੱਲ ਪੇ ਕਰਨੇ ਆ। ਇੱਕ ਗੱਲ ਮਜ਼ਹਬ ਨਾਲ ਮੁਤਲਕ ਹੈ ਵੇ ਖਾਸ, ਸੱਚ ਝੂਠ ਦੀ ਇੱਕ ਬਹਿਸ ਲੱਗ ਗਈ ਹੈ ਜਾਂ ਅਸੀਂ ਸੱਚੇ ਹਾਂ ਜਾਂ ਉਹ ਸੱਚੇ ਨੇ। ਜੇ ਸਾਬਤ ਹੋ ਗਿਆ ਕਿ ਅਸੀਂ ਸੱਚੇ ਹਾਂ, ਇਹ ਇੰਨੀ ਕੋਈ ਗੱਲ ਜਿੰਨੀ ਹੈ, ਇਹਨੂੰ ਇੱਥੇ ਹੀ ਰੱਖਣਾ ਚਾਹੀਦਾ। ਨਾ ਇਹਨੂੰ ਅਸੀਂ ਆਹਨੇ ਹਾਂ ਕਿ ਕੀਦੇ ਦੀ ਗੱਲ ਹੈ, ਅਤੇ ਨਾ ਅਸੀਂ ਇਹਨੂੰ ਆਹਨੇ ਹਾਂ ਕਿਸੇ ਦਾ ਮਜ਼ਹਬ ਸੱਚਾ ਝੂਠਾ ਪਿਆ ਹੁੰਦਾ ਹੈ। ਇਹ ਇੱਕ ਇਹੀ ਮੈਂ ਕਹਿਣਾ ਚਾਹ ਰਿਹਾ ਕਿ ਇਹ ਲੋਕਾਂ ਦਾ ਇੱਕ ਰਵਾਇਤੀ ਆਪਣਾ ਕੌਮੀ ਨਹੀਂ, ਦੋ ਗਰੁੱਪਾਂ ਦੇ ਦਰਮਿਆਨ ਇੱਕ ਸੱਚ ਝੂਠ ਦੀ ਲੜਾਈ ਹੈ। ਅਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ, ਉਹ ਕਹਿੰਦੇ ਨੇ ਅਸੀਂ ਸੱਚ ਬੋਲਦੇ ਹਾਂ। ਸਾਲਸ ਕੋਈ ਫੈਸਲਾ ਕਰਾਇਆ, ਉਹਨਾਂ ਆਖਿਆ ਤੁਸੀਂ ਸੱਚੇ ਹੋਏ ਝੂਠੇ ਨੇ। ਮਜ਼ਹਬ ਤੇ ਬਹਿਸ ਇੱਕ ਅਲੱਗ ਮਾਮਲਾ, ਲੇਕਿਨ ਜਿਹੜੀ ਮੈਂ ਸ਼ਿੱਦਤ ਦੀ ਕਹਿ ਰਿਹਾ ਨਾ, ਜਿਹੜੀ ਸ਼ਿੱਦਤ ਹੁੰਦੀ ਹੈ, ਮੈਂ ਉਹਦੀ ਗੱਲ ਕਰ ਰਿਹਾ। ਮੈਂ ਮਜ਼ਹਬ ਦੀ ਸੱਚਾਈ ਦੀ ਗੱਲ ਨਹੀਂ ਕਰ ਰਿਹਾ, ਸੱਚਾ ਕੌਣ ਖੜਾ ਇਹ ਨਹੀਂ ਮੈਂ ਗੱਲ ਕਰ ਰਿਹਾ। ਮੈਂ ਕਹਿ ਰਿਹਾ ਕਿ ਜਿਹੜਾ ਬਾਕੀ ਸਿਲਸਿਲਾ ਨਾ, ਇਸ ਤੋਂ ਹਟ ਕੇ ਜਿਹੜਾ ਤੁਹਾਡਾ ਜਿਹੜਾ ਅਕਸਰ ਇੱਥੇ ਸੁਣ ਜਾ ਰਿਹਾ, ਜਿਹੜਾ ਹੁਣ ਵੀ ਮੈਂ ਸੁਣਿਆ ਥੋੜ੍ਹੀ ਦੇਰ ਪਹਿਲੇ, ਉਹ ਮਜ਼ਹਬੀ ਰਵਾਇਤੀ ਇਲਾਕਾਈ ਕੌਮੀ ਕਲਚਰ ਦਾ ਇੱਕ ਪਾਰਟ ਜਿਹੜਾ ਲੋਕ ਅਦਾ ਕਰਦੇ ਨੇ, ਕਿਆ ਗੱਲ ਦੁਰਸਤ ਹੈ?
ਨਹੀਂ ਇਹ ਦੋ ਗਰੁੱਪਾਂ ਦੀ ਦੋ ਗਰੋਹਾਂ ਦੀ ਮੁਤਹਾਜਬ ਗਰੋਹਾਂ ਦੀ ਯਾਰ ਦੋ ਹਿੰਦੂ ਲੜਦੇ ਤਾਂ ਕੀ ਕਰਨ ਦੇ ਉਹ ਆਪਣਾ ਕਲਚਰ ਦਿਖਾਉਣ ਦੇ ਦੋ ਇੱਕ ਕ੍ਰਿਸਚਨ ਇੱਕ ਯਹੂਦੀ ਲੜੇਗਾ ਕੀ ਕਰਨ ਦੇ ਆਪਣਾ ਕਲਚਰ ਦਿਖਾਉਣਗੇ ਇਹ ਸਾਡਾ ਕਲਚਰ ਹੈ ਮੁਸਲਮਾਨਾਂ ਦਾ ਕਲਚਰ ਤੇ ਕਲਚਰ ਤੇ ਵੇ ਆਫ ਟਾਕਿੰਗ ਉਹਨੂੰ ਕਹਿੰਦੇ ਨੇ ਨਾ ਲੇਕਿਨ ਜਿਹੜੀ ਜ਼ਿੱਦ ਹੈ ਜਾਂ ਜਿਹੜੀ ਬਹਿਸ ਹੈ ਉਹ ਤਾਂ ਸੱਚ ਝੂਠ ਦੀ ਲੱਗੀ ਹੈ ਨਾ ਚਲੋ ਠੀਕ ਹੈ ਮੇਰਾ ਖਿਆਲ ਠੀਕ ਹੈ ਫਿਰ ਹੈ ਪਹਿਲਾਂ ਫਿਰ ਤੁਹਾਡਾ ਜਲਦੀ ਨਿਬੜ ਜਾ ਤੇ ਫਿਰ ਕੋਈ ਨਾਰਮਲ ਮੌਜੂ ਹੈ ਤਾਂ ਗੁਜਰ ਸਾਹਿਬ ਮੇਰੀ ਗੱਲ ਸੁਣੋ ਨਾ ਮੇਰੀ ਗੱਲ ਸੁਣੋ ਨਾ ਇਹ ਤੇ ਜੈਨੂਇਨ ਜੀ ਗੱਲ ਹੈ ਕਿ ਇਹ ਬੰਦਾ ਜਿਹੜਾ ਜਿਹਦੀ ਇਹ ਫੋਟੋ ਉੱਤੇ ਲੱਗੀ ਹੈ ਇਹਨੂੰ ਸਾਰੀ ਕ੍ਰਿਸਚੈਨਿਟੀ ਜਾਣਦੀ ਹੈ ਦੁਨੀਆਂ ਦੀ ਸਭ ਤੋਂ ਵੱਡੀ ਕੌਮ ਹੈ ਕ੍ਰਿਸਚਨ ਸਾਰੀ ਕ੍ਰਿਸਚੈਨਿਟੀ ਇਸ ਹਸਤੀ ਨੂੰ ਜਾਣਦੀ ਇਹਦੇ ਉੱਤੇ ਇਸ ਬਾਬੇ ਤੁਹਾਡੇ ਨੇ ਇਲਜ਼ਾਮ ਲਾਤਾ ਝੂਠਾ ਇਲਜ਼ਾਮ ਲਾਤਾ ਬਿਲਕੁਲ ਝੂਠਾ ਬੇਬੁਨਿਆਦ ਮੈਂ ਕਿਹਾ ਮੈਂ 500 ਯੂਰੋ ਨਾਮ ਦਿੰਦਾ ਕਹਿੰਦਾ ਆਪਣੇ ਕਜ਼ਨ ਕੋ ਜਮ੍ਹਾਂ ਕਰਵਾ ਗੁੱਜਰ ਸਾਹਿਬ ਤੁਸੀਂ ਸਾਨੂੰ ਆਉਂਦੇ ਹੋ ਮਿਆਨਾ ਰਵੀ ਕਰਵਾ ਮੈਂ ਸਬੂਤ ਪੇਸ਼ ਕਰਾਂਗਾ ਅੱਛਾ ਮੈਂ ਆਪਣੇ ਕਜ਼ਨ ਕੋਲ ਜਰਮਨੀ ਪੈਸੇ ਜਮ੍ਹਾਂ ਕਰਵਾਏ ਨੇ ਇਹ ਲੰਮੇ ਪੈ ਰਹੇ ਨੇ ਤੁਸੀਂ ਆਉਂਦੇ ਹੋ ਤੁਸੀਂ ਮਿਆਨਾ ਰਵੀ ਫੜੀ ਰੱਖੋ ਦੱਸੋ ਵੀ ਕਿੰਨੀ ਕੁ ਮਿਆਨਾ ਰਵੀ ਫੜ ਕੇ ਰੱਖੀਏ ਨਹੀਂ ਤੁਸੀਂ ਆਪਣਾ ਜਿਹੜੀ ਜਸਟਿਸ ਕਰ ਰਹੇ ਹੋ ਕਿ ਜਿਹੜਾ ਮਤਲਬ ਜਿਹਦੀ ਮਤਲਬ ਇਸਲਾਮ ਤਾਲੀਮ ਦਿੰਦਾ ਜਿਹੜੀ ਰਸੂਲ ਪਾਸ ਨੂੰ ਦੱਸਿਆ ਕਿ ਅਗਰ ਤੁਸੀਂ ਆਪਣੇ ਅਕੀਦ ਆਪਣੇ ਮਾਮਲੇ ਸੱਚੇ ਹੋ ਅਤੇ ਆਪਣੀ ਕੋਸ਼ਿਸ਼ ਜਾਰੀ ਰੱਖੋ ਔਰ ਉਹ ਚੁਸੇ ਨਾ ਰੱਖੋ ਔਰ ਉਹਦੇ ਸਬਰ ਧਮਲ ਨਾਲ ਉਸ ਮਾਮਲੇ ਤੈਅ ਕਰੋ ਇਹ ਤਾਂ ਕਿਹਾ ਨਹੀਂ ਹੈ ਕਿ ਤਲਵਾਰਾਂ ਕਰਨ ਲਓ ਅਤੇ ਲੜਾਈਆਂ ਕਰੋ ਅਤੇ ਗਾਲਾਂ ਕਰੋ ਇਹ ਕੋਈ ਲੜਾਈ ਨਹੀਂ ਪਈ ਕਰਦੇ ਗੱਲ ਨਾਲ ਇਸਤੇਮਾਲ ਕੀਤੇ ਨੇ ਉਸਨੇ ਤਾਂ ਰੱਖੋ ਮੈਂ ਤਾਂ ਕਿਹਾ ਵੇ ਲੜਾਈ ਛੜਾਈ ਤੇ ਹੁਣ ਉਹਨਾਂ ਦੀ ਮਰਜ਼ੀ ਉਹਨਾਂ ਨੇ ਕਰਨੀ ਹੈ ਤੇ ਕਰਨੀ ਅਸੀਂ ਤੇ ਲੜਾਈ ਨਹੀਂ ਪਏ ਕਰਦੇ ਅਸੀਂ ਤੇ ਕਹਿੰਦੇ ਹਾਂ ਤੁਸੀਂ ਪੈਸੇ ਦਿਓ ਜਿਹੜਾ ਤੁਸੀਂ ਵਾਅਦਾ ਕੀਤਾ ਤੁਸੀਂ ਜੱਜ ਮੰਨ ਕੇ ਮੁੱਕਰਦੇ ਪਏ ਹੋ ਤੇ ਦੌੜਦੇ ਪਏ ਹੋ ਨਗੱਲੇ ਹੁੰਦੇ ਪਏ ਹੋ ਪੈਸੇ ਮੁੱਥੇ ਮਾਰੋ ਸਾਡੇ ਸਾਡੇ ਹੀ ਗੁਜਰਾਤ ਦੇ ਵਿੱਚ ਦੋ ਹਿੱਸੇ ਨੇ ਇੱਕ ਹਿੱਸਾ ਉਹ ਜਿਹੜਾ ਆਪਣਾ ਇੱਕ ਬਿਹਤਰੀਨ ਰਵਾਇਤ ਰੱਖਦਾ ਇੱਕ ਹਿੱਸਾ ਉਹ ਜਿਹਦੇ ਵਿੱਚ ਲੋਕ ਕਹਿੰਦੇ ਨੇ ਮੈਂ ਅਕਸਰ ਸੁਣਿਆ ਨਾ ਕੋਈ ਬਾਹਰ ਵੀ ਗਏ ਉਹਨਾਂ ਤੋਂ ਕਹਿੰਦੇ ਨੇ ਯਾਰ ਉਹ ਮੇਰੀ ਸੁਣਦਾ ਹੀ ਕੋਈ ਨਹੀਂ ਆ ਮੇਰੀ ਮਦਦ ਨਹੀਂ ਕਰਦਾ ਮੈਂ ਯਾਰ ਤੇਰੇ ਤਾਂ ਪਿੰਡ ਦਾ ਬੰਦਾ ਵੇ ਕਹਿੰਦੇ ਭਾਵੇਂ ਪਿੰਡ ਦੇ ਨੇੜੇ ਮੇਰੇ ਨੇੜੇ ਵੀ ਇਹ ਨਹੀਂ ਕਰਦੇ ਹਨ ਇਹ ਦੋ ਕਲਚਰ ਪਾਏ ਕਿਸੇ ਤੋਂ ਪਾਏ ਦੇ ਨੇ ਇੱਕ ਪਾਸੇ ਉਹ ਕਲਚਰ ਜਿੱਥੇ ਜਿਨ੍ਹਾਂ ਦੇ ਨਾਂ 'ਤੇ ਗੁਜਰਾਤ ਦਾ ਨਾਂ ਰੱਖਿਆ ਗਿਆ ਵੇ ਇੱਕ ਪਾਸੇ ਉਹ ਕੌਮ ਹੈ ਅਤੇ ਦੂਜੇ ਪਾਸੇ ਦੂਜੀ ਕੌਮ ਹੈ ਤੁਹਾਨੂੰ ਪਤਾ ਹੀ ਹੈ ਇਸ ਵਾਸਤੇ ਪਾਕਿਸਤਾਨ ਦੇ ਵਿੱਚ ਮੁਸਲਿਮ ਕੌਮਾਂ ਨੇ ਮੁਸਲਿਮ ਰਵਾਇਤਾਂ ਨੇ ਆਪਣੇ ਆਪਣੇ ਉਹਨਾਂ ਦੇ ਕਲਟ ਨੇ ਆਪਣੇ ਆਪਣੇ ਉਹਨਾਂ ਦੀ ਘਰਾਂ ਦੀ ਤਰਬੀਅਤ ਹੈ ਉਹ ਫਿਰ ਅਦਾਇਗੀ ਕਰਦੇ ਨੇ ਮੈਂ ਤਾਂ ਉਹਨਾਂ ਨੂੰ ਤਰੀਕਾ ਦੱਸੋ ਗੁਜਰ ਸਾਹਿਬ ਤਰੀਕਾ ਦੱਸੋ ਨਾ 1,600,000 ਯੂਰੋ ਕਿੰਝ ਲਈਏ ਤਰੀਕਾ ਮੈਂ ਤੁਹਾਡਾ ਹੁਣ ਮਸ਼ੀਰ ਤੇ ਸੋਚ ਕੇ ਨਹੀਂ ਸੀ ਆਇਆ ਲੇਕਿਨ ਮੈਂ ਤਰੀਕਾ ਹੀ ਤੁਹਾਨੂੰ ਦੱਸ ਦਿੱਤਾ ਤੁਹਾਨੂੰ ਮੈਂ ਤਰੀਕਾ ਗੁਜਰ ਭਰਾ ਤੇ ਆਏ ਹੋ ਨਾ ਕੋਈ ਮਸ਼ਵਰਾ ਗੁਜਰ ਭਰਾ ਤੇ ਮੈਂ ਦੱਸ ਦਿੱਤਾ ਤਰੀਕਾ ਦੱਸ ਛੜਿਆ ਵੇ ਕੀ ਕਿਹਾ ਮੈਂ ਭਲਾ ਕੀ ਮੈਂ ਕਿਹਾ ਤੁਸੀਂ ਸਬਰ ਧਮਲ ਤੋਂ ਕੰਮ ਲਵੋ ਤੇ ਸਾਬਤ ਕਦਮ ਰਵੋ ਨਹੀਂ ਉਹ ਤਾਂ ਇਹ ਤਾਂ ਅੱਗੇ ਵੀ ਕਰਦੇ ਆ ਨਾ ਇੰਜ ਤੇ ਪੈਸੇ ਨਹੀਂ ਨਾ ਲੱਭਦੇ ਆਣ ਲੇਟ ਹੁੰਦੇ ਆ ਫੇ ਸਬਰ ਧਮਲ ਦਾ ਕੀ ਮਤਲਬ ਹੁੰਦਾ ਕਿ ਤੁਸੀਂ ਸਬਰ ਹੀ ਰੱਖੋ ਤੇ ਸਾਬਤ ਕਦਮ ਵੀ ਰਵੋ ਸਾਬਤ ਕਦਮ ਪਤਾ ਜੀ ਨਾ ਤੁਹਾਡਾ ਪੈਰ ਨਾ ਫਿਸਲੇ ਤੇ ਜਸਤਜੂ ਵੀ ਆਪਣੀ ਜਾਰੀ ਰੱਖੋ ਤੇ ਜੇ ਤੁਸੀਂ ਸੱਚੇ ਹੋਏ ਤਾਂ ਅੱਲਾਹ ਤਾਲਾ ਤੁਹਾਨੂੰ ਜ਼ਰੂਰ ਕਾਮਯਾਬ ਕਰੇਗਾ ਇਹ ਫੋਟੋ ਇੱਥੇ ਲਾ ਕੇ ਰੱਖੀਏ ਇਜਾਜ਼ਤ ਹੈ ਬਈ ਜੇ ਮਤਲਬ ਜਿਸ ਕੰਮ ਵਿੱਚ ਫਿਤਰਾ ਨਹੀਂ ਪੈਦਾ ਉਹ ਤੁਸੀਂ ਕਰ ਸਕਦੇ ਹੋ ਜੇ ਕਿਸੇ ਕੰਮ ਫਿਤਰਾ ਨਹੀਂ ਹੈ ਇਹਦੇ ਨਾਲ ਕੋਈ ਫਿਤਰਾ ਨਹੀਂ ਨਾ ਪੈਦਾ ਪਿਆ ਹੁੰਦਾ ਅਗਰ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਫਿਤਰਾ ਨਹੀਂ ਪੈਂਦਾ ਤਾਂ ਠੀਕ ਹੈ ਤੁਹਾਡੀ ਮਰਜ਼ੀ ਨਹੀਂ ਤੁਹਾਡੇ ਖਿਆਲ ਚ ਹੁੰਦਾ ਵਾ ਇੰਨਾ ਹੀ ਆਖਿਆ ਕਿ ਤੁਸੀਂ ਮੁਨਾਜ਼ਰੇ ਇਸਲਾਮ ਦੇ ਉੱਤੇ ਝੂਠਾ ਇਲਜ਼ਾਮ ਲਾਇਆ ਮਾਫ਼ੀ ਮੰਗੋ ਇਹਦਾ 600 ਯੂਰੋ ਅਦਾ ਕਰੋ ਮਾਫ਼ੀ ਮੰਗੋ ਅਤੇ ਬੱਤੀ ਭਜਾਓ ਆਰਾਮ ਕਰੋ ਉਹ ਵੀ ਤਾਂ ਬੰਦੇ ਹੈ ਨਾ ਜਿਹੜੇ ਤੁਹਾਡੇ ਕੋਲ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਉੱਥੇ ਬੈਠਾ ਆਉਂਦੇ ਨੇ ਅਤੇ ਉਹ ਵਿਚਾਰੇ ਗਾਲਾਂ ਕੱਢਦੇ ਨੇ ਔਰ ਬਾਅਦ ਚੋਂ ਪਛਤਾਵਾ ਵੀ ਹੁੰਦਾ ਹੈਗਾ ਯਕੀਨੀ ਗੱਲ ਮੇਰਾ ਖਿਆਲ ਹੈ ਕਿ ਇਹ ਕੰਮ ਗਲਤ ਹੈ
ਉਹ ਇਹੋ ਜਿਹੇ ਮਾਮਲੇ 'ਚ ਲੱਗ ਕੇ ਅਤੇ ਮੇਰਾ ਖਿਆਲ ਇਹ ਕੰਮ ਕਰਨਾ ਨਹੀਂ ਚਾਹੀਦਾ ਸੀ। ਅਗਰ ਇੱਕ ਰਵਾਇਤ ਹੈ ਵੀ ਇਹ ਪਹਿਲੇ ਤਾਂ ਇਹ ਜ਼ਰੂਰੀ ਸ਼ਰਤ ਨਹੀਂ ਹੈ ਕਿ ਉਹੀ ਉਸ ਰਵਾਇਤ ਨੂੰ ਮੁਸਲਸਲ ਕਾਇਮ ਰੱਖਿਆ ਜਾਵੇ। ਹੋਰ ਬਹੁਤ ਸਾਰੇ ਤਰੀਕੇ ਨੇ ਤੁਹਾਨੂੰ ਆਪਸ ਵਿੱਚ ਗੁੱਜਰ ਸਾਹਿਬ ਤੁਹਾਡੀ ਉਮਰ ਕਿੰਨੀ ਹੈ? ਮੇਰੀ 54 ਮੇਰੇ ਨਾਲ ਨਿੱਕੇ ਵੱਡੇ ਹੋ? ਬਸ ਤੁਹਾਡੇ ਨਾਲ ਦੀ ਹਾਂ ਮੈਂ 53-55 ਹੀ ਹੋ। ਇਹ ਜਿਹੜੇ ਮੀਰ ਸਾਹਿਬ ਨੇ ਤੁਹਾਡੇ ਨਾਲੋਂ ਵੀ ਵੱਡੇ ਨੇ ਅਤੇ ਮੇਰੇ ਨਾਲ ਵੱਡੇ ਨੇ, ਉਹਨਾਂ ਨੂੰ ਨਹੀਂ ਪਤਾ ਵੀ ਸ਼ਰਤ ਨਹੀਂ ਲਾਈ ਦੀ ਹੈ? ਮੈਂ ਤਾਂ ਕਹਿ ਰਿਹਾ ਅਗਰ ਕੋਈ ਰਵਾਇਤ ਪਹਿਲੇ ਜਾਰੀ ਹੋਈ ਹੈ ਤਾਂ ਲਾਜ਼ਮ ਨਹੀਂ ਹੈ ਕਿ ਉਹਦੇ ਉੱਤੇ ਉਸੇ 'ਤੇ ਅਮਲ ਕੀਤਾ ਜਾਵੇ। ਹੋਰ ਬੜੇ ਵੀ ਤਰੀਕੇ ਦੱਸੇ ਨੇ, ਮਤਲਬ ਕੁਛ ਸਖ਼ਤ ਲਫਾਜ਼ ਨੇ ਜਿਹੜੇ ਕਿ ਅੰਬੀਆ ਤਰਫੋਂ ਅਦਾ ਕੀਤੇ ਗਏ ਨੇ, ਲੇਕਿਨ ਕਿਸੇ ਖਾਸ ਹਿਕਮਤ ਦੇ ਤਹਿਤ। ਹੁਣ ਹਰ ਵਕਤ ਮੈਂ ਆਪਣੇ ਮੂੰਹ 'ਚ ਉਹ ਹੀ ਰੱਖ ਕੇ ਤੁਹਾਨੂੰ ਹੱਥ ਪਾਵਾਂਗਾ ਤਾਂ ਤੁਸੀਂ ਮੇਰੇ ਨਾਲ ਲੜੋਗੇ? ਨਹੀਂ, ਜਿਸ ਵੇਲੇ ਦੀ ਜ਼ਰੂਰਤ, ਜਿਸ ਵੇਲੇ ਸ਼ਰਤ ਦੀ ਜ਼ਰੂਰਤ ਹੋਵੇ ਫਿਰ ਉਸ ਵੇਲੇ ਲਾਉਂਦੇ ਨੇ, ਕਿਹੜਾ ਉਹ ਰੋਜ਼ ਲਾਉਂਦੇ ਨੇ। ਲੇਕਿਨ ਉਹਨਾਂ ਨੇ ਅੱਲਾਹ ਤਾਲਾ ਨੇ ਇਨਸਾਨ ਵੀ ਅਕਲ ਦਿੱਤੀ ਹੈ ਨਾ, ਔਰ ਕਿਹਾ ਕਿ ਇਹ ਬੰਦਿਆ ਜਿਸ ਤਰ੍ਹਾਂ ਦਾ ਮੌਸਮ ਜਿਸ ਤਰ੍ਹਾਂ ਦਾ ਵਕਤ ਹੋਏ ਤਾਂ ਉਸ ਤਰ੍ਹਾਂ ਦੀ ਗੁਫਤਗੂ ਕਰਿਆ ਕਰ। ਕੀ ਖਿਆਲ ਹੈ? ਹਾਂਜੀ ਹਾਂਜੀ, ਹੁਣ ਠੀਕ ਠਾਕ ਦੇ ਉੱਤੇ ਫਿਰ ਇਹੋ ਹੀ ਗੁਫਤਗੂ ਅਸੀਂ। ਚਲੋ ਠੀਕ ਹੈ, ਮੈਂ ਤੁਹਾਨੂੰ ਐਸਾ ਲੰਬਾ ਸਫ਼ਰ ਕਰਕੇ ਲੱਗਿਆ ਨਹਾਉਣ, ਤਾਂ ਕੁਦਰਤੀ ਮੈਂ ਵੇਖਿਆ ਇੱਕ ਬਰੋਡ ਲੱਗੀ ਹੈ ਵਾਲੀ ਅਤੇ ਇੱਕ ਮੌਜੂ ਤੁਹਾਨੂੰ ਲੈਣ, ਮੈਂ ਚਲੋ ਇਹਨਾਂ ਨਾਲ ਸੌਂਦਾ ਜਾਵੇ। ਤੁਸੀਂ ਗੁੱਜਰ ਹੋ ਅਤੇ ਮੇਰੀ ਗੱਲ ਮੈਂ ਵੈਸੇ ਖਾਸ ਦਿਲਚਸਪੀ ਲੈਂਦਾ, ਜਿੱਥੇ ਤੁਹਾਡੇ ਨਾਲ ਮੈਂ ਇੰਨੀ ਗੱਲ ਕਰ ਲਈ ਹੈ ਨਾ ਅਹਿਮ ਦੀ, ਜਦੋਂ ਮੇਰੇ ਨਾਲ ਸਬੂਤ ਕਰਕੇ ਮੈਂ ਕਹਿੰਦਾ ਨੋ ਇੰਟਰਸਟ, ਤਾਈ ਬੋਰੀਅਤ ਹੁੰਦੀ ਮੈਨੂੰ, ਜਾਓ ਨਿਬੜੋ ਜਾ ਕੇ ਆਪੇ ਕਰੋ ਜਾ ਕੇ। ਚੀਮੇ ਲਿਖਿਆ ਤੇ ਉਹ ਵਿਹੜੇ ਆ ਕੇ ਨੱਚਣ ਲੱਗੇ ਨੇ, ਪੈਸੇ ਵੀ ਜੁੱਤੇ ਨੇ ਤੇ ਮੱਥੇ ਮਾਰੋ ਜਾਨ ਚੜਾਓ, ਬਿਸਤੀ ਕਾਹਨੂੰ ਕਰਾਉਂਦੇ ਪੇ ਜਮਾਤ ਦੀ ਨਾ। ਚਲੋ ਅੱਲਾਹ ਤਾਲਾ ਅੱਲਾਹ ਖੈਰ ਕਰੇ ਸਭ ਦੀ, ਤੁਹਾਡੀ ਵੀ ਉਹਨਾਂ ਦੀ ਵੀ, ਉਹਨਾਂ ਨੂੰ ਅੱਲਾਹ ਤਾਲਾ ਦਇਆ ਦੇਵੇ ਕਿ ਉਸਨੇ ਦਾਨ ਰੱਖ ਕੇ ਸਬਰ ਤੋਂ ਤੁਹਾਡਾ ਮਾਮਲਾ ਤੈਅ ਕਰੋ, ਤੁਸੀਂ ਵੀ ਕਰ ਲਓ, ਮੈਂ ਤੁਹਾਡਾ ਇਸ ਮੁੱਦੇ ਗੱਲ ਕਰ ਲਈ ਉਹਨਾਂ ਨਾਲ ਕਰਦੇ ਹੀ ਕੋਈ ਨਹੀਂ। ਦੁਆ ਨਹੀਂ ਉਹ ਕਰਦੇ ਵੀ ਅੱਲਾਹ ਉਹਨਾਂ ਨੂੰ ਅਕਲ ਦੇ ਦਿਓ, ਪੈਸੇ ਦੇ ਸਕਣ ਉਹਨੇ। ਉਹ ਤਾਂ ਫਿਰ ਮੈਨੂੰ ਮੈਂ ਪੂਰਾ ਕੇਸ ਪੜ੍ਹਨਾ ਚਾਹੀਦਾ ਨਾ, ਮੈਨੂੰ ਮੈਂ ਪੜ੍ਹੀ ਕੋਈ ਨਹੀਂ ਹੈ। ਕੇਸ ਤੇ ਫੈਸਲ ਹੋ ਚੁੱਕਿਆ ਨਾ, ਕੇਸ ਉਹਨਾਂ ਜੱਜ ਮੰਨ ਕੇ ਜੱਜ ਕੋਈ ਫੈਸਲਾ ਕਰਾ ਕੇ ਤੇ ਰੋਣਾ ਸ਼ੁਰੂ ਕਰ ਦਿੱਤਾ ਹੈ। ਜੱਜ ਉਹਨਾਂ ਨੇ ਆਖਿਆ ਕਿ ਇਹ ਸਾਡੇ ਮੁਕੱਦਮੇ ਦਾ ਜੱਜ ਸਾਡੀ ਤਰਫੋਂ ਤਾਰਕ ਚੌਹਾਨ, ਮੈਂ ਕਿਹਾ ਕਬੂਲ ਹੈ। ਤਾਰਕ ਚੌਹਾਨ ਨੇ ਫੈਸਲਾ ਕੀਤਾ ਸੁਣ ਕੇ ਦੋਵਾਂ ਵੱਲਾਂ ਨੂੰ, 3-4 ਘੰਟੇ ਦੀ ਬਰਾੜ। ਸਾਕੀ ਸਾਹਿਬ ਮਾਇਕ ਪੁੱਟੋ। ਉਹਦੇ ਬਾਅਦ ਜੱਜ ਦਾ ਫੈਸਲਾ ਸੁਣਨ ਤੋਂ ਬਾਅਦ ਬੰਦਾ ਆਖ ਦੇਵੇ ਕਿ ਜੱਜ ਬੇਈਮਾਨ ਹੈ, ਅਸਾਂ ਨਹੀਂ ਮੰਨਣਾ, ਦੱਸੋ ਅਸੀਂ ਕੀ ਕਰੀਏ? ਅਸਲਾਮੁਅਲੈਕਮ। ਵਾਲੇਕਮ ਸਲਾਮ ਰਹਿਮਤੁਲਾਹ। ਇਹ ਮੇਰਾ ਭਾਂਜਾ ਬਣਾ ਦਿੱਤਾ, ਇਹਨਾਂ ਨੇ ਆਖਿਆ ਤੂੰ ਭਾਂਜਾ ਅਮਰ ਨਜ਼ੀਰ ਦਾ, ਚੱਲ ਮਾਮੇ ਕੋਲ। ਇਹ ਬਸਤਾ ਚੁੱਕਿਆ ਇੱਥੇ ਟੁਰ ਆਇਆ ਉਸ ਦਿਨ ਦਾ। ਪਤਾ ਨੀ ਕਿਉਂ ਇਸ ਗੱਲ ਨੂੰ ਖਿੱਚਦੇ ਨੇ ਪੇ, ਜਦੋਂ ਇੱਕ ਫੈਸਲਾ ਹੋ ਗਿਆ ਤੇ ਖੁੱਲੇ ਸੀਨੇ ਨਾਲ ਮੰਨ ਕੇ ਤੇ ਅਗਲਿਆਂ ਨੂੰ ਲੱਖ ਰੁਪਈਆ ਦਿਓ ਅੱਗੋਂ ਬੈਠਣਾ। ਵਾਲੇਕੁਮ ਸਲਾਮ ਬਾਈ, ਮੈਨੂੰ ਤੇ ਤਾਰ ਟੋਨੀ ਦੀ ਗੱਲ ਤੇ ਇੰਨੀ ਹੱਸੀ ਆਈ, ਕਹਿੰਦਾ ਕਿ ਰੇਂਜ ਨਾ ਹੋ ਜਾਏ ਜਮਾਤ ਦੇ ਬੰਦੇ ਮਲਟੀਪਲ ਟ੍ਰਾਂਜੈਕਸ਼ਨਸ ਕਰ ਦੇਣ, ਡਬਲ ਟ੍ਰਿਪਲ ਪੇਮੈਂਟ ਹੋ ਜਾਏ। ਉਹ ਇੱਕ ਵਾਰੀ ਹੁੰਦੀ ਨਹੀਂ ਵੀ ਡਬਲ ਟ੍ਰਿਪਲ ਕਿੱਥੋਂ ਆਉਣੀ ਹੈ। ਉਹ ਲਾਸ਼ਾਂ ਨੂੰ ਪਿਆਂਦਾ ਜਜ਼ਬਾਤ 'ਚ ਨਹੀਂ ਆਉਣਾ, ਉਹ ਲਾਸ਼ਾਂ ਪਈਆਂ ਨੇ ਉਹਨਾਂ ਨੂੰ ਪਿਆਂਦਾ ਜਜ਼ਬਾਤ 'ਚ ਨਹੀਂ ਆਉਣਾ। ਉਹ ਯਾਰ ਤੇਰੇ ਚੇਨੇ ਜਜ਼ਬਾਤ ਦੇ, ਤੂੰ ਆਪੇ ਕਹਿ ਮੈਂ ਲੱਖ ਦੇ ਦੇਣਾ ਅਮਰ, ਐ ਲੈ ਅਮਰ ਨਜ਼ੀਰ ਲੱਖ ਰੁਪਿਆ ਬਾਈ, ਮੈਂ ਐਲਾਨ ਕਰਦਾ ਹੋਰ ਕੋਈ ਬੰਦਾ ਨਾ ਦੇਵੇ, ਗੱਲ ਖਤਮ ਹੋ ਜਾਏ। ਯਾ ਸਭ ਦੇ ਸਾਹਮਣੇ ਐਲਾਨ ਕਰੋ, ਜਦੋਂ ਸਾਹਿਬ ਸੁਣਿਆ ਜੇ ਖੜਾ ਸ਼ਾਮੀ। ਅਮਿਰ ਭਾਈ ਕੀ ਹਾਲ ਹੈ, ਠੀਕ ਹੋ? ਅਲਹਮਦੁਲਿਲਾ, ਅੱਲਾਹ ਦਾ ਕਰਮ ਸ਼ੁਕਰ। ਤੁਸੀਂ ਸੁਣਾਓ?
ਸ਼ੁਕਰ ਹੈ ਜੀ, ਯਹੋਵਾਹ ਪਾਕ ਖੁਦਾ ਦਾ। ਮੈਂ ਬਸ ਉਹ ਬਿਜ਼ੀ ਸਾਂ, ਛੁੱਟੀਆਂ 'ਤੇ ਨਿਕਲਿਆ ਸਾਂ ਜ਼ਰਾ। ਅੱਛਾ, ਹਾਂ ਇਹ ਹੁਣ ਅੱਜ ਹੀ ਮੈਂ ਥੋੜ੍ਹੀ ਜਿਹੀ ਵੇਖਿਆ ਨੇ ਕਿ ਉਹ ਪਤਾ ਲੱਗਿਆ ਕਿ ਪੈਸੇ ਹਾਲੇ ਤੱਕ ਨਹੀਂ ਮਿਲੇ, ਫੈਸਲਾ ਹੋ ਗਿਆ, ਫਿਰ ਵੀ ਪੈਸੇ ਨਹੀਂ ਮਿਲੇ। ਪੈਸੇ ਤਾਂ ਦੇਣੇ ਹੀ ਪੈਣੇ ਨੇ ਉਹਨਾਂ ਨੂੰ, ਜਾਣਾ ਕਿੱਥੇ ਨੇ। ਲੇਕਿਨ ਇਹ ਕਿ ਉਹਨਾਂ ਨੇ ਨਾ ਸ਼ਾਇਦ ਇਹ ਪਸੰਦ ਕੀਤਾ ਕਿ ਲੈਣ ਵਾਲੇ ਸਾਡੇ ਵਿਹੜੇ ਆ ਕੇ ਨੱਚਣ ਕੁੱਦਣ, ਸਾਨੂੰ ਗਾਲਾਂ ਕੱਢਣ, ਬੁਰਾ ਭਲਾ ਕਵਣ, ਅਤੇ ਬਾਅਦ 'ਚ ਪੈਸੇ ਦੇਵਾਂਗੇ। ਇਹ ਉਹਨਾਂ ਦੀ ਚੋਇਸ ਹੈ ਆਪਣੀ। ਅਤੇ ਡਿਮਾਂਡ ਕੀ ਹੁਣ ਉਹਨਾਂ ਦੀ, ਫੈਸਲਾ ਹੋਣ ਤੋਂ ਬਾਅਦ ਕੀ ਕਹਿ ਰਹੇ ਨੇ ਹੁਣ? ਜੱਜ ਨੂੰ ਮੰਨ ਕੇ ਕੇਸ ਸੁਣਵਾ ਕੇ ਫੈਸਲਾ ਕਰਵਾ ਕੇ ਆਂਦੇ ਨੇ ਜੱਜ ਬੇਈਮਾਨ ਹੋ ਗਿਆ। ਤੇ ਹੁਣ ਕੀ ਕਰਨਾ? ਹੁਣ ਆਂਦੇ ਨੇ ਇੱਕ ਵਾਰੀ ਆਂਦੇ ਨੇ ਜੱਜ ਸਾਹਿਬ ਤੁਸੀਂ ਦੁਬਾਰਾ ਸੁਣੋ ਸਾਡਾ ਕੇਸ। ਜਿਸ ਵੇਲੇ ਆਂਦੇ ਨੇ ਮੈਂ ਨਹੀਂ ਸੁਣਨਾ, ਤੇ ਆਂਦੇ ਨੇ ਫਿਰ ਉਸ ਵੇਲੇ ਕੁੜੀ ਦਾ ਸਾਗ ਦੇਣ ਵਾ ਤੇ ਸ਼ੁਰੂ ਸੁਣਿਆ ਹੀ ਉਹਨੂੰ ਗਾਲਾਂ ਕੱਢਣੀ ਸ਼ੁਰੂ ਹੋ ਜਾਂਦੇ। ਪਹਿਲਾਂ ਮਿਹਨਤ ਕਰਦੇ ਨੇ ਤੇ ਪੈੜੀ ਪੈਰੀ ਟਹਿੰਦੇ ਨੇ, ਜਿਸ ਵੇਲੇ ਠੁੱਡਾ ਮਾਰ ਕੇ ਪਰਾਂ ਕਰਦਾ ਜੱਜ ਉਹਨੂੰ ਗਾਲੀ ਸ਼ੁਰੂ ਹੋ ਜਾਂਦਾ ਤਾਰਕ ਚੌਹਾਨ ਨੂੰ। ਜੀ ਮਤਲਬ ਵੈਸੇ ਜ਼ਬਾਨੀ ਚਸਕਾ ਲੱਗਾ ਹੈ ਇਹਨਾਂ ਨੂੰ ਵੀ, ਸਾਰਿਆਂ ਨੂੰ ਵੀ, ਪੈਸੇ ਦੇਣ ਤੇ ਗੱਲ ਖਤਮ ਕਰਨ, ਗੱਲ ਹੋਰ ਕੋਈ ਰਹਿ ਕੋਈ ਨਹੀਂ ਗਈ, ਕਿਉਂਕਿ ਫੈਸਲਾ ਤੇ ਦੋ ਟੋਕ ਹੋ ਗਿਆ ਸੀ ਉਦੋਂ ਤੇ ਮੈਂ ਵੀ ਸੁਣਿਆ ਸੀ ਤੇ ਕਾਫੀ ਦਿਨ ਹੋ ਗਏ ਨੇ ਇਹਨੂੰ ਦੇ। ਤੇ ਉਸ ਤੋਂ ਬਾਅਦ ਉਹ ਜਿਹੜੇ ਇੱਕ ਕੋਈ ਸਿੱਧੂ ਸਾਹਿਬ ਨੇ ਸ਼ਾਇਦ ਉਹਨਾਂ ਨੇ ਆ ਕੇ ਤੇ ਉਹ ਮਰਜ਼ਈ ਸਾਹਿਬ ਨੇ ਕਿਹਾ ਸੀ ਕਿ ਮੈਂ ਪੈਸੇ ਜਿਹੜੇ ਉਹ ਵਿਦਿਨ 7 ਡੇਜ਼ ਤੁਹਾਨੂੰ ਦੇ ਦਾਂਗਾ। ਇੱਥੋਂ ਤੱਕ ਗੱਲ ਮੈਨੂੰ ਪਤਾ ਹੈ, ਉਸ ਤੋਂ ਬਾਅਦ ਕੀ ਕਹਾਣੀ ਅੱਗੇ ਚੱਲੀ ਉਹ ਨਹੀਂ ਪਤਾ। 7 ਡੇਜ਼ ਹੀ ਇਹ ਕੰਪਲੀਟ ਨਹੀਂ ਹੋਏ, ਅੱਜ ਫਰਾਈਡੇ ਵੇ, ਕੱਲ੍ਹ ਸੈਚਰਡੇ ਵੇ, ਸੰਡੇ ਨੂੰ ਹੋਇਆ ਸੀ ਇਹ ਮੁਨਾਜ਼ਰਾ ਨਾ ਪਿਛਲੇ ਸੰਡੇ, ਤੇ ਜੇ ਉਹ ਸੰਡੇ ਗੁਜ਼ਰ ਗਿਆ ਤੇ ਨਾ ਪੈਸੇ ਨਾ ਦਿੱਤੇ ਤੇ ਫਿਰ ਅਸੀਂ। ਨਹੀਂ ਨਹੀਂ ਅਮਰ ਭਾਈ ਤੁਸੀਂ ਇੱਕ ਗੱਲ ਭੁੱਲ ਗਏ ਹੋ, 7 ਡੇਜ਼ ਤੋਂ ਪਹਿਲੇ ਹੀ ਇੱਕ ਮਰਜ਼ਈ ਨੇ ਦੂਸਰੇ ਮਰਜ਼ਈ ਦੇ ਅਕਾਊਂਟ 'ਚ 1 ਲੱਖ ਰੁਪਿਆ ਪਾ ਦਿੱਤਾ ਸੀ ਤੇ ਦੂਜੇ ਨੇ ਕਿਹਾ ਮੈਨੂੰ ਮਿਲ ਗਏ ਨੇ, ਤੇ ਜੱਜ ਨੇ ਹੁਕਮ ਕਿਹਾ ਹੁਣ ਟ੍ਰਾਂਸਫਰ, ਉਹਨੇ ਕਿਹਾ ਹੁਣ ਹੋ ਜਾਏਗਾ ਮੈਂ ਦੇ ਦਿਆਂਗਾ। ਇਹ ਅਲੀਮ ਦੇ ਜਦੋਂ ਅਲੀਮ ਨੂੰ 1 ਲੱਖ ਰੁਪਿਆ ਉਹਨਾਂ ਦੇ ਦਿੱਤਾ ਹੈ ਤੇ ਦੇਣ ਲੈਣ ਲੱਗੇ ਨਾ ਸਾਡੇ ਤਾਂ ਨਹੀਂ ਨਾ ਪਹੁੰਚਦੇ। ਮਤਲਬ ਹੁਣ ਸਾਡੇ ਹੱਕ ਦੇ ਵਿੱਚ ਫੈਸਲਾ ਕਰਨ ਨਾ ਜੀ? ਅੱਛਾ, ਤੇ ਆਪ ਹੀ ਕਰ ਲੈਣਾ ਫੈਸਲਾ, ਫਿਰ ਜੱਜ ਦੀ ਕੀ ਜ਼ਰੂਰਤ ਹੈ? ਆਪ ਹੀ ਉੱਥੇ ਕਿਸੇ ਬੰਦੇ ਨੂੰ ਪਾ ਲੈਣੀ, ਖਲੀਫੇ ਕੋਲ ਚਲੇ ਜਾਣ, ਉਹਨੂੰ ਕਹਿਣ ਸਾਡੇ ਹੱਕ ਦੇ ਵਿੱਚ ਇੱਕ ਖਤ ਲਿਖਦੇ ਤੇ ਉਹ ਲਿਖਦੇ ਹੋਰੇ ਸ਼ਾਇਦ ਤੇ ਲਿਆ ਕੇ ਵਿਖਾ ਦੇਣ ਲੋਕਾਂ ਨੂੰ, ਫਿਰ ਤਾਰਕ ਚੌਹਾਨ ਦੀ ਤੇ ਲੋੜ ਹੀ ਨਾ ਰਹੀ। ਇਹਨਾਂ ਦੇ ਕੋਲ ਸਿਰਫ ਇੱਕੋ ਇਹਨਾਂ ਦਾ ਫੈਸਲਾ ਹੈ ਕਿ ਅਸੀਂ ਫੈਸਲਾ ਆਪ ਕਰਾਂਗੇ ਆਪਣੇ ਮੁਕੱਦਮੇ ਦਾ ਤੇ ਆਪਣੇ ਹੱਕ 'ਚ ਕਰਾਂਗੇ, ਤੇ ਤਾਂ ਤੁਸੀਂ ਅਸੀਂ ਉਹਦੇ 'ਤੇ ਖੁਸ਼ ਹਾਂ, ਵਰਨਾ ਅਸੀਂ ਕਿਸੇ ਦੇ ਫੈਸਲੇ 'ਤੇ ਕੋਈ ਖੁਸ਼ ਨਹੀਂ। ਮੀਰ ਸਾਹਿਬ ਦਾ ਵੀ ਆਈ ਸੀ, ਉਹ ਵੀ ਆਪਣੇ ਹੱਕ 'ਚ ਆਪ ਹੀ ਫੈਸਲੇ ਕਰਕੇ ਤੇ ਆਪ ਹੀ ਅੰਦਰ ਬਹਿ ਕੇ ਦਾਅਵੇ ਤੇ ਆਪ ਹੀ, ਇਕੱਲੇ ਹੀ ਦਾਅਵੇ, ਇਕੱਲੇ ਹੀ ਦਲੀਲਾਂ ਤੇ ਇਕੱਲੇ ਹੀ ਜਿੱਤਦਾ ਤੇ ਫਤਿਹ ਦਾ ਇਨਾਮ। ਉਹ ਮੀਰ ਸਾਹਿਬ ਵੀ ਹਾਰ ਵੀ ਜਾਂਦੇ ਹਨ, ਤਦ ਵੀ ਮੈਂ ਜਿੱਤ ਗਿਆ, ਮੈਂ ਜਿੱਤ ਗਿਆ, ਉਹ ਆਪਣੀ ਹਾਰ ਨੂੰ ਜਿੱਤ ਬਣਾ ਲੈਂਦੇ ਹੁੰਦੇ ਸਨ। ਪਰਸੋਂ ਸ਼ਾਮ ਨੂੰ ਕੋਈ ਬੰਦਾ ਮੀਰ ਲਤੀਫ ਨੂੰ ਮੈਂ ਕਹਿੰਦਾ ਸੀ ਵੀ ਤੁਸੀਂ ਸਾਲਸ ਚੁਣ ਲਓ, ਉਹਨੇ ਕਿਹਾ ਤੁਸੀਂ ਸਾਲਸ ਚੁਣ ਕੇ ਨਤੀਜਾ ਲੈ ਨਹੀਂ ਲਿਆ ਨੂਨ ਭਾਈ ਉੱਤੇ। ਅੱਛਾ ਪਿਛਲੇ ਦਿਨਾਂ ਦੇ ਵਿੱਚ ਨਾ ਉਹ ਪਿਛਲੇ ਦਿਨਾਂ ਦੇ ਵਿੱਚ ਮੈਂ ਵੇਖਿਆ ਰਾਤੀ, ਮੈਂ ਅਸਲ ਦੇ ਵਿੱਚ ਨਿਕਲਿਆ ਹਨਾ ਛੁੱਟੀਆਂ ਦੇ, ਮੈਂ ਜੀ ਵੇਖਿਆ ਕ੍ਰਿਸ਼ਨਾ ਦੀ ਬਰੋਡ ਦੇ ਉੱਤੇ ਮੀਰ ਲਤੀਫ ਸਾਹਿਬ ਬੈਠੇ ਨੇ, ਉਹਨਾਂ ਦੇ ਨਾਲ ਕੁਰਾਨ ਦੇ ਉੱਤੇ ਡਿਸਕਸ ਕਰਦੇ ਨੇ, ਲੇਕਿਨ ਉਹਨਾਂ ਨੂੰ ਦੱਸਦੇ ਨੇ ਕਿ ਮੈਂ ਮਰਜ਼ਈ ਹਾਂ। ਮੈਂ ਕਹਿੰਦਾ ਹੈ ਬਾਬੇ ਨੂੰ ਵੇਖੋ ਕਿ ਉਂਝ ਬਾਬੇ ਦੇ ਨਖਰੇ ਨਹੀਂ ਪਾਏ ਜਾਂਦੇ, ਮੈਂ ਫਲਾਣੇ ਦੀ ਬਰਾੜ ਤੇ ਨਹੀਂ ਜਾਣਾ, ਟਮਕਾਨੇ ਦੀ ਬਰਾੜ ਤੇ ਨਹੀਂ ਜਾਣਾ, ਤੇ ਉਹਨਾਂ ਦੀ ਬਰਾੜ ਦੇ ਉੱਤੇ ਜਾ ਕੇ ਤੁਸੀਂ ਜਿਹੜੇ ਐਂਟੀ ਇਸਲਾਮ ਕੰਮ ਕਰਦੇ ਨੇ ਉੱਥੇ ਤੁਸੀਂ ਮਾਮੇ ਬਣੇ ਹੋ। ਬਈ ਮੁਸਲਮਾਨਾਂ ਦਾ ਮਸਲਾ ਉਹ ਸਾਂਭ ਲੈਣਗੇ, ਤੁਹਾਨੂੰ ਆਪਣੇ ਮਸਲੇ ਤੁਹਾਡੇ ਸਾਂਭੇ ਨਹੀਂ ਗਏ ਅੱਜ ਤੱਕ ਕਦੀ। ਗੱਲ ਹੱਕ ਦੀ ਕਰਨੀ ਚਾਹੀਦੀ, ਅਗਰ ਕੋਈ ਕ੍ਰਿਸਚਨ ਇਸਲਾਮ ਤੇ ਆਵਾਜ਼ ਉਠਾ ਰਿਹਾ ਹੋਵੇ ਤੇ ਕੋਈ ਮਰਜ਼ਈ ਜਾ ਕੇ ਉੱਥੇ
ਗੱਲ ਕਰ ਰਿਹਾ ਹੋਵੇ, ਇਸਲਾਮ ਨੂੰ ਡਿਫੈਂਡ ਕਰ ਰਿਹਾ ਹੋਵੇ, ਮੇਰੇ ਨਜ਼ਦੀਕ ਤੇ ਬਹੁਤ ਅੱਛੀ ਗੱਲ ਹੈ। ਤੇ ਉਹਨਾਂ ਨੂੰ ਕਿਉਂਕਿ ਆਪਣੇ ਆਪ ਨੂੰ ਵੀ ਠੇਕੇਦਾਰ ਕਹਿੰਦੇ ਨੇ, ਜਿਹੜਾ ਅਸੀਂ ਆਪਣੇ ਆਪ ਨੂੰ ਕਹਿੰਦੇ ਆ, ਮੇਰਾ ਦਿਮਾਗ ਦਾ ਇਲਾਜ ਹੋਣ ਵਾਲਾ ਪੱਪੂ। ਮੈਨੂੰ ਨੀ ਪਤਾ ਕਿ ਤੁਹਾਡੇ ਅੰਦਰ ਕੀ ਮਸਲੇ ਨੇ, ਤੁਸੀਂ ਮੰਨਦੇ ਹੋ ਠੀਕ ਹੈ, ਮੰਨਦੇ ਰਹੋ, ਬਾਕੀ ਅਸੀਂ ਨੀ ਇਸ ਚੀਜ਼ ਨੂੰ ਮੰਨਦੇ। ਅਗਰ ਸਾਡੀ ਕਿਤਾਬ ਦਾ ਕੋਈ ਦੂਜਾ ਆ ਕੇ ਦਿਫਾ ਕਰਦੇ, ਅਸੀਂ ਕਿੰਨੀ ਦਫਾ ਮਿਰਜ਼ਾ ਸਾਹਿਬ ਦੀ ਕਿਤਾਬਾਂ ਦੇ ਉੱਤੇ ਇਹਨਾਂ ਨੂੰ ਚੈਲੰਜ ਕਰਨ ਤੇ ਆ ਕੇ ਗੱਲ ਨੀ ਕਰਦੇ? ਮੈਂ ਫਲਾਣੇ ਕੀ ਦੁਕਾਨੇ ਕਿ ਨੀ ਜਾਂਦਾ? ਦਫਾ ਤੇ ਉਹਦਾ ਕਰਨਾ ਚਾਹੀਦਾ। ਨਹੀਂ ਨਹੀਂ, ਇਹਨੂੰ ਪੱਪੂ ਨੂੰ ਪੂਰੀ ਗੱਲ ਦਾ ਪਤਾ ਨਹੀਂ, ਪਤਾ ਕਰਦੇ ਹੋ ਕੀ ਨੇ? ਉਹ ਨਬੀ ਅਲੈਹਿ ਸਲਾਤੁ ਵਸਲਾਮ ਦੀ ਜ਼ਾਤ ਨੂੰ ਅੱਗੇ ਕਰਦੇ ਨੇ, ਕੁਰਾਨ ਨੂੰ ਅੱਗੇ ਕਰਦੇ ਨੇ। ਅੱਗੋਂ ਕੋਈ ਕ੍ਰਿਸਚਨ ਉਹਦੇ ਤੇ ਗੁਸਤਾਖੀ ਕਰੇ, ਕੋਈ ਨਜਾਇਜ਼ ਫਿਕਰਾ ਕੱਸੇ, ਜਾਂ ਕੋਈ ਉਹ ਲਿਆ ਕੇ ਸਾਡੇ ਕੇ ਧਰਦੇ ਨੇ, ਧਰਦੇ ਨੇ, ਬਿਲਕੁਲ ਬਿਲਕੁਲ। ਇਹਨੂੰ ਨਹੀਂ, ਪੱਪੂ ਨੂੰ ਨਹੀਂ ਇਹਦੇ ਦਿਮਾਗ ਦਾ ਆਪਰੇਸ਼ਨ ਹੋਣ ਵਾਲਾ ਹੈ, ਇਹਨੂੰ ਨਹੀਂ ਪਤਾ ਕਿ ਉਹਨਾਂ ਨੂੰ ਤਰੀਕਾ ਬਾਹਰ ਦਾ। ਉਹ ਮੇਰੀ ਗੱਲ ਸੁਣ, ਮੈਨੂੰ ਗੱਲ ਪੂਰੀ ਕਰ ਲੈਂਦੇ। ਮੈਂ ਇਹ ਪਿਆ ਕਹਿੰਦਾ, ਜਿਸ ਤਰ੍ਹਾਂ ਜੋਸਫ ਸਾਹਿਬ ਪਿਆ ਕਹਿੰਦੇ ਨੇ ਉਹਨਾਂ ਦਾ ਨਬੀ ਆਪਣਾ, ਕਲਾਮ ਆਪਣਾ, ਕਿਤਾਬਾਂ 85 ਲਿਖੀਆਂ, ਉਹਨਾਂ ਦਾ ਕਿਉਂ ਨਹੀਂ ਦਿਫਾ ਕਰਦੇ? ਕੁਰਾਨ ਦੇ ਵੱਡੇ ਸਾਖ ਤੇ ਦੀਸਾਂ ਦੇ ਵੱਡੇ ਸਾਖ, ਉਹ ਜਾਂਦੇ ਨੇ ਉੱਥੋਂ ਸਵਾਦ ਲੈਣ, ਉਹਨਾਂ ਕੋਲੋਂ ਕੁਛ ਸੁਣ ਕੇ ਲਿਆ ਕੇ ਅਮਰ ਹੋਰਾਂ ਦੇ ਮੂੰਹ ਤੇ ਮਾਰੀਏ। ਤੈਨੂੰ ਨਹੀਂ ਪਤਾ ਉਹਨਾਂ ਦੀ ਪਾਲੀਸੀ ਦਾ, ਬੇਵਕੂਫਾ। ਹਾਂਜੀ, ਉਹ ਇਹ ਚਾਹੁੰਦੇ ਨੇ ਅਸਲ ਦੇ ਵਿੱਚ। ਅਮਰ ਭਾਈ, ਜੇ ਅਸੀਂ ਉਹਨਾਂ ਦੇ ਦਿਲਾਂ 'ਚ ਜਾਣ ਜਾਂ ਕਿ ਸਾਨੂੰ ਪਤਾ ਚੱਲ ਜਾਏ, ਅਸੀਂ ਦੋਸਤ ਤਜਰਬਾ ਨਹੀਂ ਹੁੰਦਾ। ਮੇਰੀ ਗੱਲ ਸੁਣ, ਇਹ ਫਰਕਾਨ ਜਿਹੜਾ ਇਤਰਾਜ਼ ਕਰਦਾ, ਕਿੱਥੋਂ ਲਿਆਂਦੇ ਨੇ ਫਰਕਾਨ ਨੇ? ਅਮਰ ਭਾਈ, ਮੈਨੂੰ ਵੱਡਾ ਕਰੋ, ਮੈਂ ਉੱਤੇ ਬਹੁਤ ਅੱਛਾ ਫੋਟੋ ਲਾਇਆ। ਨਹੀਂ, ਜਿਹੜਾ ਫੁਰਕਾਨ ਐਡੇ ਐਡੇ ਇਤਰਾਜ਼ ਕਰਦਾ ਹੈ, ਉਹਨੇ ਕਿੱਥੋਂ ਲੈ ਕੇ ਆਇਆ ਨਾ ਬਰਾਡਾ ਤੋਂ ਲੈ ਕੇ ਆਉਂਦੇ ਨੇ ਜਾ ਕੇ ਮੇਰੇ ਸਾਹਮਣੇ? ਉਹ ਜਿਹੜੀ ਨੋਸ਼ੀ ਸ਼ੇਰਨੀ ਹੈ, ਉਹਨੇ ਇੱਕ ਦਿਹਾੜੇ ਆ ਕੇ ਇਤਰਾਜ਼ ਕੀਤਾ, ਉਹਨੇ ਆਖਿਆ ਉਹ ਨਬੀ ਪਾਕ ਦਾ ਨਿਕਾਹ ਜਿਹੜਾ ਹੋਇਆ ਸੀ ਸਜਦਾ ਸਫਈਆ ਨਾਲ, ਉਹ ਜੰਗ ਤੋਂ ਬਾਅਦ ਖੈਬਰ ਤੋਂ ਵਾਪਸੀ ਤੇ ਉਹ ਇੱਦਤ ਨਹੀਂ ਪੂਰੀ ਹੋਈ, ਤੇ ਉਹ ਮੈਨੂੰ ਸਵਾਲ ਦਾ ਜਵਾਬ ਦਿਓ, ਤੇ ਆਜ਼ਮ ਸੈਫੀ ਉੱਥੇ ਬੈਠਿਆ ਦੂਜੇ ਮਜ਼ਈਏ ਨੇ ਆਖਿਆ ਸਾਨੂੰ ਜਵਾਬ ਆਉਂਦਾ। ਆਂਦੀ ਮੈਂ ਉੱਥੇ ਬਰਾੜ ਤੇ ਗਈ ਹਾਂ, ਪਤਾ ਨਹੀਂ ਕ੍ਰਿਸ਼ਨਾਂ ਦੀ ਬਰਾੜ ਦਾ ਆਖਿਆ ਸੀ ਜਾਂ ਕਿਸੇ ਮੁੱਲ ਦਾ, ਕਹਿੰਦੀ ਉੱਥੋਂ ਮੈਂ ਲੈ ਕੇ ਆਈ ਹਾਂ ਸਵਾਲ। ਪੱਪੂ, ਤੈਨੂੰ ਨਹੀਂ ਪਤਾ, ਆਈਏ ਤੂੰ ਤੇਲ ਇਸਲਾਮ ਨਾਲ ਤਲਕ ਹੀ ਕੋ ਨਹੀਂ ਹੈ, ਬੇਵਕੂਫਾ। ਉਹਨਾਂ ਨੂੰ ਮੁਸਲਮਾਨ ਆਲਰੇਡੀ ਮੁਸਲਮਾਨ ਨਹੀਂ ਮੰਨਦੇ, ਤੇ ਉਹ ਜਾ ਕੇ ਇਸਲਾਮ ਦਾ ਦਫਾ ਨਹੀਂ ਵੀ ਕਰਦੇ ਹੈ? ਉਹ ਇਸਲਾਮ ਦੇ ਉੱਤੇ ਹਮਲੇ ਕਰਵਾ ਕੇ ਉਹ ਲਿਆਉਂਦੇ ਨੇ, ਤੈਨੂੰ ਨਹੀਂ ਪਾਲੀਸੀ ਦਾ ਪਤਾ, ਤੂੰ ਮੰਨ ਜਾ ਗੱਲ, ਮੈਂ ਤੈਨੂੰ ਵੱਡਾ। ਅਮੀਰ ਬਾਈ, ਚਲੋ ਜੀ, ਪੱਪੂ ਸਾਹਿਬ ਦੀ ਗੱਲ ਮੰਨ ਵੀ ਲਈ ਨਾ, ਕਿ ਬਈ ਅਗਰ ਉਹ ਚਲੋ ਇਸਲਾਮ ਦਾ ਦਫਾ ਕਰਨ ਜਾਂਦੇ ਨੇ, ਠੀਕ ਹੈ, ਕਰਦੇ ਰਹਿਣ, ਲੇਕਿਨ ਮਸਲਾ ਐਵੇ ਕਿ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਜਿਹੜਾ ਉਹ ਮਿਰਜ਼ਾ ਸਾਹਿਬ ਨੇ ਇਹ ਨਿਕਲੇ ਨੇ, ਮਿਰਜ਼ਾ ਸਾਹਿਬ ਨੂੰ ਮਨਵਾਉਣ। ਮਿਰਜ਼ਾ ਸਾਹਿਬ ਦਾ ਦਫਾ ਕਿੱਦਾਂ ਕਰਨਾ ਹੈ? ਬਰਾਡਾਂ ਲੱਗੀਆਂ ਪਈਆਂ ਨੇ, ਅਸੀਂ ਵੀ ਲਗਾਈਏ ਤੇ ਸਾਡੇ ਕੋਲ ਵੀ ਕੋਈ ਨਹੀਂ ਆਉਂਦੇ, ਉਦੋਂ ਇਹਨਾਂ ਦੇ ਨਖਲੇ ਨਹੀਂ ਮਾਨ ਹੁੰਦੇ, ਅਸੀਂ ਨਹੀਂ ਜਾਣਾ ਫਲਾਣੇ ਦੇ ਕੋਲ, ਅਸੀਂ ਨਹੀਂ ਜਾਣਾ ਸੱਚਾ ਮਜ਼ਹਬ ਡਿਫੈਂਡ ਕਰਨਾ ਵਾਂਗੇ। ਮਿਰਜ਼ਾ ਸਾਹਿਬ ਦਾ ਉਹਨਾਂ ਨੂੰ ਵੀ ਪਤਾ ਗਿੱਲੀ ਜਗ੍ਹਾ ਤੇ ਪੈਰ ਰੱਖਾਂਗੇ ਤੇ ਫਿਰ ਚੀਰਾਂ ਵੜ ਜਾਈਏ, ਲਿਆਜ਼ਾ ਮੈਂ ਹੀ ਗੁਮਾਨ ਕਰਦਾ ਅੱਗੋਂ ਬਿਹਤਰ ਅੱਲਾ ਜਾਣਦਾ। ਇਹ ਤੇ ਤੁਸੀਂ ਕਹਿਣ ਦੋ ਨਾ, ਤੇ ਮਿਰਜ਼ੇ ਨੂੰ ਉਹ ਕਹਿੰਦੇ ਨਾ ਕਿ ਸਾਰਿਆਂ ਤੋਂ ਅਵਲ ਤੇ ਆਲਾ ਏ, ਉਹਦਾ ਦਿਫਾ ਕਰਨ ਨਾ ਇੰਨੀਆਂ ਬਰਾਡਾਂ, ਤੇ ਫਿਰ ਇਹ ਵੇਖੋ ਪਿਛਲੇ ਦਿਨਾਂ ਦੇ ਵਿੱਚ ਆਮਿਰ ਭਾਈ ਨੇ ਕਿੰਨੀ ਦਫਾ ਕਿਹਾ ਹੈ
ਕਿ ਬਈ ਆਓ ਤੇ ਇੱਥੇ ਮੁਨਾਜ਼ਰਾ ਕਰੋ, ਉਦੋਂ ਮੁਨਾਜ਼ਰਾ ਨਹੀਂ ਕਰਦੇ ਫਲਾਣੇ ਦੀ ਬਰਾੜ ਤੇ, ਸਿਰਫ ਸਾਡੀ ਬਰਾੜ ਤੇ ਆਓ ਤੇ ਮੈਂ ਇੱਕ ਹੀ ਬਰਾੜ ਦੇ ਉੱਤੇ ਬੈਠਾ ਹੁੰਦਾ, ਇਹ ਤੇ ਕੋਈ ਗੱਲ ਨਾ ਹੋਈ ਵੀ ਮੁਨਾਜ਼ਰਾ ਕਰਨਾ ਕਿਤੇ ਵੀ ਕਰ ਲਓ। ਮੈਂ ਮੈਨੂੰ ਕਹਿਣ ਅੱਜ ਮੈਂ ਸਹੀ ਤਰੀਕੇ ਨਾਲ ਫੇਵਰੇਟ 49 ਦੀ ਬਰਾਡ ਦੇ ਉੱਤੇ ਅਗਰ ਕਹਿਣ ਤੇ ਮੀਰ ਲਤੀਫ ਦੇ ਨਾਲ ਗੱਲ ਕਰ ਲੈਣ, ਮੇਰੇ ਨਾਲ ਕਰਾ ਦੇਣ, ਫਾਤਿਮ ਮਸੀਹ ਹਾਤਿਮ ਮਸੀਹ ਦੇ ਆਮਿਰ ਭਾਈ ਨੂੰ ਅਸੀਂ ਵਿੱਚ ਜੱਜ ਮੁਕਰਰ ਕਰ ਦਿਆਂਗੇ, ਅੱਜ ਕਰਾ ਲੈਣ ਮੁਨਾਜ਼ਰਾ, ਸਾਨੂੰ ਤੇ ਕੋਈ ਮਸਲਾ ਨਹੀਂ। ਇਹ ਬਾਬੇ ਸਾਹਿਬ ਦੇ ਖਾਲਿਦ ਖਾਨ ਸੀ, ਅਕਬਰ ਖਾਨ ਦਾ ਕਜ਼ਨ ਹੈ ਉਹ, ਅਕਬਰ ਖਾਨ ਜਾਣਾ ਜਿਹੜਾ ਚੌਹਾਨ ਸਾਹਿਬ ਦਾ ਸਾਥੀ ਹੈ, ਇਹਦਾ ਮਸੇਰ ਹੈ, ਮਾਸੀ ਦਾ ਪੁੱਤਰ। ਇਹ ਦੋ ਸਨ ਇੱਕ ਪਾਸੇ ਤੇ ਜੋਜ਼ਫ ਸਾਹਿਬ ਇਕੱਲੇ ਇੱਕ ਪਾਸੇ, ਤੇ ਜੁੱਤੀਆਂ ਕੱਪੜੇ ਛੱਡ ਕੇ ਦੌੜ ਆਏ ਸਨ ਸਾਡੇ ਗਰੁੱਪ ਵਿੱਚ। ਇਹ ਕਹਿੰਦੇ ਨੇ ਅਸੀਂ ਉਹ ਕਸਰੇ ਸਲੀਬ ਕਰਨੀ ਹੈ ਤੇ ਸਾਡੇ ਤੋਂ ਕ੍ਰਿਸਚੈਨਿਟੀ ਭਾਗਦੀ ਹੈ, ਤੇ ਅਸੀਂ ਇਹਨਾਂ ਨੂੰ, ਅਸੀਂ ਬੜੇ ਸਾਡੇ ਕੋਲ ਦਲਾਇਲ ਨੇ, ਸਾਡੇ ਤੋਂ ਡਰਦੇ ਨੇ, ਉਹ ਡੰਡਾ ਲੈ ਕੇ ਨੇ ਤੇ ਮਗਰ ਲੱਗੇ ਨੇ। ਉਹ ਤੇ ਪਤਾ ਨੀ ਸਿਕੰਦਰ ਭਾਈ ਸ਼ਾਇਦ ਮੌਜੂਦ ਨੇ ਕਿ ਨਹੀਂ, ਇਹਨਾਂ ਨੇ ਉਦਨ ਸ਼ੇਰ ਵੀ ਲਿਖਿਆ ਸੀ ਨਾ ਉਸ ਗਰੁੱਪ ਦੇ ਵਿੱਚ ਥੱਲੇ ਕਿ ਅਬਦੁੱਲਾ ਆਥਮ ਫਿਰ ਉਤਰ ਆਏ ਹਮੇ ਔਰ ਆਗੇ ਸੇ ਬੜ ਕੇ ਆਪਣੀ ਸ਼ਾਮ ਹੈ। ਉਹ ਇਹ ਵੈਸੇ ਹੁਣ 600 ਕੀ ਲੱਖ ਰੁਪਈਆ ਤੇ ਬੰਦ ਹੈ, ਉਹ 600 ਯੂਰੋ ਦਾ ਤੇ ਚਲੋ ਹਾਲੇ ਕੋਈ ਫੈਸਲਾ ਨਹੀਂ ਨਾ ਹੋਇਆ, ਲੇਕਿਨ ਉਹ ਵੇਖ ਲਓ ਆਮਿਰ ਭਾਈ ਉਹਦਾ ਤੇ ਫੈਸਲਾ ਹੋ ਗਿਆ 1 ਲੱਖ ਰੁਪਏ ਦਾ, ਇਹ ਇਹਨਾਂ ਦੇ ਕੋਲੋਂ ਉਹ ਨਹੀਂ ਦੇਣ ਹੋ ਰਿਹਾ ਤੇ ਤੁਸੀਂ 600 ਯੂਰੋ ਦੇ ਚੱਕਰ ਦੇ ਵਿੱਚ ਪਏ ਹੋ, ਜਿਹਦਾ ਫੈਸਲਾ ਹੋ ਗਿਆ ਉਹ ਮੰਨ ਕੇ ਗਏ ਨੇ ਅਸੀਂ ਦਾਂਗੇ। ਜੋਜ਼ਫ ਸਾਹਿਬ ਦੇ ਤੇ ਬਾਕੀ ਜੋਜ਼ਫ ਸਾਹਿਬ ਮੇਰੀ ਗੱਲ ਸੁਣ ਲਓ, ਹਜ਼ਰਤ ਨੂਨ ਸਾਹਿਬ ਤੁਸੀਂ ਵੀ ਗੱਲ ਮਾਇਕ ਪੁੱਟੋ, ਜੇ ਦੱਸੋ ਮੌਜੂਦ ਹੋ ਤਾਂ ਮੈਂ ਤੁਹਾਡੇ ਦੋਵਾਂ ਅੱਗੇ ਗੱਲ ਪੇਸ਼ ਕਰਾਂ। ਗੁਜ਼ਾਰਿਸ਼ ਹੈ ਮੁਹਤਰਮ ਕਿ ਸਾਡਾ ਮੁਕੱਦਮਾ ਆਵਾਮ ਅੱਗੇ ਵੇ, ਅਸੀਂ ਬਨੀ ਇਸਰਾਈਲ ਦੇ 4-5 ਬੰਦੇ ਤੇ 6-7 ਬੰਦੇ ਕਾਦੀਆਨੀ ਜਮਾਤ ਦੇ, ਅਸੀਂ ਉਹਨਾਂ ਦੇ ਕੋਲੋਂ ਹਮਾਇਤ ਹਾਸਲ ਕਰ ਚੁੱਕੇ ਹਾਂ। ਤੁਸੀਂ ਪਿਆਂਦੇ ਹੋ ਕਿ ਮੁਕੱਦਮੇ ਦਾ ਇਹ ਫੈਸਲਾ ਨਹੀਂ ਹੋਇਆ, ਤੇ ਮੁਕੱਦਮਾ ਮੈਂ ਤੁਹਾਡੇ ਸਾਹਮਣੇ 1 ਮਿੰਟ ਦਾ ਛੋਟਾ ਜਿਹਾ ਰੱਖਣਾ ਵਾ, ਤੇ ਤੁਸੀਂ ਮੈਨੂੰ ਦੱਸਿਓ ਵੀ ਡਾਕਟਰ ਅਹਿਮਦ ਦੀਦਾਤ ਦਾ ਉਹ ਅਕੀਦਾ ਜਿਹੜਾ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦਾ ਹੈ, ਜਾਂ ਉਹ ਅਕੀਦਾ ਜਿਹੜਾ ਮੁਸਲਮਾਨਾਂ ਦਾ ਹੈ। ਇਹ ਵੀਡੀਓ ਮੈਂ ਤੁਹਾਡੇ ਸਾਹਮਣੇ ਇਹੋ ਹੀ ਮੈਂ ਉਹਨਾਂ ਅੱਗੇ ਪੇਸ਼ ਕੀਤੀ ਹੈ, ਤੇ ਉਹਨਾਂ ਨੇ ਮੈਨੂੰ ਆਖਿਆ ਵੀ ਤੇਰਾ ਮੌਕਫ ਦਰੁਸਤ ਹੈ ਤੇ ਮੀਰ ਲਤੀਫ ਕੋਲ ਗੱਲ ਕੋਈ ਨਹੀਂ। ਵਿਕਾਸ ਨੇ ਆਖਿਆ, ਮਹਿਮੂਦ ਨੇ ਆਖਿਆ, ਚੌਧਰੀ ਆਸਫ ਨੇ ਆਖਿਆ, ਭਗਵਾਨ ਨੇ ਆਖਿਆ, ਬਾਕੀ ਕਾਦੀਆਨੀਆਂ ਦੇ ਨੇ ਜਿੰਨੇ ਵੀ, ਆਪਣਾ ਤਲਤ ਜ਼ਹੂਰ ਮਲਿਕ ਸਾਹਿਬ, ਲੀਮ ਸਾਹਿਬ, ਹਫੀਜ਼ ਸ਼ੇਖ ਸਾਹਿਬ, ਆਪਣਾ ਤਾਰਕ ਚੌਹਾਨ ਸਾਹਿਬ, ਇਹਨਾਂ ਸਾਰਿਆਂ ਬੰਦਿਆਂ, ਅਕਬਰ ਖਾਨ ਸਾਹਿਬ, ਸਾਰਿਆਂ ਬੰਦਿਆਂ, ਰਾਣਾ ਤਾਹਿਰ ਸਾਹਿਬ, ਉਮੈਰ ਰਾਣਾ ਸਾਹਿਬ, ਇਹਨਾਂ ਸਾਰਿਆਂ ਬੰਦਿਆਂ ਸਾਡੇ ਹੱਕ 'ਚ ਫੈਸਲਾ ਦਿੱਤਾ ਹੈ। ਤੁਸੀਂ ਕ੍ਰਿਸਚਨ ਬਰਾਦਰੀ ਨੂੰ ਤਲਕ ਰੱਖਦੇ ਹੋ, ਤੁਸੀਂ ਇਹ ਨਹੀਂ ਵੇਖਣਾ ਬਈ ਇਹ ਗੱਲ ਤੁਹਾਡੇ ਖਿਲਾਫ਼ ਹੈ। ਤੁਸੀਂ ਇਹ ਦੱਸਣਾ ਬਈ ਡਾਕਟਰ ਅਹਿਮਦ ਦੀਦਾਤ ਦਾ ਇਹੋ ਹੀ ਅਕੀਦਾ ਜਿਹੜਾ ਅਮਰ ਨਜ਼ੀਰ ਦਾ ਜਾਂ ਕੋਈ ਹੋਰ ਹੈ, ਇਹ ਤੁਸੀਂ ਦੱਸਣਾ ਤੇ ਇਹ ਵੀਡੀਓ ਜ਼ਰਾ ਤੱਕ ਕੇ ਦੱਸਣਾ। 1 ਮਿੰਟ ਜ਼ਰਾ ਮੈਨੂੰ ਵੱਡਾ ਕਰ ਲਏ, ਮੈਂ ਆਪ ਹੀ ਕਰ ਲੈਣਾ ਆਪਣੇ ਆਪ ਨੂੰ, ਤੂੰ ਕਿੱਥੇ ਕਰਨਾ ਮੈਨੂੰ। ਜਿੰਦਰ ਭਾਈ ਆ ਜਾਓ ਉੱਤੇ ਫਿਰ। ਇਹ ਭਾਈ ਜਾਨ ਵੀਡੀਓ ਹੈ, ਇਹ ਮੈਂ ਪਲੇ ਕਰਨ ਲੱਗਾ, ਕ੍ਰਿਸ਼ਨ ਕੁੜੀ ਨੇ ਇੰਸਟਾਲ ਕੀਤੀ, ਯੂਟਿਊਬ ਤੇ ਜਾ ਕੇ ਦੇਖ ਲਓ ਤੇ ਸੁਣ ਲਿਆ ਜੀ ਆਵਾਜ਼ ਜ਼ਰਾ। If there is only last 2 questions, you must appreciate that this is an old machine, 78-year-old, you know, and I have come across, you know, those time barriers, you know, please, you know, have a little mercy on me. Not I'm trying to run away, but this, after all, the body, there's a limit to what it can take. Last 2 questions, this lady here and one more.
Thank you, my sister, please. I thank you that I have the privilege to be here tonight to listen to you. I have read the Quran. You've stimulated me. Perhaps I should read the Quran. But I would like to know what you believe with the ascension of Jesus. Do you believe that he actually lived? So then what happened to Jesus if he lived, if he did not die, if he lived? No, the Quranic ayah, the verse that I read to you, ਉਹਨੇ ਪੁੱਛਿਆ ਕਿ ਮੈਂ ਕੁਰਾਨ ਜਿਸ ਤਰ੍ਹਾਂ ਤੁਸੀਂ ਫੋਰਸ ਕੀਤਾ ਕੁਰਾਨ ਵੀ ਪੜ੍ਹਨੀ ਆ, ਪਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਜਿਹੜਾ ਤੁਸੀਂ ਗੱਲ ਸੁਣਾਈ ਹੈ ਈਸਾ ਅਲੈਹਿਸਲਾਮ ਦੇ ਬਾਰੇ, ਵਟ ਡਿਡ ਹੈਪਨ ਟੂ ਹਿਮ, ਉਹਨਾਂ ਨਾਲ ਕੀ ਹੋਇਆ ਅਗਰ ਉਹਨਾਂ ਨੂੰ ਉੱਥੇ ਮੌਤ ਨਹੀਂ ਆਈ ਸਲੀਬ 'ਤੇ? ਕਿਉਂਕਿ ਇਹਦੇ ਤੋਂ ਪਹਿਲਾਂ ਇਹਨਾਂ ਨੇ ਇਹ ਲੈਕਚਰ ਇੱਥੇ ਦਿੱਤਾ ਹੈ ਅਤੇ ਉਹਨਾਂ ਨੇ ਸਾਬਤ ਕੀਤਾ ਕਿ ਬਈ ਬਾਈਬਲ ਤੋਂ ਇਹ ਸਾਬਤ ਹੁੰਦਾ ਹੈ ਕਿ ਈਸਾ ਅਲੈਹਿਸਲਾਮ ਨੂੰ ਸਲੀਬ ਉੱਤੇ ਮੌਤ ਨਹੀਂ ਆਈ। ਅਤੇ ਉਹ ਖਾਤੂਨ ਵੀ ਪੁੱਛਦੀ ਹੈ ਜੇ ਮੌਤ ਨਹੀਂ, ਅਗਰ ਮੌਤ ਨਹੀਂ ਆਈ ਤੇ ਫਿਰ ਉਹਨਾਂ ਨਾਲ ਕੀ ਹੋਇਆ? ਇਹ ਸੁਣਿਓ ਜ਼ਰਾ ਜਵਾਬ। The last expression I said was bal rafa'ahu Allah ilayhi, but Allah took him up to himself. We Muslims believe that God Almighty took him up, saved him from that ignoble death and nakedness on the cross, because the people on the cross were absolutely naked. They didn't respect you to put a little loincloth around the man, the messenger of God, you say the son of God, naked and bare before the world, with the flies buzzing around him. ਬਸ ਠੀਕ ਹੋ ਗਿਆ, ਪਤਾ ਲੱਗ ਗਿਆ। ਅੱਛਾ ਆਮਿਰ ਭਾਈ, ਉਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਬਾਈਬਲ ਤੋਂ ਉਹਨਾਂ ਨੇ ਸਾਬਤ ਕੀਤਾ, ਤਾਂ ਉਹ ਤੇ ਸਾਡਾ ਇਖਤਲਾਫੀ ਮਸਲਾ ਨਾ, ਅਸੀਂ ਤਾਂ ਨਹੀਂ ਮੰਨਦੇ ਕਿ ਜਿਸ ਤਰੀਕੇ ਨਾਲ ਉਹ ਸਾਬਤ ਕਰ ਦਿੰਦੇ ਉਹ ਤੇ ਚਲੋ, ਲੇਕਿਨ ਉਹਨਾਂ ਦੇ ਅਕੀਦੇ ਦੀ ਅਗਰ ਗੱਲ ਕੀਤੀ ਜਾਵੇ ਉਹ ਤੇ ਦੋ ਟੋਕ ਹੈ, ਤੇ ਬਾਈਬਲ ਦੇ ਅਕੀਦੇ ਦੀ ਜਿਹੜੀ ਗੱਲ ਹੈ ਉਹ ਤੇ ਅਸੀਂ ਮੰਨਦੇ ਹਾਂ, ਤੇ ਬਾਈਬਲ ਦੇ ਵਿੱਚ ਦੋ ਟੋਕ ਚੀਜ਼ਾਂ ਨੇ। ਹਾਂ ਪਰ ਉਹ ਵੱਖਰੀ ਗੱਲ ਹੈ, ਲੇਕਿਨ ਜਿਹੜਾ ਉਹਨਾਂ ਦਾ ਅਕੀਦਾ ਹੈ ਉਹ ਤੇ ਉਹ ਕਹਿ ਰਹੇ ਨੇ ਕਿ ਜੀ ਉਹਨਾਂ ਨੂੰ ਅਸਮਾਨ ਤੇ ਚੁੱਕ ਲਿਆ ਗਿਆ, ਉਹੀ ਤੁਹਾਡੇ ਲੋਕਾਂ ਦਾ ਅਕੀਦਾ। ਉਹ ਕਹਿ ਰਹੇ ਨੇ ਕਿ ਜੀ ਸਲੀਬ ਦੇ ਉੱਤੇ ਅਸੀਂ ਨਹੀਂ ਇੱਕ ਨਬੀ ਨੂੰ, ਐਡੇ ਜਲੀਲੁਲ ਕਦਰ ਨਬੀ ਨੂੰ ਅਸੀਂ ਨਹੀਂ ਚੜਾ ਸਕਦੇ, ਇਹ ਉਹਨਾਂ ਦਾ ਅਕੀਦਾ ਹੈ। ਨੇਕਡਨੈਸ ਆਫ ਦਾ ਕ੍ਰਾਸ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਬਿਲਕੁਲ ਇਹ ਜਿਹੜੀ ਹੈ, ਹਾਂ ਇਹ ਬਿਲਕੁਲ ਦਰੁਸਤ ਗੱਲ ਹੈ, ਤਾਰੀਖ ਤੋਂ ਵੀ ਸਾਬਤ ਹੈ। ਉਹ ਕਹਿੰਦੇ ਪਏ ਨੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਅੱਲਾਹ ਦੇ ਸੱਚੇ ਨਬੀ ਨੂੰ ਇਸ ਤਰ੍ਹਾਂ ਬਰਹਨਾ ਕਰਕੇ ਬਗੈਰ ਲਿਬਾਸ ਤੋਂ, ਕਿਉਂਕਿ ਕ੍ਰਾਸ ਦੇ ਉੱਤੇ ਜਦੋਂ ਬੰਦੇ ਨੂੰ ਲਟਕਾਉਂਦੇ ਸਨ ਤੇ ਉਹ ਇੱਕ ਛੋਟਾ ਜਿਹਾ ਕੱਪੜੇ ਦਾ ਪੀਸ ਵੀ ਤੁਹਾਨੂੰ ਨਹੀਂ ਬੰਨਣ ਦਿੰਦੇ ਹਨ, ਨਹੀਂ ਦੱਸਣ, ਬਿਲਕੁਲ ਜੀ। ਉਹਨਾਂ ਕਿਹਾ ਕਿ ਇਹ ਤੁਸੀਂ ਕ੍ਰਿਸਚਨ ਮੰਨਦੇ ਹੋ ਕਿ ਬਈ ਅੱਲਾਹ ਦੇ ਸੱਚੇ ਪੈਗੰਬਰ ਨੂੰ ਇਸ ਤਰ੍ਹਾਂ ਬੇਅਰਡ ਕਰਕੇ, ਨੰਗਿਆਂ ਕਰਕੇ ਉੱਥੇ ਸਲੀਬ ਦੇ ਉੱਤੇ ਲਟਕਾਇਆ ਗਿਆ। ਵੋ ਹੀ ਮੁਸਲਿਮਸ ਡੋਂਟ ਬਿਲੀਵ ਦੈਟ, ਹਮ ਮੁਸਲਮਾਨ ਇਹ ਯਕੀਨ ਰੱਖਦੇ ਹਾਂ ਕਿ ਅੱਲਾਹ ਤਾਲਾ ਨੇ ਉਹਨੂੰ ਸੇਵਡ ਹਿਮ ਐਂਡ ਟੁੱਕ ਹਿਮ ਅਪ, ਅੱਲਾਹ ਤਾਲਾ ਨੇ ਉਹਨਾਂ ਨੂੰ ਬਚਾ ਲਿਆ ਅਤੇ ਉੱਥੋਂ ਉਠਾ ਲਿਆ। ਅੱਲਾਹ ਤਾਲਾ ਨੇ ਆਪਣੇ ਨਬੀ ਨਾਲ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਖੁਦਾ ਦਾ ਬੇਟਾ, ਉਹ ਕਹਿੰਦੇ ਨੇ ਖੁਦਾ ਦਾ ਬੇਟੇ ਨਾਲ ਤੁਸੀਂ ਕਹਿੰਦੇ ਹੋ ਕਿ ਇਹ ਖੁਦਾ ਦੇ ਬੇਟੇ ਨਾਲ ਹੋਇਆ, ਅਸੀਂ ਇਹ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਉਹਨਾਂ ਨੂੰ ਅੱਲਾਹ ਤਾਲਾ ਨੇ ਮਹਿਫੂਜ਼ ਤਰੀਕੇ ਨਾਲ ਉੱਥੋਂ ਕੱਢ ਲਏ। ਇੰਨੀ ਵੱਡੀ ਸਾਫ਼ ਸ਼ਹਾਦਤ ਆਵਣ ਤੋਂ ਬਾਅਦ ਮੀਰ ਲਤੀਫ਼ ਵਿੱਚੋਂ ਤੇ ਮੇਰੇ 'ਚ ਸੱਚਾ ਕੌਣ? ਇਹ ਉਹ ਸ਼ਹਾਦਤ ਜਿਹਨੂੰ ਵੇਖ ਕੇ ਕਾਦੀਆਨੀਆਂ ਨੇ ਵੀ ਅਤੇ ਬਨੀ ਇਸਰਾਈਲ ਵਾਲਿਆਂ ਨੇ ਵੀ, ਬੰਦਿਆਂ ਨੇ, ਦਰਜਨ ਬੰਦਿਆਂ ਨੇ ਆਖਿਆ ਕਿ ਮੀਰ ਲਤੀਫ਼ ਸਾਹਿਬ ਕੋਲ ਦਲੀਲ ਕੋਈ ਨਹੀਂ, ਮੀਰ ਲਤੀਫ਼ ਸਾਹਿਬ ਝੂਠੇ ਸਾਬਤ ਹੋ ਗਏ। ਤੁਸੀਂ ਰਿਕਾਰਡ ਕਰਾਓ ਆਪਣਾ ਬਿਆਨ, ਕਿੱਧਰ ਗਏ ਨੇ ਹਜ਼ਰਤ ਨੂਨ ਸਾਹਿਬ? ਨੂਨ ਭਾਈ ਮੇਰੇ ਕੋਲ ਥੱਲੇ ਨੇ, ਨੂਨ ਭਾਈ ਥੱਲੇ ਹੀ ਹੋ ਤੁਸੀਂ ਮਸਾਇਆ ਨੂੰ ਸਲੀਬ ਦੇ ਉੱਤੇ ਲਟਕਾਇਆ ਗਿਆ, ਜਿਹੜਾ ਕਿ ਮੁਸਲਮਾਨਾਂ ਦਾ ਨਹੀਂ ਹੈ, ਇਹ ਤਮਾਮ ਮੁਸਲਮਾਨਾਂ ਦਾ ਨਹੀਂ ਹੈ, ਉਹਨਾਂ ਦਾ ਵੀ ਨਹੀਂ ਹੈ ਅਕੀਦਾ ਹੈ। ਇਹ ਤੇ ਗੱਲ ਸਾਫ਼ ਉਹਨਾਂ ਨੇ ਦੱਸ ਦਿੱਤੀ ਹੈ, ਮਗਰ ਕੋਈ ਗੱਲ ਰਹਿ ਨਹੀਂ ਗਈ।
ਇਸ ਵੀਡੀਓ ਤੋਂ ਬਾਅਦ ਕੋਈ ਗੱਲ ਰਹਿ ਗਈ ਪਿੱਛੇ? ਅਟਕਲ ਪੱਛੂ ਰਹਿ ਗਏ ਨੇ ਇਹਦੇ ਉੱਤੇ, ਅਗਰ ਕੋਈ ਪੰਚਰ ਪੁੰਚਰ ਲਾਉਂਦੇ ਰਹਿਣ, ਲੇਪਾ ਪੋਤੀ ਕਰਦੇ ਰਹਿਣ, ਉਹ ਵੱਖਰੀ ਗੱਲ ਹੈ। ਤੇ ਉਹ ਕਰਨ ਡੇ ਨੇ ਕਿ ਜੀ ਉਹ ਇੱਕ ਪਤਾ ਨਹੀਂ ਕਿਹੜੀ ਮਿਰਜ਼ਾ ਸਾਹਿਬ ਦੀ ਵੀ ਇੱਕ ਉਹ ਕਿਤਾਬ ਹੈ ਨਾ ਕਿ ਫਲਾਣੇ ਈਸਾਈ ਕੇ ਚਾਰ ਸਵਾਲੋਂ ਕੇ ਜਵਾਬ ਕੀ ਨਾ ਆਇਆ ਆਹੋ, ਤੇ ਉਹਦੀ ਕਿਤਾਬਾਂ ਦੇ ਪਤਾ ਨਹੀਂ ਕੋਈ ਹਵਾਲੇ ਸਵਾਲੇ ਮਿਰਜ਼ਾ ਉਹ ਦੇ ਰਹੇ ਸਨ। ਆਮਿਰ ਭਾਈ ਇਸ ਤੋਂ ਪਹਿਲਾਂ ਮੇਰੇ ਸਿਗਨਲ ਚਲੇ ਜਾਣ, ਮੇਰੇ ਹਿਸਾਬ ਦੇ ਬਿਲਕੁਲ ਸਰਾਸਰ ਇਹ ਮੁਸਲਮਾਨਾਂ ਦਾ ਅਕੀਦਾ ਵੇ। ਸ਼ੇਖ ਅਹਿਮਦੀ ਰਾਜ ਨੇ ਜੋ ਵੀ ਆਪਣੇ ਕਲਾਮ ਕੀਤਾ ਹੈ, ਜੋ ਫਰਮਾਇਆ ਉਹਨਾਂ ਨੇ, ਅਤੇ ਮੁਸਲਮਾਨਾਂ ਦਾ ਅਕੀਦਾ ਨਾ ਕਿ ਜਮਾਤ ਦਾ ਵੇ, ਜਮਾਤ ਅਹਿਮਦੀਆ ਦਾ। ਔਰ ਬਾਕੀ ਮੀਰ ਸਾਹਿਬ ਨੂੰ ਥੋੜ੍ਹੀ ਜਿਹੀ ਅੰਗਰੇਜ਼ੀ ਸਿੱਖ ਲੈਣੀ ਚਾਹੀਦੀ ਹੈ, ਗੱਲ ਸਮਝ ਨਾ ਮੇਰੇ ਕੀ ਗੱਲ ਹੈ। ਮੇਰੀ ਨਜ਼ਰ ਕੇ ਮੁਤਾਬਿਕ ਜਬ ਮੈਨੇ ਯੇ ਬਾਤ ਸੁਣੀ ਹੈ ਸ਼ੇਖ ਅਹਿਮਦੀ ਰਾਜ ਕੀ, ਕਲੀਅਰਲੀ ਮੁਸਲਮਾਨੋਂ ਕੇ ਜੋ ਅਕਾਇਦ ਹੈ ਉਨ੍ਹੀਂ ਕੋ ਬਿਆਨ ਕਰ ਰਹੇ ਹੈ। ਔਰ ਇਸ ਕੇ ਇਲਾਵਾ ਮੀਰ ਸਾਹਿਬ ਕੋ ਥੋੜ੍ਹੀ ਸੀ ਅੰਗਰੇਜ਼ੀ ਸਿੱਖ ਲੈਣੀ ਚਾਹੀਏ, ਬਿਕਾਜ਼ ਜੋ ਵੀ ਕਿਹਾ ਗਿਆ ਹੈ ਇਸ ਮੇਂ ਬੜਾ ਵਾਜ਼ਿਹ ਤੌਰ ਪੇ ਕਿਹਾ ਗਿਆ ਹੈ, ਤੋ ਇਸ ਮੇਂ ਕੋਈ ਦੋਹਰਾਈ ਨਹੀਂ ਹੋਣੀ ਚਾਹੀਏ। ਮੁਸਲਮਾਨੋਂ ਕਾ ਅਕੀਦਾ ਹੈ, ਨਾ ਕਿ ਮਤਿਆਂ ਕੀ ਅਕੀਦਾ। ਔਰ ਇਹ ਦਾਅਵਾ ਕਰਨਾ ਕਿ ਜੀ ਇਨਕਾ ਮੁਸਲਮਾਨੋਂ ਸੇ ਅਲੱਗ ਕੋਈ ਅਕੀਦਾ ਥਾ ਡਾਕਟਰ ਅਹਿਮਦੀ ਦਾਦ ਕਾ, ਕਿਤਨਾ ਬੜਾ ਝੂਠ ਹੈ। ਵੋ ਤੋ ਵਹੀ ਅਕੀਦਾ ਬਿਆਨ ਕਰ ਰਹੇ ਹੋ, ਐਸੇ ਹੀ ਹੈ। ਬਲਕਿ ਮਸੀਹੀ ਜੋ ਹਮਾਰੇ ਰਾਏ ਕੇ ਮੁਤਾਬਿਕ ਸ਼ੇਖ ਅਹਿਮਦੀ ਦਾਦ ਨੇ ਬੜਾ ਸਖਤ ਹੱਥੋਂ ਸੇ ਆੜੇ ਹੱਥੋਂ ਸੇ ਲਿਆ ਥਾ, ਉਹਨੇ ਮਸੀਹੀਅਤ ਕੇ ਖਿਲਾਫ਼ ਬਹੁਤ ਕੁਛ ਬੋਲਾ ਹੈ। ਭਲੇ ਵੋ ਹਮਾਰੇ ਜੋ ਅਕਾਇਦ ਹੈ ਉਨਕੇ ਬੜੇ ਸ਼ਦੀਦ ਮੁਖਾਲਫ ਥੇ, ਲੇਕਿਨ ਫਿਰ ਵੀ ਜੋ ਇਹ ਬਾਤ ਹੈ ਇਹ ਸਰਾਸਰ ਇਹ ਮੁਸਲਮਾਨੋਂ ਕਾ ਅਕੀਦਾ ਹੈ, ਇਸਮੇ ਕਿਸੀ ਔਰ ਕਾ ਨਹੀਂ ਹੈ। ਔਰ ਮਸੀਹੋਂ ਕਾ ਤੋ ਖੈਰ ਹੈ ਹੀ ਨਹੀਂ, ਨਾ ਕਿਸੀ ਸੇ ਵੀ ਨਹੀਂ ਹਮਾਰਾ ਹਮਾਰਾ ਅਕੀਦਾ ਹੀ ਆਪਕਾ ਤੋ ਨਹੀਂ ਹੈ, ਆਪਕਾ ਤੋ ਇਹ ਅਕੀਦਾ ਨਹੀਂ ਹੈ, ਲੇਕਿਨ ਬਾਤ ਇਹ ਹੈ ਕਿ ਇਹ ਹੈ ਹਮਾਰਾ ਅਕੀਦਾ, ਯਹੀ ਡਾਕਟਰ ਅਹਿਮਦ ਦਿਦਾਤ ਆਪਣਾ ਬਿਆਨ ਕਰ ਰਹੇ ਹੈ। ਔਰ ਇਹ ਉਨ ਪਰ ਇਲਜ਼ਾਮ ਲਗਾ ਰਹੇ ਹੈ ਕਿ ਉਨਕਾ ਮਿਰਜ਼ਾਈਓਂ ਵਾਲਾ ਅਕੀਦਾ ਥਾ ਯਾ ਕ੍ਰਿਸ਼ਨੋ ਵਾਲਾ ਅਕੀਦਾ, ਜਿਸ ਤਰ੍ਹਾਂ ਕ੍ਰਿਸ਼ਨ ਸਮਝਤੇ ਹੈ ਕਿ ਈਸਾ ਅਲੈਹਿ ਸਲਾਮ ਕੋ ਸਲੀਪ ਪਰ ਚੜਾਇਆ ਗਿਆ, ਲੇਕਿਨ ਆਪ ਤੋ ਮਾਨਤੇ ਹੈ ਕਿ ਫੋਤ ਹੋ ਗਏ ਸਲੀਪ ਪਰ। ਮਿਰਜ਼ਾਈ ਕਹਤੇ ਨਹੀਂ ਫੋਤ ਨਹੀਂ ਹੋਏ, ਲੇਕਿਨ ਸਲੀਪ ਪਰ ਚੜਾਇਆ ਗਿਆ। ਮੁਸਲਮਾਨ ਮਾਨਤੇ ਹੈ ਕਿ ਅੱਲਾਹ ਤਾਲਾ ਨੇ ਉਨਕੋ ਸਲੀਪ ਕੇ ਨਜ਼ਦੀਕ ਵੀ ਨਹੀਂ ਜਾਣੇ ਦਿਆ। ਚਲੇ ਆਪ ਕਹੇ ਕਿ ਆਪਕੀ ਬਾਤ ਹਮ ਨਹੀਂ ਮਾਨਤੇ, ਇੱਕ ਅਲੱਗ ਬਾਤ ਹੈ, ਲੇਕਿਨ ਹਮਾਰਾ ਮੁਸਲਮਾਨੋਂ ਕਾ ਅਕੀਦਾ ਯੇ ਹੈ। ਅਬ ਡਾਕਟਰ ਅਹਿਮਦ ਦਿਦਾਦ ਕੇ ਅਕੀਦੇ ਕਾ ਹਮਾਰੇ ਅਕੀਦੇ ਸੇ ਇਖਤਲਾਫ ਕਰਕੇ ਬਿਆਨ ਕਰਨਾ, ਧੋਖਾ ਦੇਣਾ ਔਰ ਕਹਿਣਾ ਕਿ ਯੇ ਅਕੀਦਾ ਅਲੱਗ ਹੈ ਮੁਸਲਮਾਨੋਂ ਕਾ ਔਰ ਡਾਕਟਰ ਅਹਿਮਦ ਦਿਦਾਦ ਕਾ ਅਲੱਗ ਹੈ, ਇਸ ਸੇ ਬੜਾ ਝੂਠ ਔਰ ਕਿਆ ਹੋ ਸਕਦਾ ਹੈ। ਸਰਾਸਰ ਇਤਨੇ ਮੁਨਾਜ਼ਰੇ ਸ਼ੇਖ ਸਾਹਿਬ ਕੇ ਸੁਨੇ ਹੋਏ ਹੈ, ਉਹਨੇ ਬਹੁਤ ਜ਼ਿਆਦਾ ਬਾਤੇ ਕੀ ਹੈ, ਮਸੀਹਤ ਕੇ ਖਿਲਾਫ਼ ਬੜੇ ਸ਼ਦੀਦ ਬੋਲੇ ਹੈ ਵੋ, ਇਸਮੇ ਕੋਈ ਦੋ ਰਾਏ ਨਹੀਂ ਹੈ। ਯੇ ਭੱਟੀ ਸਾਹਿਬ ਆ ਗਏ ਹੈ, ਯੇ ਵੀ ਨਾ ਹਮਾਰੀ ਤਰਫ਼ ਹੈ ਨਾ ਉਨਕੀ ਤਰਫ਼ ਹੈ, ਯੇ ਵੀ ਗੈਰ ਜਾਨਬਦਾਰ ਹੈ, ਇਹਨਾਂ ਨੇ ਵੀ ਇਹ ਵੀਡੀਓ ਸੁਣੀ ਹੈ, ਇਹਨਾਂ ਨੇ ਵੀ ਮੁਝੇ ਮੁਬਾਰਕ ਦੀ ਹੈ। ਜੀ ਭੱਟੀ ਸਾਹਿਬ ਜੀ, ਅਸਲਾਮ ਅਲੈਕਮ ਤਮਾਮ ਦੋਸਤਾਂ ਨੂੰ, ਮੇਰੀ ਤਰਫੋਂ ਸਲਾਮ ਹੋਵੇ। ਮੀਰ ਸਾਹਿਬ ਆਮਰ ਸਾਹਿਬ ਕੀ ਰੋਲਾ ਬਣਾਇਆ ਜੇ ਸਾਰੇ, ਕੀ ਪਿੱਛੇ ਕੋਈ ਪੰਬ ਚੱਲਦੇ ਪਏ ਨੇ ਪਿੱਛੇ ਜਿੱਧਰੋਂ ਆਏ ਹੋ? ਸਰ ਮੈਂ ਡਿਊਟੀ ਉੱਤੇ ਹੈ ਸਰ। ਅੱਛਾ, ਨਹੀਂ ਕੋਈ ਨਹੀਂ, ਇਹ ਇਹਨਾਂ ਨੂੰ ਵੀ ਇਹ ਮਸੀਹੀ ਬਰਾਦਰੀ ਦੇ ਬੰਦੇ ਨੇ, ਤੇ ਇਹਨਾਂ ਨੂੰ ਵੀ ਇਹੋ ਵੀਡੀਓ ਸੁਣਾਉਣ ਲੱਗਾ ਸੀ ਜਿਹੜੀ ਤੁਹਾਨੂੰ ਸੁਣਾਈ ਸੀ,
ਤੇ ਮੈਂ ਪਿਆਂਦਾ ਸੀ ਕਿ ਮੀਰ ਲਤੀਫ ਸਾਹਿਬ ਨੇ ਝੂਠ ਬੋਲਿਆ, ਬਹੁਤਾਨ ਬੰਨਿਆ ਸਾਡੇ ਆਲਮੇ ਦੀਨ ਦੇ ਨਾਂ। ਤੁਸੀਂ ਰਾਏ ਦੇਵੋ ਕਿ ਕਿਆ ਡਾਕਟਰ ਅਹਿਮਦ ਦੀਦਾਰ ਦਾ ਉਹੀ ਅਕੀਦਾ ਜਿਹੜਾ ਸਾਡੇ ਵਾਲਾ ਹੈ, ਜਾਂ ਸਾਡੇ ਤੋਂ ਅਲੱਗ ਮਿਰਜ਼ਾਈਆਂ ਵਾਲਾ ਅਕੀਦਾ ਉਹਨਾਂ ਦਾ? ਉਹਨਾਂ ਨੇ ਕਿਹਾ ਨਹੀਂ ਨਹੀਂ ਬਿਲਕੁਲ ਤੁਹਾਡੇ ਵਾਲਾ ਅਕੀਦਾ ਹੈ। ਡਾਕਟਰ ਅਹਿਮਦ ਦੀਦਾਰ ਸਾਫ਼ ਕਹਿ ਰਹੇ ਨੇ ਕਿ ਅੱਲਾਹ ਤਾਲਾ ਨੇ ਈਸਾ ਅਲੈਹਿ ਸਲਾਮ ਨੂੰ ਸਲੀਬ ਦੀ ਨੇਕਡਨੈਸ ਔਰ ਇਗਨੋਬਲ ਡੈਥ ਤੋਂ ਮਹਿਫੂਜ਼ ਰੱਖਿਆ, ਔਰ ਅੱਲਾਹ ਤਾਲਾ ਨੇ ਮਹਿਫੂਜ਼ ਤਰੀਕੇ ਨਾਲ ਉੱਥੋਂ ਉਹਨਾਂ ਨੂੰ ਉਠਾ ਲਿਆ। ਜਦਕਿ ਕ੍ਰਿਸਚਨ ਇਹ ਕਹਿੰਦੇ ਨੇ ਕਿ ਬਈ ਅੱਲਾਹ ਦੇ ਪੈਗੰਬਰ ਸਨ, ਲੇਕਿਨ ਬਾਵਜੂਦ ਉਹ ਖੁਦਾ ਦੇ ਬੇਟੇ ਸਨ, ਲੇਕਿਨ ਬਾਵਜੂਦ ਇਸਦੇ ਉਹਨਾਂ ਨੂੰ ਉੱਥੇ ਬਰਹਨਾ ਕਰਕੇ ਅਤੇ ਸਲੀਬ 'ਤੇ ਲਟਕਾਇਆ ਗਿਆ। ਉਹ ਤਾਂ ਉਹਨਾਂ ਨੂੰ ਕਹਿਣ ਲੱਗੇ ਨੇ ਕ੍ਰਿਸਚਨਾਂ ਨੂੰ ਕਿ ਤੁਸੀਂ ਇਹ ਅਕੀਦਾ ਰੱਖਦੇ ਹੋ, ਅਸੀਂ ਇਹ ਅਕੀਦਾ ਨਹੀਂ ਰੱਖਦੇ। ਅਤੇ ਇਹ ਇਲਜ਼ਾਮ ਉਹਨਾਂ 'ਤੇ ਲਾਉਣ ਲੱਗੇ ਨੇ ਅਤੇ ਕਹਿੰਦੇ ਨੇ ਕਿ ਉਹਨਾਂ ਦਾ ਇਹ ਅਕੀਦਾ ਸੀ ਕਿ ਈਸਾ ਅਲੈਹਿ ਸਲਾਮ ਨੂੰ ਸਲੀਬ 'ਤੇ ਚੜਾਇਆ ਗਿਆ। ਹਜ਼ਰਤ ਨੂਨ ਸਾਹਿਬ ਨੇ ਅਤੇ ਜੋਜ਼ਫ ਸਾਹਿਬ ਨੇ ਵੀ ਸਾਡੇ ਹੱਕ 'ਚ ਰਾਏ ਦਿੱਤੀ ਹੈ, ਤੁਹਾਡੀ ਆਲਰੇਡੀ ਸਾਡੇ ਨਾਲ ਰਾਏ ਵੇ। ਮੀਰ ਲਤੀਫ ਸਾਹਿਬ ਕੋਲ ਪੱਲੇ ਹੁਣ ਹੈ ਕੀ ਏ? ਹੁਣ 600 ਯੂਰੋ ਕਿਉਂ ਨਹੀਂ ਦਿੰਦੇ? ਮਾਜ਼ਰਤ ਕਿਉਂ ਨਹੀਂ ਕਰਦੇ? ਵੀਡੀਓ ਕਿਉਂ ਨਹੀਂ ਬਣਾਉਂਦੇ? ਆਪਣੇ ਇਲਜ਼ਾਮ ਨੂੰ ਵਾਪਸ ਕਿਉਂ ਨਹੀਂ ਲੈਂਦੇ? ਪੋਰਸ ਪੱਟੀ ਸਾਹਿਬ ਇਹ ਦੱਸੋ। ਤੁਸੀਂ ਕੁਝ ਨਾ ਕਰੋ ਪੱਟੀ ਸਾਹਿਬ, ਇੰਨਾ ਤਾਂ ਕਰੋ ਨਾ ਕਿ ਹੱਕ ਦੇ ਨਾਲ ਖੜੇ ਹੋ ਜਾਓ। ਕੁਰਾਨ ਕਹਿੰਦਾ ਕੂ ਨੂ ਮਾ ਸਾਦਕੀਨ, ਸਾਦਕੀਨ ਦੇ ਨਾਲ ਖੜੇ ਹੋ ਜਾਓ ਪੱਟੀ ਸਾਹਿਬ। ਬਾਕੀ ਗੱਲ ਭਾਵੇਂ ਸਾਦਕਾਂ ਦੀ ਨਾ ਮੰਨੋ, ਇਹ ਤਾਂ ਤੁਸੀਂ ਵੇਖ ਲਿਆ ਕਿ ਇਸ ਗੱਲ 'ਚ ਸਾਦਕ ਨੇ, ਸੱਚੇ ਨੇ। ਤੁਸੀਂ ਸਾਡੇ ਨਾਲ ਆਵਾਜ਼ ਦੇ ਆਵਾਜ਼ ਮਿਲਾ ਕੇ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਵੀ ਆਪਣਾ ਮੀਰ ਸਾਹਿਬ ਤੁਸਾਂ ਜੋ ਦਾਅਵਾ ਕੀਤਾ ਇੱਕ ਝੂਠਾ, ਤੁਹਾਡੇ ਕੋਲ ਦਲੀਲ ਵੀ ਕੋਈ ਨਹੀਂ? ਰਾਤੀ ਵਿਕਾਸ ਹੈ ਜਿਹੜਾ ਬਨੀ ਇਸਰਾਈਲ ਵਾਲੀ ਆਈਡੀਆ ਵਾਲਾ, ਉਹਨੇ ਕਿਹਾ ਮੰਨੂ ਪੈ ਕਵੇ ਉਹ ਮੁਹੰਮਦ ਅਲੀ ਬਾਟ ਉਹਨਾਂ ਦਾ ਭਤੀਜਾ ਕਿ ਤੁਸੀਂ ਉੱਥੇ ਆਓ, ਮੀਰ ਸਾਹਿਬ ਤੁਹਾਨੂੰ ਉੱਥੇ ਸਬੂਤ ਦਿੰਦੇ ਨੇ। ਉਹਨੇ ਕਿਹਾ ਮੈਨੂੰ ਲੈ ਚਲੋ। ਹੁਣ ਉਹ ਸਾਡੇ ਨਾਲ ਵੀ ਨਹੀਂ ਅਤੇ ਉਹਨਾਂ ਤੁਹਾਡੇ ਹਰ ਬਿਲਕੁਲ ਨਾ ਅਲੱਗ ਗਏ ਉਹਨਾਂ ਦਾ। ਉਹਨੇ ਕਿਹਾ ਮੈਨੂੰ ਨਾਲ ਲੈ ਚਲੋ ਅਤੇ ਮੈਨੂੰ ਸਬੂਤ ਦੇ ਦਿਓ ਇਸ ਗੱਲ ਦਾ ਕਿ ਡਾਕਟਰ ਅਹਿਮਦ ਦੀਦਾਰ ਦਾ ਤੁਹਾਡੇ ਵਾਲਾ ਕੀਤਾ ਸੀ, ਮੈਨੂੰ ਨਾਲ ਲੈ ਚਲੋ। ਲੇਕਿਨ ਇਹਨਾਂ ਨੂੰ ਕੋਈ ਪਰਵਾਹ ਨਹੀਂ, ਠੀਠਾਰ ਬੈਠੇ ਹੁੰਦੇ ਨੇ, ਦਿਲ ਕੇ ਬਾਜ਼ਾਰ ਮੇ ਬੈਠੇ ਹੈ ਖਸਾਰਾ ਕਰਕੇ। ਇੱਕ ਹੋਰ ਵੀ ਚੀਜ਼ ਸੀ ਉਹਦੇ ਚ ਨਾ, ਤੁਸੀਂ ਮਿਸ ਸ਼ਾਇਦ ਕਿ ਜਿਹਦੇ ਚ ਉਹਨੇ ਅਮੀਰ ਲਤੀਫ ਨੇ ਆਖਿਆ ਕਿ ਮਿਰਜ਼ਾ ਸਾਹਿਬ ਦਾ ਤੇ ਅਹਿਮਦ ਦੀਦਾਰ ਦਾ ਅਕੀਦਾ ਸੇਮ ਹੈ। ਅੱਛਾ ਅਮਰ ਬਾਈ ਜੀ, ਅੱਛਾ ਮੈਂ ਮਾਜ਼ਰਤ ਤੁਹਾਨੂੰ ਡਿਸਟਰੈਕਟ ਕਰ ਰਿਹਾ ਕਿ ਮੈਂ ਨਾ ਇੱਕ ਚੀਜ਼ ਸਿਰਫ ਐਡ ਕਰਨੀ ਸੀ। ਦਰ ਹਕੀਕਤ ਨਾ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਮੈਂ ਵੀ ਇਸ ਮਾਮਲੇ ਦੇ ਉੱਤੇ ਨਾ ਤੁਹਾਡੇ ਉੱਤੇ ਨਾਲ ਗੱਲ ਕਰਨਾ ਚਾਹ ਰਿਹਾ ਸੀ। ਦਰ ਹਕੀਕਤ ਮੈਂ ਵੀ ਦੀਦਾਰ ਸਾਹਿਬ ਨੂੰ ਐਜ਼ ਏ ਮਜ਼ਹਬੀ ਸਕਾਲਰ ਕਾਫੀ ਸੁਣਿਆ ਸੀ ਅਤੇ ਫਿਰ ਮੈਂ ਵੀ ਇਹੀ ਸਮਝਦਾ ਸੀ ਕਿ ਉਹ ਨਾ ਸਵੋਨ ਥਿਊਰੀ ਦੇ ਨਾਲ ਕਾਇਲ ਹੈ। ਦਰ ਹਕੀਕਤ ਕੁਝ ਲੋਕਾਂ ਨੇ ਜਿਹੜਾ ਸਵੋਨ ਥਿਊਰੀ ਨੂੰ ਐਕਸਪਲੇਨ ਕੀਤਾ ਸੀ ਨਾ ਇੱਕ ਆਰਟੀਕਲ 'ਚ, ਉਹਨਾਂ ਨੇ ਦੀਦਾਰ ਸਾਹਿਬ ਦਾ ਨਾਂ ਲਿਖਿਆ ਸੀ ਫਿਰ। ਲੇਕਿਨ ਮੈਂ ਫਿਰ ਤਹਿਕੀਕ ਕੀਤੀ, ਪਰ ਜਿਹੜੀ ਤੁਸੀਂ ਤਹਿਕੀਕ ਕੀਤੀ ਸੀ ਔਰ ਜੋ ਰੈਫਰੈਂਸ ਤੁਸੀਂ ਮੈਨੂੰ ਪ੍ਰੋਵਾਈਡ ਕੀਤਾ, ਕਿਉਂਕਿ ਮੇਰਾ ਤਾਂ ਨਾ 600 ਯੂਰੋ ਨਾਲ ਤੱਲਾ ਕਿ ਨਾ ਕਿਸੇ ਹੋਰ ਚੀਜ਼ ਨਾਲ, ਕਿਉਂਕਿ ਮੇਰੇ ਸਾਹਮਣੇ ਉਹ ਅਲਫਾਜ਼ ਨੂੰ ਉਸ ਟਰਾਂਸਕ੍ਰਿਪਟ ਮੇਰੇ ਕੋਲ ਰਿਟਨ ਫਾਰਮ ਵਿੱਚ ਵੀ ਇਹ ਮੈਂ ਉਹ ਚੈੱਕ ਕੀਤਾ ਅਤੇ ਉਹਨਾਂ ਦੇ ਮੁਤਾਬਕ ਤਾਂ ਜੋ ਚੀਜ਼ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਪਰੂਫ ਕਰ ਦੇਵਾਂਗਾ, ਤੁਸੀਂ ਮੇਰੇ ਸਾਹਮਣੇ ਪਰੂਫ ਕਰ ਦਿੱਤੀ ਹੈ। ਬਾਕੀ 600 ਯੂਰੋ ਜਾਂ ਉਹ ਮਾਮਲਾ ਉਹਦੇ ਤੁਸੀਂ ਮੈਨੂੰ ਨਾ ਹੀ ਪੁੱਛੋ ਤੇ। ਅੱਛਾ ਪੂਰਸ ਭੱਟੀ ਸਾਹਿਬ, ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈ, ਕਿਉਂਕਿ ਮੈਂ ਨਾ ਪੂਰਸ ਭੱਟੀ ਸਾਹਿਬ ਨੂੰ ਮੀਰ ਸਾਹਿਬ ਨਾਲ ਗੱਲ ਕਰਦਿਆਂ ਖੁਦ ਸੁਣਿਆ ਸੀ ਅਤੇ ਇਹ ਇੱਕ ਦੂਸਰੇ ਨੂੰ ਰੈਫਰੈਂਸ ਦੇ ਰਹੇ ਸਨ ਅਤੇ ਇਹ ਤਾਈਦ ਕਰ ਰਹੇ ਸਨ ਉਸ ਦਿਨ ਮੀਰ ਸਾਹਿਬ ਦੇ ਮੌਕਫ ਦੀ। ਅਤੇ ਜਦੋਂ ਹੁਣ ਇਹਨਾਂ ਦੇ ਅੱਗੇ ਹਕੀਕਤ ਵਾਜ਼ੇ ਹੋ ਗਈ, ਦੇਖ ਲਓ ਉਹਨਾਂ ਨੇ ਸਾਫ਼ ਦੱਸ ਦਿੱਤਾ, ਸਾਰਿਆਂ ਨੂੰ ਦੱਸ ਦਿੱਤਾ। ਅਤੇ ਮੇਰਾ ਖਿਆਲ ਹੈ ਮੀਰ ਸਾਹਿਬ ਵੀ ਅਗਰ ਸਿਰਫ ਇਤਨਾ ਹੀ ਕਹਿ ਦੇਣ ਕਿ ਯਾਰ ਠੀਕ ਹੈ ਮੇਰੀ ਤਹਿਕੀਕ ਉਸ ਟਾਈਮ ਤੱਕ ਮੁਕੰਮਲ ਨਹੀਂ ਸੀ, ਇਹ ਅਮਰ ਨਜ਼ੀਰ ਨੇ ਮੇਰੀ ਤਵੱਜੋ ਦਿਲਾਈ ਹੈ ਅਤੇ ਮੈਂ ਸਮਝਣਾ ਕਿ ਮੇਰਾ ਮੌਕਫ ਦਰਸਤ ਨਹੀਂ ਸੀ, ਬਸ ਗੱਲ ਇੰਨੀ ਹੈ। ਜ਼ਰੂਰਤ ਚਾਹੀਦੀ ਹੈ, ਹਿੰਮਤ ਚਾਹੀਦੀ ਹੈ, ਕੋਈ ਥੋੜ੍ਹੀ ਜਿੰਨੀ ਦਿਆਨਤਦਾਰੀ ਚਾਹੀਦੀ ਹੈ, ਜੋ ਕਿ ਮੈਂ ਤਾਂ ਇਸ ਉਮਰ ਦੇ ਬਜ਼ੁਰਗ ਕੋਲੋਂ ਮਤਲਬ ਐਕਸਪੈਕਟ ਕਰ ਰਿਹਾ, ਲੇਕਿਨ
ਉਹ ਤੇ ਬਿਲਕੁਲ ਦੂਰ ਦੂਰ ਤੱਕ ਉਹਨਾਂ ਚ ਨਜ਼ਰ ਨਹੀਂ ਆ ਰਹੀ। ਇਹਨੇ ਹੈਦਰਗੜ੍ਹ ਆਏ ਸਾਹਿਬ ਬਾਬਾ ਜੀ, ਜਿੱਥੋਂ ਤੱਕ ਮੈਂ ਜਾਣਦਾ ਵਾਂ, ਮੈਂ ਬਹੁਤ ਪੁਰਾਣਾ ਜਾਣਦਾ, ਬਾਬਾ ਜੀ ਜਿਹੜੇ ਨਾ ਬੜੇ ਰੰਗੀਲੇ ਕਿਸਮ ਦੇ ਮਰੱਬੀ ਨੇ, ਤੁਸੀਂ ਹਾਲੇ ਬਾਬਾ ਜੀ ਨੂੰ ਇੰਨਾ ਨਹੀਂ ਜਾਣਦੇ, ਉਹ ਬੜੇ ਰੰਗੀਲੇ ਨੇ, ਜਿਵੇਂ ਮਿਰਜ਼ਾ ਸਾਹਿਬ ਰੰਗੀਨ ਮਿਜ਼ਾਜ ਆਦਮੀ ਸਨ ਨਾ, ਬਾਬਾ ਜੀ ਵੀ ਉਂਝ ਨੇ, ਚੋਟ ਕੜਾਲ ਤੁਸੀਂ ਮਰਵਾ ਲਓ ਜਿੰਨਾ ਕੁ ਮਰਜ਼ੀ ਮਰਵਾਉਣਾ ਜੇ ਬਾਬਾ ਜੀ ਕੋਲੋਂ ਭਾਰਤ ਉਹ ਤੇ ਇਹ ਅਮਰ ਭਾਈ ਨੇ, ਮੈਂ ਤੁਹਾਨੂੰ ਸਹੀ ਦੱਸਾਂ ਨਾ, ਇਹਨਾਂ ਨੇ ਐਵੇਂ ਉਹਨੂੰ ਚੜਾਇਆ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਕਿਤੇ ਬਹੁਤ ਅਰਸੇ ਪਹਿਲਾਂ ਕਿਤੇ ਸੁਣਨ ਦੇ ਵਿੱਚ ਮੈਂ ਸੁਣਿਆ ਸੀ, ਆ ਕਹਿ ਰਹੇ ਸਨ ਉਹਨਾਂ ਨੇ ਕ੍ਰਿਸ਼ਨਾ ਦੇ ਨਾਲ ਬੜੇ ਮੁਨਾਜ਼ਰੇ ਕੀਤੇ ਨੇ ਭਾਈ, ਕੋਈ ਬੜੇ ਬੁੜੇ ਮੁਨਾਜ਼ਰੇ ਕੋਈ ਨਹੀਂ ਕੀਤੇ ਐਵੀਂ। ਅਕਸਰ ਸਾਡੇ ਮੁਸਲਮਾਨ ਕਈ ਉਹਨਾਂ ਨੂੰ ਜਾ ਕੇ ਤੇ ਬੜਾ ਐਪਰੀਸ਼ੀਏਟ ਵੀ ਕਰਨ ਦੇ ਹੁੰਦੇ ਨੇ ਕਿ ਤੁਸੀਂ ਬਾਈਬਲ ਦੇ ਉੱਤੇ ਬੜਾ ਕੰਮ ਕੀਤਾ ਹੈ ਤੇ ਬੜੀ ਗੱਲ ਕੀਤੀ ਹੈ। ਮੈਂ ਤੁਹਾਨੂੰ ਯਕੀਨ, ਮੈਂ ਸ਼ਰਤੀਆ ਤੁਹਾਨੂੰ ਕਹਿੰਦਾ, ਇਸ ਬੰਦੇ ਨੂੰ ਬਾਈਬਲ ਦੀ ਅਲਫ ਬੇ ਦਾ ਨਹੀਂ ਜੇ ਪਤਾ, ਯਕੀਨ ਕਰੋ। ਇਹਨੇ ਸਾਰਾ ਮਵਾਦ ਜਿਹੜਾ ਜਿਹਨਾਂ ਉਹ ਜਿਹੜੇ ਐਲੇ ਹਦੀਸ ਮੁਨਾਜ਼ਰੇ ਨਹੀਂ ਕਰਦੇ ਕ੍ਰਿਸ਼ਨਾ ਦੇ ਨਾਲ, ਇਹਨੇ ਸਾਰਾ ਮਵਾਦ ਉੱਥੋਂ ਚੋਰੀ ਕੀਤਾ ਹੁੰਦਾ ਜੇ। ਹਕੀਮ ਇਮਰਾਨ ਸਾਕਬ ਦਾ ਸਭ ਤੋਂ ਜ਼ਿਆਦਾ ਮਵਾਦ ਚੋਰੀ ਕਰਕੇ ਬੈਠਾ ਬਾਬਾ, ਇਹਨੇ ਜ਼ਿਆਦਾ ਮਵਾਦ ਚੋਰੀ ਕੀਤਾ ਜੇ। ਰਿਕਾਰਡ ਕਰੋ ਜੋਸਫ ਸਾਹਿਬ ਦੀ ਗੱਲ, ਉਹ ਜਿਹੜਾ ਹਕੀਮ ਇਮਰਾਨ ਸਾਕਬ ਦਿੰਦਾ ਜੇ ਨਾ ਉੱਥੇ ਬਾਈਬਲ ਦੇ ਹਵਾਲੇ, ਉਹ ਸੇਮ ਹਵਾਲੇ ਅਨਿਲ ਮੈਸੀ ਨੂੰ ਦੇਣ ਦਿਆ ਸੀ ਜੇ ਹਵਾਲੇ ਇੱਕ ਦਫ਼ਾ, ਤੇ ਅਨਿਲ ਭਾਈ ਨੇ ਇਹਨੂੰ ਫੜ ਲਿਆ ਸੀ ਉਦੋਂ, ਤੇ ਖੈਰ ਫੜਿਆ ਤੇ ਉਦੋਂ ਇੱਕ ਬਾਈਬਲ ਦੇ ਵਿੱਚ ਜਨਾਬ ਅਯੂਬ ਦੇ ਨਾਲ ਮੁਕਾਲਮਾ ਹੋਇਆ ਉਹਨਾਂ ਦੇ ਤਿੰਨ ਦੋਸਤਾਂ ਦਾ, ਜਿਹਦੇ ਵਿੱਚ ਉਹ ਬਾਅਦ ਚ ਉਹ ਤਿੰਨ ਬੰਦੇ ਦੇ ਉੱਤੇ ਖੁਦਾ ਨੇ ਲਾਹਨਤ ਵੀ ਕੀਤੀ ਹੈ। ਉਹ ਜਦੋਂ ਜਨਾਬੇ ਅਯੂਬ ਦੇ ਉੱਤੇ ਬਿਮਾਰੀ ਆਈ ਨਾ, ਤੇ ਉਹਨਾਂ ਦੇ ਤਿੰਨ ਦੋਸਤ ਉਹਨਾਂ ਨੂੰ ਜਾ ਕੇ ਕਹਿੰਦੇ ਨੇ ਕਿ ਤੂੰ ਛੱਡ ਦੇ ਆਪਣੇ ਯਹੋਵਾ ਪਾਕ ਖੁਦਾ ਨੂੰ, ਉਹ ਮੁਨਾਜ਼ਰਾ ਕਰਨ ਲੱਗ ਪਏ। ਤੇ ਉਹਦੇ ਵਿੱਚ ਇੱਕ ਜਿਹੜਾ ਮੁਨਾਜ਼ਰਾ ਹੋਇਆ ਉਹਦੇ ਵਿੱਚ ਇੱਕ ਬੰਦਾ ਸੀ, ਉਹਨੇ ਕਿਹਾ ਕਿ ਜੀ ਜਿਹੜਾ ਔਰਤ ਤੋਂ ਪੈਦਾ ਹੁੰਦਾ ਉਹ ਥੋੜੇ ਗੁਨਾਹ ਦਿਨਾਂ ਦਾ ਤੇ ਗੁਨਾਹ ਗਾ ਦੇ। ਉਸ ਬੰਦੇ ਦੇ ਉੱਤੇ ਬਾਅਦ ਚੋਂ ਯਹੋਵਾ ਪਾਕ ਖੁਦਾ ਨੇ ਲਾਹਨਤ ਵੀ ਕੀਤੀ ਹੈ। ਹੁਣ ਇਹ ਉਹ ਆਇਤ ਦੇ ਕੇ ਸਾਨੂੰ ਕੱਲੀ ਤੇ ਆਂਦਾ ਜੀ ਬਾਈਬਲ ਤੋਂ ਕਹਿਤੀ ਹੈ ਜੋ ਔਰਤ ਸੇ ਪੈਦਾ ਹੋਵੇ ਉਹ ਗੁਨਾਹ ਗਾ ਰਹੇ, ਤੋ ਚੂੰਕਿ ਯਸਮ ਸੀ ਔਰਤ ਸੇ ਪੈਦਾ ਹੋਵੇ, ਉਹ ਪਾਗਲ ਦੇ ਪੁੱਤਰ ਅੱਗੇ ਤੇ ਪੜ ਲਿਆ ਉਹਦੇ, ਉਸ ਬੰਦੇ ਦੇ ਉੱਤੇ ਯਹੋਵਾ ਪਾਕ ਖੁਦਾ ਨੇ ਲਾਹਨਤ ਕੀਤੀ ਹੈ। ਤੇ ਮੁਨਾਜ਼ਰੇ ਦੀ ਗੱਲ ਹੈ ਇਹ, ਜਿਹੜਾ ਇਹੋ ਜਿਹੇ ਛੋਟੇ ਛੋਟੇ ਮੁਨਾਜ਼ਰਾਂ ਤੋਂ ਗੱਲਾਂ ਦਿਲ ਨੂੰ ਲੈਂਦਾ ਹੈ ਤੇ ਇਹਦੀ ਆਪਣੇ ਪੱਲੇ ਦੇ ਕੱਖ ਵੀ ਨਹੀਂ ਹੈ, ਜਿਸ ਤਰੀਕੇ ਨਾਲ ਇਹਨੇ ਅਹਿਮਦ ਦੀ ਦਾਤ ਦੀ ਗੱਲ ਲਈ ਹੈ ਤੁਹਾਡੀਆਂ। ਅਕਬਰ ਖਾਨ ਨੇ ਕਿਹੜਾ ਇਨਕਾਰ ਕੀਤਾ, ਅਕਬਰ ਖਾਨ ਬੈਠੇ ਇੱਥੇ। ਤੇ ਉਹ ਇਹਨਾਂ ਦਾ ਜਿਹੜਾ ਯਾਰ ਸੀ ਉਹ ਬੜਾ ਇਹ ਵੀ ਤੇ ਮੀਰ ਲਤੀਫ ਵੀ ਬੜਾ ਜ਼ਲੀਲ ਹੋਏ ਸਨ ਮੁਨਾਜ਼ਰੇ ਦੇ ਵਿੱਚ, ਤੇ ਪੱਲੇ ਖੁਦਾ ਜਾਂਦਾ ਜੇ ਮਰਜ਼ੀਆਂ ਦੇ ਇਲਮੀ ਤੌਰ ਤੇ ਤੁਸੀਂ ਮਿਰਜ਼ਾ ਸਾਹਿਬ ਹੋਣੇ ਅਕਬਰ ਸਾਹਿਬ ਕਹਿਣਗੇ ਬਾਦਲ, ਤੁਸੀਂ ਵੀ ਮੇਰੀਆਂ ਚੁੰਮੀਆਂ ਲਓਗੇ ਜੇ ਬਰਫੀ ਤੁਹਾਨੂੰ ਵੀ ਖਵਾਈ ਤੇ। ਇਹ ਜਿਹੜੇ ਆਇਆ ਨਸਵਾਰ ਖਾਨ ਇਹਦੀਆਂ ਚੁਮੀਆਂ ਕੌਣ ਲੈ ਸੀ? ਅੱਛਾ ਨਸਵਾਰ ਖਾਨ ਲਿਖੀ ਮਰ ਜਾਏ ਪਰ ਹੁੰਦਾ ਨਸੂਰ ਖਾਨ, ਨਸੂਰ ਖਾਨ ਨਹੀਂ ਨਸਵਾਰ ਵੀ ਲਿਖਣਾ ਆਉਂਦਾ ਤੈਨੂੰ ਅੱਲਾ ਭਾਈ। ਮੈਂ ਮਲਕ ਆ ਨਾ, ਮਲਕ ਕਮਾਲ ਕਰ ਛੜਿਆ ਭਾਈ, ਇੱਥੇ ਹੀ ਹੋ ਸਾਰਾ ਨਾਂ ਹੀ ਪੁੱਠਾ ਲਿਖ ਛੜਿਆ ਨਸੂਰ ਖਾਨ। ਜੀ 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 ਮੈਂ ਬੜੇ ਗੌਰ ਨਾਲ ਸੁਣਿਆ ਅਨਿਲ ਭਾਈ ਤੇ ਮੈਂ, ਅਸੀਂ ਸਾਰੇ ਨਾ ਮਲਕ ਇਹਨਾਂ ਦੇ ਗਰੁੱਪ ਦੇ ਵਿੱਚ ਦੀਵਾਨਾ। ਇੱਕ ਮਿੰਟ ਠਹਿਰੋ, ਉੱਥੇ ਨਾ ਅਕਬਰ ਸਾਹਿਬ ਦਾ ਕਜ਼ਨ ਹੈ ਉਹ ਯਾਰ, ਉਹ ਚੁੰਮੀਆਂ ਚੁੰਮੀਆਂ ਵਾਲੀ ਤਸਵੀਰਾਂ ਡਿਲੀਟ ਹੋ ਗਈਆਂ, ਕਿਸੇ ਕੋ ਹੈ ਨਾ? ਆ ਮੇਰੇ ਕੋਲ ਪਈਆਂ ਨੇ ਜੀ ਉਹ ਤਸਵੀਰਾਂ। ਮੈਨੂੰ ਭੇਜ ਦੇਣਾ ਪਲੀਜ਼ ਯਾਰ। ਅੱਛਾ
ਤੇ ਉਹ ਬੰਦਾ ਅਕਬਰ ਸਾਹਿਬ ਦੀਆਂ ਚੁੰਮੀਆਂ ਛੁੰਮੀਆਂ ਵੀ ਲੈਂਦਾ ਰਿਹਾ, ਪਤਾ ਨੀ ਉਹਨੇ ਲੱਭਾਂ ਤੋਂ ਹੋ ਸਕਦਾ ਲਈ ਹੋਈ, ਲੱਭਾਂ ਦੀ ਤੇ ਖੈਰ ਨਹੀਂ ਹੈ ਤਸਵੀਰ, ਕੱਢ ਕੇ ਲਾਓ, ਕੱਢ ਕੇ ਇੱਥੇ ਲਾਓ ਪਿਕਚਰ ਸਾਹਮਣੇ ਕਰਕੇ। ਨਹੀਂ ਹੈ ਮੇਰੇ ਕੋਲ ਤਸਵੀਰ ਹੈ ਵੇ, ਉਹਨੇ ਤੁਸੀਂ ਵੇਖੋ ਨਾ ਕਿ ਇਹਦੇ ਵਿੱਚ ਕੋਈ 48,000 ਤਸਵੀਰਾਂ ਨੇ, 35,000 ਹੁਣ ਮੈਂ ਲੱਭਾਂਗਾ ਜਿੱਦਣ ਮੈਂ ਲੱਭ ਕੇ। ਇਸਾਨ ਸਾਹਿਬ ਤੁਸੀਂ ਗੱਲ ਕਰਨੀ ਹੈ, ਤੁਹਾਡਾ ਮਾਈਕ ਚ ਆਵਾਜ਼ ਆ ਰਹੀ ਹੈ ਜਾਂ ਤੁਸੀਂ ਆਪ ਗੱਲ ਕਰੋ। ਗੱਲ ਜਿੰਨੇ ਕਰਦੀ ਮੈਂ ਫਿਰ ਇਸਾਨ ਜੋਦਾ ਭੱਟੀ ਸਾਹਿਬ ਤੁਹਾਡਾ ਕੋਈ ਆਪਣਾ ਕੋਈ ਬ੍ਰਾਂਡ ਹੈ? ਇਹ ਵੀ ਲੈਂਦੇ ਨੇ ਬ੍ਰਾਂਡ ਆਪਣੇ? ਹਾਂਜੀ ਹੈ ਵੇ, ਬਸ ਉਹ ਥੋੜੇ ਦਿਨਾਂ ਦੇ ਨਾ ਅਸੀਂ ਮੈਂ ਜ਼ਰਾ ਛੁੱਟੀਆਂ ਤੇ ਨਿਕਲਿਆ ਸਾਂ ਘੁੰਮਣ ਫਿਰਨ ਤੇ ਫਿਰ ਇਸ ਲਈ ਬ੍ਰਾਂਡ ਸ਼ੋਰਟ ਨਹੀਂ ਲੱਗਦੀ। ਇਹ ਠੀਕ ਹੈ ਮਸਵਾਰ ਖਾਨ ਨਾਲ ਤੇ ਮਸਵਾਰ ਖਾਨ ਉਹ ਨਾ ਉਦੋਂ ਉਸ ਤੋਂ ਬਾਅਦ ਕੀ ਨਾਲ ਇਹਦਾ ਆਪਣਾ ਨੋਨ ਬਾਈ ਸੁਣਨ ਡੇ ਹੋ, ਇਹ ਮੀਰ ਲਤੀਫ ਤੇ ਅਕਬਰ ਭਾਈ ਦਾ ਅਕਬਰ ਸਾਹਿਬ ਦਾ ਕਜ਼ਨ ਜਿਹੜਾ, ਇਹ ਦੋ ਬੰਦੇ ਉੱਥੋਂ ਮੁਨਾਜ਼ਰਾ ਹਾਰੇ ਨੇ, ਅਨਿਲ ਬਾਈ ਉੱਥੇ ਮੌਜੂਦ ਸਨ, ਮੈਂ ਵੀ ਮਤਲਬ ਬਹੁਤ ਸਾਰੇ ਕ੍ਰਿਸਚਨ ਸਨ ਉਦੋਂ ਤੱਕ, ਇਹ ਆਪਸ਼ਨ ਆ ਗਿਆ ਸੀ ਮੁਨਾਜ਼ਰੇ ਉਹਦੇ 'ਚ ਗਰੁੱਪਾਂ ਦੇ ਵਿੱਚ ਕਿ ਤੁਸੀਂ 500-600 ਬੰਦਾ ਐਡ ਕਰ ਸਕਦੇ ਹੋ, ਤੇ ਬਾਕੀ ਸਾਰੇ ਬੰਦੇ ਉੱਧਰ ਨੈਗੇਟਿਵ ਸਨ। ਉਹ 6-7 ਦਿਨ ਉਹਦੀ ਪੂਰੀ ਪ੍ਰਮੋਸ਼ਨ ਚੱਲੀ ਹੈ ਮੁਨਾਜ਼ਰੇ ਦੀ, ਇਹ ਦੋਵੇਂ ਬੰਦੇ ਜਨਾਬ ਉੱਥੋਂ ਦੌੜੇ ਨੇ, ਇਹ ਅਕਬਰ ਸਾਹਿਬ ਵੀ ਮੌਜੂਦ ਸਨ, ਇਹ ਜੁੱਤੀਆਂ ਕੱਪੜੇ ਛੱਡ ਕੇ ਸਿਰਫ ਮਿਰਜ਼ਾ ਸਾਹਿਬ ਦਾ ਇੱਕ ਹਵਾਲਾ ਐਂਡ ਦੇ ਵਿੱਚ ਲਾਇਆ ਕਿ ਇਹ ਲਓ ਜੀ ਜਿਹੜੀ ਗੱਲ ਦੇ ਉੱਤੇ ਤੁਸੀਂ ਇਤਰਾਜ਼ ਕਰਨ ਡੇ ਹੋ ਨਾ, ਇਹ ਇਤਰਾਜ਼ ਕਰਨ ਡਿਆ ਸੀ ਕਿ ਜੀ ਤੌਰਾ ਦੇ ਵਿੱਚੋਂ ਵਹਾਓ ਕਿ ਮਸੀਹ ਯਸੂ ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠਣਗੇ। ਮੈਂ ਕਿਹਾ ਇਹ ਲਓ ਜੀ ਮਿਰਜ਼ਾ ਸਾਹਿਬ ਆਉਂਦੇ ਨੇ ਜੀ, ਬਿਲਕੁਲ ਤੌਰਾਤ ਦੇ ਵਿੱਚ ਪੇਸ਼ ਕੋਈ ਮੌਜੂਦ ਹੈ, ਤੇ ਇਹ ਆਉਂਦਾ ਸੀ ਪੇਸ਼ ਕੋਈ ਮੌਜੂਦ ਨਹੀਂ ਹੈ। ਮੈਂ ਕਿਹਾ ਜੀ ਮਿਰਜ਼ਾ, ਬਸ ਇਸ ਗੱਲ ਤੋਂ ਫਿਰ ਇਹ ਦੌੜ ਗਏ ਸਨ। ਮਿਰਜ਼ਾ ਸਾਹਿਬ ਦੀਆਂ ਨੀ ਮੰਨਦੇ? ਹਾਂਜੀ ਕਰੋ ਤੁਸੀਂ ਗੱਲ, ਮੈਂ ਨਾ ਤਸਵੀਰ ਨਾ ਲੱਭ ਲਾਂ ਜੀ, ਇਹ ਤੇ ਖੁਦਾ ਕਰੇ ਲੱਭ ਜਾਏ। ਤੇ ਦਿਸ ਇਜ਼ ਨਾਟ ਪੋਸੀਬਲ ਐਟ ਆਲ। ਮੇਰੇ ਪੇਰੈਂਟਸ ਹੈ, ਮੈਂ ਉਹਦੀ ਛੋਟੀ ਬੇਟੀ ਹਾਂ, ਐਸੇ ਕੈਸੇ ਹੋ ਸਕਦਾ ਹੈ ਕਿ ਕੋਈ ਵੀ ਉਹਨੂੰ। ਸਿਕੰਦਰ ਸਾਹਿਬ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੇ ਕਰ ਲਓ। ਨਹੀਂ ਨਹੀਂ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸਾਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਵਾਲੇਕੁਮ ਅਸਲਾਮ। ਦੇਖੋ ਅਮਰ ਭਾਈ, ਇਹ ਤੇ ਮੀਰ ਲਤੀਫ ਸਾਹਿਬ ਦੀ ਗੱਲ ਹੈ ਕਿ ਇਹਨਾਂ ਦੀ ਇੱਕ ਕਹਿ ਲਓ ਕਿ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਨਾਲ ਬੰਦੇ ਲਾਏ ਜਾਣ, ਔਰ ਇਹਨਾਂ ਨੇ ਸ਼ੇਖ ਸਾਹਿਬ ਸ਼ੇਖ ਅਹਿਮਦੀ ਜਾਤ ਦਾ ਨਾਮ ਲੈ ਕੇ ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਅਕਾਇਦ ਬਿਆਨ ਕਰਦੇ ਨੇ। ਮਿਰਜ਼ਾ ਮਸਰੂਰ ਸਾਹਿਬ ਇਹ ਤੇ ਮੀਰ ਲਤੀਫ ਸਾਹਿਬ ਤੋਂ ਉਹਨਾਂ ਦੇ ਮਾਂ ਬਰਾਬਰ ਦੇ ਵਿੱਚ ਕੁਛ ਵੀ ਨਹੀਂ ਹੈਗੇ। ਮਿਰਜ਼ਾ ਮਸਰੂਰ ਸਾਹਿਬ ਜਿਹੜੇ ਇਹਨਾਂ ਦੇ ਖਲੀਫਾ ਸਾਹਿਬ ਨੇ, ਉਹਨਾਂ ਨੇ ਜਦੋਂ ਖੁਦਾਵੰਦ ਯਸੂਮ ਸੀ ਤੇ ਸ਼ਰਾਬ ਵਾਲਾ ਇਲਜ਼ਾਮ ਲਾਇਆ ਵੇ, ਤਾਂ ਉਹਨਾਂ ਨੇ ਬਕਾਇਦਾ ਤੌਰ 'ਤੇ ਆਖਿਆ ਜੀ ਹੁਣ ਤਾਂ ਵੈਟੀਕਨ ਦੇ ਜਿਹੜੇ ਉਹ ਪਾਦਰੀ ਨੇ ਤੇ ਯੇ ਵੋ ਫਾਦਰ ਉਹ ਵੀ ਇੰਝ ਕਹਿਣ ਲੱਗ ਪਏ ਨੇ ਕਿ ਜੀ ਉਹ ਨਸ਼ੇ ਸਨ ਜਦੋਂ ਉਹਨਾਂ ਨੇ ਆਖਿਆ। ਐਡਾ ਵੱਡਾ ਬਹੁਤਾਨ ਲਾ ਕੇ, ਐਡੀ ਵੱਡੀ ਆਪਣੀ ਪੋਜੀਸ਼ਨ ਬਣਾ ਕੇ ਉਹਨਾਂ ਨੇ ਇੰਝ ਦੀ ਗੱਲ ਕੀਤੀ, ਉਹ ਇੰਤਹਾਈ ਗੈਰ ਮੁਨਾਸਿਬ ਉਹਨਾਂ ਨੇ ਬਿਆਨ ਦਿੱਤਾ ਜਿਹਦਾ ਬੜਾ ਸ਼ਦੀਦ ਨਾਲ ਦਿਆ ਮਾਰਾਇਆ, ਔਰ ਬਾਅਦ 'ਚੋਂ ਉਹਨਾਂ ਨੂੰ ਬੜੀ ਜਲਾਲਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਬਹੁਤ ਹੀ ਨਾਮੁਨਾਸਿਬ ਕਿਸਮ ਦੀ ਉਹਨਾਂ ਨੇ ਗੱਲ ਕਰ ਲਈ ਸੀ। ਵਾਪਸ ਕੀਤਾ ਸੂ ਪਾਕਿਸਤਾਨ ਦਾ ਹਜ਼ਰਤ ਨੂਨ ਸਾਹਿਬ, ਇਹ ਪਾਕਿਸਤਾਨ ਹੁੰਦਾ ਅੱਲਾਹ ਦੀ ਕਸਮ ਇਹਦੇ 295 ਸੀ ਲੱਗ ਗਏ ਬਸ। ਔਰ ਇਹ ਵੀ ਇਹਨਾਂ ਦੀ ਕੀ ਕਹਿਣਾ ਚਾਹੀਦਾ ਕਿ ਜ਼ਿਹਨੀ ਕੈਫੀਅਤ ਹੈ
ਕਿ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਨਾਲ ਸਾਡੇ ਨਾਲ ਕੋਈ ਬੰਦੇ ਨਾਲ ਜਾਣ, ਅਸੀਂ ਆਪਣਾ ਬਿਆਨੀਆਂ ਬਣਾਈਏ। ਇਹ ਬਿਆਨੀਆਂ ਬਣਾਉਣ ਦੀ ਕੋਸ਼ਿਸ਼ ਹੁੰਦੀ, ਇਹ ਜਿਹੜੀ ਬਕਵਾਸ ਇਹਨੇ ਇੱਥੇ ਲੰਦਨ ਬਹਿ ਕੇ ਕੀਤੀ, ਇਹੋ ਹੀ ਲਫ਼ਜ਼ ਪਾਕਿਸਤਾਨ ਬਹਿ ਕੇ ਬੋਲਦਾ, ਪਰਚਾ ਹੋਣਾ ਸੀ 295 ਸੀ। ਹਾਂਜੀ, ਅੱਲਾਹ ਦੇ ਸੱਚੇ ਨਬੀ ਦੇ ਬਾਰੇ ਬਕਵਾਸ, ਇਹ ਇਹਨਾਂ ਦੀ ਜ਼ਿਹਨੀ ਕੈਫੀਅਤ ਹੈ। ਔਰ ਉਹ ਇਹਨਾਂ ਦੀ ਕੋਸ਼ਿਸ਼ ਜਿਹੜੀ ਹੈ ਮੁਝੇ ਜਾਰੀ ਰਹਿੰਦੀ ਹੈ, ਇਸੇ ਤਰ੍ਹਾਂ ਨਾਲ ਇਹਦਾ ਕੋਈ ਬੰਦਾ ਨਾਲ ਰਲਾ ਲਈਏ ਜੀ, ਉਹ ਸਾਡੇ ਵਾਲੀ ਗੱਲ ਕਰ ਦਿੱਤੀ ਹੈ ਤਾਂ ਮਤਲਬ ਅਸੀਂ ਬੜੇ ਸੱਚੇ ਹਾਂ। ਦੱਸ ਸਟੂਪਿਡਿਟੀ ਸਟਾਰਟ ਟੂ ਰਲਾਓ। ਬਾਕੀ ਵਾਲੀ ਜਿਹੜੀ ਤੁਸੀਂ ਰਿਕਾਰਡਿੰਗ ਸੁਣਾਈ ਹੈ, ਇਹ ਤਾਂ ਮੀਰ ਸਾਹਿਬ ਤੁਹਾਡੀ ਅੰਗਰੇਜ਼ੀ ਸਿੱਖ ਕੇ ਅਤੇ ਇਹਨੂੰ ਤੁਸੀਂ ਸਮਝੋ, ਸਾਫ਼ ਅਤੇ ਸਿੱਧੀ ਗੱਲ ਕਰ ਰਿਹਾ ਵੇ ਹੋ। ਔਰ ਉਹ ਜਿੰਨੇ ਕਿ ਤੁਸੀਂ ਮਸੀਹਤ ਦੇ ਮੁਖਾਲਿਫ ਹੋਵੋ, ਉਹ ਸ਼ਾਇਦ ਤੁਹਾਨੂੰ ਥੋੜ੍ਹਾ ਵੱਡਾ ਹੀ ਹੋਵੇ, ਲੇਕਿਨ ਉਹ ਮੁਸਲਮਾਨ ਸੀ, ਉਹ ਸੱਚਾ ਮੁਸਲਮਾਨ ਸੀ, ਜਿਵੇਂ ਅਸੀਂ ਪੱਕਾ ਉਹ ਦੀਨੇ ਇਸਲਾਮ 'ਚੋਂ ਨਹੀਂ ਉਹ ਬੰਦਾ ਨਿਕਲਿਆ ਸੀ। ਔਰ ਉਹ ਬੜੇ ਸ਼ਦੀਦ ਕਿਸਮ ਦੇ ਉਹਨੇ ਖਿਲਾਫਾਤ ਉਹਦੇ ਮਸੀਹਤ ਦੇ ਨਾਲ ਰਹੇ ਨੇ। ਬੇਸ਼ੱਕ ਉਹਨੂੰ ਮਸੀਹਤ ਦੇ ਵਿੱਚ ਅਸੀਂ ਕੋਈ ਅੱਛਾ ਬੰਦਾ ਨਹੀਂ ਉਹਨੂੰ ਸਮਝਦੇ, ਮੁਸਲਮਾਨ ਸੀ ਉਹਨਾਂ ਦਾ ਸੀ, ਜੋ ਵੀ ਉਹਨਾਂ ਦਾ ਬਿਆਨ ਸੀ ਸੋਚ ਸੀ ਉਹਨਾਂ ਦੀ ਐਕਸਪਲੇਨੇਸ਼ਨ ਹੈ। ਅੱਛਾ ਨੂਨ ਭਾਈ, ਤੁਹਾਨੂੰ ਪਤਾ ਹੈ ਜਿਹੜੀ ਵੀਡੀਓ ਸੀ ਨਾ ਜੀ, ਇਹ ਜਿਹੜੀ ਇਹ ਖਲੀਫੇ ਨੇ ਲਾਈ ਸੀ ਕਿ ਉਹ ਇਹ ਤੇ ਜੀ ਵੈਟੀਕਨ ਵਾਲੇ ਮੰਨਦੇ ਨੇ, ਇਹ ਵੀਡੀਓ ਨਾ ਸਭ ਤੋਂ ਪਹਿਲਾਂ ਫੇਸਬੁੱਕ ਦੇ ਉੱਤੇ ਇੱਕ ਉਹ ਕੋਈ ਉਹ ਮਰਜ਼ਈ ਹੈ ਉਹਦਾ ਪਤਾ ਨਹੀਂ ਕੀ, ਕੋਈ ਫਤਿਹ ਇਸਲਾਮ ਨਾਂ ਦੀ ਆਈਡੀ ਹੈ, ਉਸ ਬੰਦੇ ਨੇ ਮੈਨੂੰ ਟੈਗ ਕੀਤੀ, ਮੈਨੂੰ ਇਕੱਲੇ ਨੂੰ ਟੈਗ ਕੀਤੀ। ਅੱਛਾ, ਮੈਂ ਉਹਦੀ ਸਕਰੀਨ ਰਿਕਾਰਡਿੰਗ ਕਰਕੇ ਅਤੇ ਮੈਂ ਦਿੱਤੀ ਕਰਾਮ ਇਲਾਹੀ ਭਾਈ ਨੂੰ, ਉਹ ਜਾਣਦੇ ਨੇ ਨਾ ਆਮਿਰ ਭਾਈ, ਅਨਿਲ ਭਾਈ ਵੀ ਜਾਣਦੇ ਨੇ, ਸਿਕੰਦਰ ਭਾਈ ਵੀ ਜਾਣਦੇ ਨੇ, ਅਕਬਰ ਸਾਹਿਬ ਵੀ ਜਾਣਦੇ ਨੇ। ਉਹਨਾਂ ਨੂੰ ਮੈਂ ਕਲਾਈ, ਮੈਂ ਕਿਹਾ ਕਰਾਮ ਭਾਈ ਕੱਲ੍ਹ ਇਸਕੇ ਉੱਪਰ ਹਮਨੇ ਸਟ੍ਰੀਮ ਕਰਨੀ ਹੈ, ਤੋ ਇਹ ਵੀਡੀਓ ਦੇਖ ਲੈ, ਤਿਆਰੀ ਕਰ ਲੈ ਜੀ, ਉਦੋਂ ਅਸੀਂ ਯੂਟਿਊਬ 'ਤੇ ਸਟ੍ਰੀਮਾਂ ਕਰਦੇ ਹਾਂ। ਇਕਰਾਮ ਭਾਈ ਨੇ ਨਾ ਵੇਖਿਆ ਤਾਂ ਵੇਖਿਆ, ਉਹਨੇ ਗਰੁੱਪਾਂ 'ਚ ਲਾ ਦਿੱਤੀ, ਉਹ ਇੱਕ ਗਰੁੱਪ ਦੇ ਵਿੱਚ ਉਹਨਾਂ ਨੇ ਲਾਈ ਅਤੇ ਉੱਥੇ ਸਾਰੀਆਂ ਜਿਹੜੀਆਂ ਸਨ ਐਕਸ ਕਾਦੀਆਨੀ ਕੁੜੀਆਂ ਬੈਠੀਆਂ ਸਨ, ਉਹ ਐਕਸ ਕਾਦੀਆਨੀ ਸਨ ਅਤੇ ਉਹ ਮੁਲਹਦ ਹੋ ਚੁੱਕੀਆਂ ਸਨ, ਉਹ ਬਾਅਦ ਵਿੱਚ ਨਾ ਉਹ ਮਿਰਜ਼ਾ ਸਾਹਿਬ ਦੇ ਬਾਰੇ ਕੋਈ ਅੱਛੇ ਰਾਏ ਨਹੀਂ ਸਨ ਰੱਖਦੀਆਂ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੰਨੀ ਕੁ ਵੀਡੀਓ ਦਾ ਟੋਟਾ ਚੁੱਕਿਆ ਅਤੇ ਉਹਨਾਂ ਨੇ ਟਿਕਟੋਕ ਦੇ ਉੱਤੇ ਲਾ ਦਿੱਤੀ। ਉਹ ਪਾਵਾ ਜੀ ਉਦੋਂ ਤੇ ਫਿਰ ਮੁਫਤੀ ਸਾਹਿਬ ਤੱਕ ਪਹੁੰਚੀ ਤੇ ਹਾਲਾ ਪੈ ਗਈ। ਬਹਰਲ ਉਹ ਜਿਹੜੀ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਨਾ ਕਿ ਜੀ ਉਹ ਇੱਕ ਉਹਦਾ ਬਿਆਨ ਇੱਕ ਪ੍ਰੀਸਟ ਦਾ, ਉਹ ਪ੍ਰੀਸਟ ਦਾ ਬਿਆਨ ਵੀ ਅਸੀਂ ਅਸਲ ਕੱਢਿਆ ਸੀ, ਉਹਦਾ ਨਾਂ ਹੁਣ ਮੈਂ ਭੁੱਲ ਗਿਆ ਵਾ, ਕੈਥੋਲਿਕ ਪ੍ਰੀਸਟ, ਉਹਨੇ ਵੀ ਕੋਈ ਐਸੀ ਗੱਲ ਨਹੀਂ ਸੀ ਕੀਤੀ, ਅਤੇ ਨਾ ਜਿਹੜਾ ਕੈਥੋਲਿਕ ਨਿਊਜ਼ ਏਜੰਸੀ ਹੈ CNN ਉਹਦੇ 'ਤੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਸੀ ਲੱਗੀ। ਬਕਾਇਦਾ ਅਸੀਂ ਈਮੇਲ ਵੀ ਕੀਤੀ ਸੀ ਅਤੇ ਉਹਨਾਂ ਨੂੰ ਜਿਹੜੇ ਕੈਥੋਲਿਕ ਵਾਲੇ ਨੇ, ਉਹਨਾਂ ਨੇ ਕਿਹਾ ਨਹੀਂ ਸਾਡਾ ਕੋਈ ਇਹੋ ਜਿਹਾ ਬਿਆਨ ਨਹੀਂ, ਅਤੇ ਅਸੀਂ ਪੂਰੀ ਸਟ੍ਰੀਮ ਕੀਤੀ ਸੀ। ਅਤੇ ਇਹਨਾਂ ਦਾ ਬਹੁਤ ਵੱਡਾ ਇੱਕ ਮੁਰੱਬੀ ਹੈ ਇਬਰਾਹਿਮ ਨੂਨਨ, ਉਹ ਹੁੰਦਾ ਇੱਥੇ ਆਇਰਲੈਂਡ ਵਿੱਚ ਨਾ, ਅਦਨਾਨ ਰਸ਼ੀਦ ਸਾਹਿਬ ਦੇ ਬੜੇ ਮੁਨਾਜ਼ਰ ਹੋਏ ਨੇ, ਅਤੇ ਉਹ ਸਾਡੀ ਉਹਦੇ ਥੱਲੇ ਆ ਕੇ ਅਤੇ ਕਮੈਂਟ ਵੀ ਕਰਦਾ ਸੀ, ਮੇਰੇ ਕੋਲ ਉਹਦੀ ਪੂਰੀ ਰਿਕਾਰਡਿੰਗ ਵੀ ਹੈ, ਉਹਨਾਂ ਮੇਰੀ ਬੜੀ ਬਹਿਸ ਹੋਈ ਸੀ ਫੋਨ 'ਤੇ। ਅਤੇ ਉਹ ਜਿਹੜਾ ਆਉਂਦਾ ਨਹੀਂ ਜੀ ਨਹੀਂ ਹੈ ਕੈਥੋਲਿਕ ਨਿਊਜ਼ ਵਾਲਿਆਂ ਦੀ, ਉਹ ਮੈਂ ਕਿਹਾ ਵਾਟਰ ਫੋਰ ਵਿਸਪਰ ਨਿਊਜ਼ ਵਾਲਿਆਂ ਦੀ ਹੈ, ਅਤੇ ਉਹਨਾਂ ਦਾ ਜਾ ਕੇ ਡਿਸਕਲਾਈਮਰ ਵੇਖ ਲਵੋ, ਉਹ ਆਪ ਆਉਂਦੇ ਨੇ ਕਿ ਅਸੀਂ ਮਜ਼ਾਈਆ ਅਤੇ ਝੂਠੀਆਂ ਖਬਰਾਂ ਬਣਾਉਂਦੇ ਹਾਂ, ਪਾਗਲ ਦਿਆ ਪੁੱਤਰ ਹੈ, CNN ਨਿਊਜ਼ ਨਹੀਂ ਹੈ, ਕੈਥੋਲਿਕ ਨਿਊਜ਼ ਏਜੰਸੀ ਨਹੀਂ ਹੈ। ਅਤੇ ਇਹ ਉਹਦੀ ਮੈਂ ਸਾਰੀ ਡਿਟੇਲ, ਅਗਰ ਮੇਰੀ ਪ੍ਰੋਫਾਈਲ 'ਤੇ ਜਾਓਗੇ ਤਾਂ ਪਹਿਲੀ ਦੂਜੀ ਵੀਡੀਓ ਵੇ ਉਹਦਾ ਪੂਰਾ ਆਰਟੀਕਲ ਜਿਹੜਾ ਨਾ ਮੈਂ ਉਹ ਇੱਥੇ ਮਿਲਾਇਆ। ਹਾਂਜੀ, ਇਹ ਤਾਂ ਅਸੀਂ ਬੜੀਆਂ ਸਟ੍ਰੀਮਾਂ ਉਹਨਾਂ ਦਿਨਾਂ ਦੇ ਵਿੱਚ, ਬਕਾਇਦਾ ਮੈਂ ਵੀਡੀਓ ਬਣਾ ਕੇ ਵੀ ਉਹ ਯੂਟਿਊਬ 'ਤੇ ਵੀ ਚੜ੍ਹੀ ਜੇ, ਫੇਸਬੁੱਕ 'ਤੇ ਵੀ ਹੈ, ਅਤੇ ਬਕਾਇਦਾ ਦਾ ਸਾਰਾ ਅਸੀਂ ਕਲੀਅਰ ਕੀਤਾ ਸੀ। ਅਤੇ ਮੈਂ ਦੱਸਣਾ ਕਿ ਇਹ ਜਿਹੜੇ ਨੇ ਨਾ, ਇਹ ਮਿਰਜ਼ਾ ਮਸਰੂਰ ਸਾਹਿਬ, ਇਹ ਮਿਰਜ਼ਾ ਮਸਰੂਰ ਉਹ ਖੋਤਾ ਜਦੋਂ ਤੁਸੀਂ ਦੋ ਇੱਟਾਂ ਧਰੋ ਨਾ ਤਾਂ ਇਹ ਟੁਰ ਪੈਂਦਾ, ਬਈ ਬਾਕੀ ਤੇਰੇ ਮਾਮੇ ਨੇ ਲੈ ਕੇ ਜਾਣੀਆਂ ਨੇ, ਬਾਕੀ ਵੀ ਇੱਟਾਂ ਲੈ ਕੇ ਜਾ।
ਇਹਨੂੰ ਕਿਸੇ ਨੇ ਦੱਸ ਦੁੱਸ ਦਿੱਤਾ ਤੇ ਇਹ ਜਨਾਬ ਇਹਨੇ ਹਲ ਹਲ ਪਾ ਦਿੱਤੀ ਉੱਥੇ ਜਨਾਬ ਉਹ ਜਿਹੜੇ ਮੈਂ ਯਕੀਨ ਜਾਣਾ ਆਪਣੇ ਤੱਲਾ ਦਾ ਜੌਹਰ ਮਲਿਕ ਸਾਹਿਬ ਨੇ ਹਵਾਨ ਮੈਂ ਉਹਨਾਂ ਨੂੰ ਬੜਾ ਮੈਂ ਇੱਜ਼ਤ ਕਰਦਾ ਵਾ ਬੰਦਾ ਯਾਨੀ ਕਿ ਦਿਲ ਦਾ ਚੰਗਾ ਬੰਦਾ ਜਿਵੇਂ ਵੀ ਤੱਲਤ ਮਲਕ ਮਿਰਜ਼ੇ ਬਸਰੂਰ ਨਾਲੋਂ ਮੈਨੂੰ ਸਿਆਣਾ ਲੱਗਦਾ ਹਾਂਜੀ ਯਕੀਨ ਜਾਣਾ ਲਿਹਾਜ਼ ਦੇ ਨਾਲ ਨਾ ਇਹ ਸਾਡੇ ਖੁੱਲੇ ਮੁਖਾਲਫ ਸਨ ਤੇ ਖੁੱਲੇ ਦੁਸ਼ਮਣ ਸਨ ਇਹਨਾਂ ਦਾ ਸਾਨੂੰ ਪਤਾ ਉਹਨੂੰ ਅਸੀਂ ਬੜਾ ਬੁਰਾ ਸਮਝਦੇ ਹਾਂ ਅੱਛਾ ਮਸੀਹੀ ਮਸੀਹ ਦੀ ਇੱਜ਼ਤ ਕਰੇ ਵੀ ਨਾ ਤੇ ਫਿਰ ਵੀ ਗੱਲ ਬਣਦੀ ਕਿਉਂਕਿ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਨੀ ਜਦੋਂ ਕਰਦੇ ਤੇ ਬਾਕੀ ਦੂਜਾ ਤੀਜਾ ਮਰਜ਼ੀ ਕਰੇ ਵੀ ਤੇ ਕੋਈ ਫਾਇਦਾ ਨਹੀਂ ਹੁੰਦਾ ਦੇ ਬਾਰੇ 'ਚ ਕੋਈ ਫਜ਼ੂਲ ਗੱਲ ਉਹ ਹੀ ਬੰਦਾ ਕਰ ਸਕਦਾ ਜਿਹਦਾ ਇਮਾਨ ਨਹੀਂ ਹੈ ਉਹਨਾਂ 'ਤੇ ਅਤੇ ਅਲਹਮਦੁਲਿਲਾ ਸਭ ਮੁਸਲਮਾਨਾਂ ਦਾ ਉਹਨਾਂ ਦਾ ਇਮਾਨ ਹੈ ਔਰ ਅਸੀਂ ਉਹਨਾਂ ਦੀ ਬੜਾ ਅਦਬ ਕਰਦੇ ਹਾਂ ਤਮਾਮ ਅੰਬੀਆ ਦੀ ਤਰ੍ਹਾਂ ਅਤੇ ਜਿਸ ਬੰਦੇ ਦੇ ਦਿਲ ਦੇ ਵਿੱਚ ਇਮਾਨ ਨਹੀਂ ਹੈ ਉਹਨਾਂ ਦੇ ਬਾਰੇ 'ਚ ਉਹ ਫਿਰ ਜੋ ਮਰਜ਼ੀ ਪਿਆ ਕਵੇ ਉਹਨੂੰ ਅਸੀਂ ਕੀ ਕਹਿ ਸਕਦੇ ਹਾਂ ਹਾਂਜੀ ਵੇਖੋ ਪਤਾ ਕੀ ਹੈਦਰਾਬਾਦ ਆਏ ਸਭ ਅਕਸਰ ਅੱਜ ਕੱਲ੍ਹ ਬਰੋਡਾਂ ਦੇ ਉੱਤੇ ਬਕਾਇਦਾ ਮੈਂ ਵੇਖਿਆ ਕਿ ਕਹਾਉਂਦੀਆਂ ਨੇ ਇਹ ਗੱਲ ਤੇ ਹੁਣ ਰਹਿ ਗਈ ਹੈ ਨਾ ਕਿ ਜਿਹੜੇ ਕਹਿੰਦੇ ਹਨ ਨਾ ਮੁਸਲਮਾਨ ਕਿ ਨਹੀਂ ਕੋਈ ਮੁਸਲਮਾਨ ਹੁੰਦਿਆਂ ਨਹੀਂ ਕਰਦਾ ਕਈ ਜਿਹੜੇ ਨੇ ਉਹ ਇਲਜ਼ਾਮੀ ਜਵਾਬ ਦੇ ਵਿੱਚ ਕਰਦੇ ਨੇ ਲੇਕਿਨ ਉਹਦੇ 'ਤੇ ਵੀ ਪਤਾ ਇਸ਼ੂ ਕਿਉਂ ਨਹੀਂ ਅਸੀਂ ਚੁੱਕਦੇ ਇਸ ਲਈ ਕਿਉਂਕਿ ਉਹ ਤੁਹਾਡੀ ਕਿਤਾਬਾਂ ਦੇ ਵਿੱਚ ਉਹ ਗੱਲਾਂ ਨਹੀਂ ਮਿਲਦੀਆਂ ਜਿਹੜੀ ਅਗਰ ਕੋਈ ਆਮ ਮੁਸਲਮਾਨ ਆ ਕੇ ਕਿਤੇ ਜੋਸ਼ੇ ਕਿਤਾਬਤ ਦੇ ਵਿੱਚ ਕੋਈ ਗੱਲ ਕਰ ਦਿੰਦਾ ਨਾ ਅਤੇ ਉਹਦਾ ਮਸਲਾ ਜਿਹੜਾ ਉਹ ਆਪਣਾ ਇਨਫਰਾਦੀ ਹੁੰਦਾ ਲੇਕਿਨ ਇੱਥੇ ਇਨਫਰਾਦੀ ਮਸਲਾ ਨਹੀਂ ਹੈ ਪਰ ਸਰ ਤੁਸੀਂ ਜਰਮਨੀ ਹੋ ਨਾ ਉਹ ਜਰਮਨੀ ਦੇ ਵਿੱਚ ਵੀ ਨਸਵਾਰ ਖਾਨ ਨੇ ਪਾਕਿਸਤਾਨ ਦੇ ਵਿੱਚ ਹੀ ਰਹਿੰਦੇ ਨੇ ਨਸਵਾਰ ਖਾਨ ਬਣਿਆ ਵੇ ਤੂੰ ਹਾਂ ਨਾ ਉਹ ਭੈਣੇ ਮੈਂ ਕਿਹਾ ਕਿਹੜਾ ਨਸਵਾਰ ਖਾਨ ਕੁੜ ਕੁੜ ਕੂੜੇ ਇਹਦੇ ਅੱਜ ਤੋਂ ਅੱਗੇ ਮੈਂ ਨਸਵਾਰ ਖਾਨ ਆ ਵਾਹ 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 ਇਹ ਚੰਗਾ ਨਾਮ ਰੱਖਿਆ ਜੀ ਬਸ ਤੇ ਦੱਸੋ ਟੋਨੀ ਵਾਸਤੇ ਤੇ ਮੈਂ ਰੱਖਿਆ ਅੱਛਾ ਅੱਛਾ ਸਹੀ ਉਹ ਬਲਕਿ ਸਾਰੇ ਮਰਦਾਈ ਹੁਣ ਚੜ੍ਹਦੇ ਨਸਵਾਰ ਦੇ ਨਾਮ ਤੋਂ ਉਹ ਕਹਿ ਰਹੇ ਅਗਲੇ ਦਿਨ ਕਿ ਨਸਵਾਰ ਮੇਰੀ ਨਾਸਾਂ ਦੇ ਵਿੱਚ ਦਿੱਤੀ ਗਈ ਤੇ ਮੈਂ ਕਿਹਾ ਮੈਂ ਆਪਣਾ ਨਾਂ ਕਿਉਂ ਨਾ ਰੱਖਾਂ ਨਸਵਾਰ ਖਾਨ ਇਹ ਮਰਦਾਈ ਖਲੀਫੇ ਜਿਹੜੇ ਨੇ ਤੇ ਮੁਰੱਬੀ ਇਹ ਵੀ ਤੇ ਨਸਵਾਰ ਦੇ ਕੇ ਤੇ ਚੰਦਾ ਕੱਢਦੇ ਨੇ ਪਿੱਛੋਂ ਇਹ ਤਰੀਕਾ ਇਹਨਾਂ ਨੇ ਟੋਨੀ ਕੋਲ ਸਿੱਖਿਆ ਇੰਨੀ ਗੱਲ ਹੈ ਨਹੀਂ ਨਹੀਂ ਉਹ ਤਾਂ ਪਿੱਛੇ ਦਿੰਦੇ ਨੇ ਤੇ ਟੋਨੀ ਤਾਂ ਅਗਲੇ ਦਿਨ ਕਹਿ ਰਹੇ ਕਿ ਮੇਰੀਆਂ ਨਾਸਾਂ ਦੇ ਵਿੱਚ ਨਾਸਾਂ ਦੇ ਵਿੱਚ ਹੀ ਮੁਰੱਬੀ ਨਸਵਾਰ ਦਿੰਦੇ ਨੇ ਤੇ ਜਿਹੜੇ ਜਿਹੜੇ ਮਰਜ਼ਈ ਨੇ ਚੰਦਾ ਦਾ ਝੂਠ ਬੋਲਿਆ ਹੁੰਦਾ ਨਾ ਚਪੇਟ ਵੱਟੀ ਹੁੰਦੀ ਹੈ ਇਹ ਇਹ ਮੁਰੱਬੀ ਨਸਵਾਰ ਦਿੰਦੇ ਨੇ ਛਿੱਕ ਆਉਂਦੀ ਹੈ ਤੇ ਪਿੱਛੋਂ ਏਟੀਐਮ ਖੁੱਲ ਜਾਂਦੀ ਹੈ ਉਹ ਗੱਲ ਤੇ ਨਹੀਂ ਉਹ ਜੱਟ ਆਈ ਨਾ ਤੇ ਜੱਟ ਦੇ ਮਿਰਾਸੀ ਕੱਟ ਲਏ ਤੁਸੀਂ ਆਖੋ
ਗੰਡੇ ਯਾਨੀ ਯਾਨੀ ਕਿ ਪਿਆਜ਼, ਹਾਂਜੀ ਗੰਡੇ, ਜਿਹੜੇ ਜੱਟ ਆਇਆ ਖੋਲ ਤੋਂ ਪਿੱਛ ਦੇਣ ਲੱਗੇ, ਜਿਹੜੇ ਮੇਰਾ ਸੀ ਗੁੱਟ ਵੰਜੇ, ਉਹ ਕੋ ਦੋ ਚਾਰ ਵਾਰੀ ਉਸ ਕੋਸ਼ਿਸ਼ ਕੀਤੀ, ਜੱਟ ਆਖੇ ਦਾਤਰੀ ਲੈ ਆਓ ਤੇ ਮੈਂ ਇਹਦਾ ਮੁੱਟੂ ਜਿਹੜਾ ਜਿਹੜਾ ਨਾ ਖਲਾਏ ਵੱਡਾ ਫਰੈਂਕਫੋਰਟ ਟੈਕਸੀ ਚਲਾਉਂਦਾ, ਉਹ ਆਇਆ ਨਵਾਂ ਨਵਾਂ ਤੇ ਉਹਦਾ ਉਹਦੇ ਖਾਲੂ ਨੇ ਉਹਨੂੰ ਮੇਰੇ ਕੋਲ ਭੇਜ ਦਿੱਤਾ ਨਾ, ਉੱਥੇ ਫਰੈਂਕਫੋਰਟ ਦੇ ਕੋਲ ਹੀ ਮੈਂ ਰਹਿੰਦਾ ਸੀ, ਕਿ ਇਹਦਾ ਕੇਸ ਸ਼ੇਸ ਕਰਾ ਦੇ।